स्वागत है जी ਤੁਹਾਡਾ ਅੱਜ ਦੇ ਰਿਦਮ ਦਾ ਫਰੈਂਡ ਦੇ ਪ੍ਰੋਗਰਾਮ ਦੇ ਵਿੱਚ ਕਵਿਤਾ ਤੇ ਬਾਤਾਂ ਦੇ ਵਿੱਚ। ਅੱਜ ਸਾਡੇ ਨਾਲ ਪੋਇਟਰੀ ਲੈ ਕੇ ਆਏ ਨੇ ਗੁਰਪ੍ਰੀਤ ਕੌਰ ਜੀ। ਉਹ ਆਪਣੀ ਕਵਿਤਾ ਦੇ ਬਾਰੇ, ਕਵਿਤਾ ਦੀ ਨਾਲ ਉਹਨਾਂ ਦੀ ਰੁਚੀ ਕਿੱਦਾਂ ਪੈਦਾ ਹੋਈ, ਉਹਨਾਂ ਦੀ ਜਰਨੀ ਦੇ ਬਾਰੇ ਗੱਲ ਕਰਨਗੇ। ਤੇ ਸ਼ੁਰੂਆਤ ਦੇ ਵਿੱਚ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਅੱਜ ਦਾ ਪ੍ਰੋਗਰਾਮ ਆਪਣੀ ਕਵਿਤਾ ਦੇ ਨਾਲ ਸ਼ੁਰੂ ਕਰਨ, ਉਹ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਜੀ ਗੁਰਪ੍ਰੀਤ। ਹਾਂ, ਧੰਨਵਾਦ ਬਹੁਤ ਬਹੁਤ ਰਿਸ ਆਫ ਰਾਈਮ ਜਿਹਨੇ ਇਹ ਪ੍ਰੋਗਰਾਮ ਉਲੀਕਿਆ। ਜਿੱਦਾਂ ਕਿ ਤੁਸੀਂ ਕਿਹਾ ਕਿ ਪਹਿਲਾਂ ਕਵਿਤਾ ਸ਼ੇਅਰ ਕਰਨੀ ਹੈ, ਤਾਂ ਮੈਂ ਸਭ ਤੋਂ ਪਹਿਲਾਂ ਜਿਹੜੀ ਕਿਤਾਬ ਆਈ ਸੀ ਇੱਕ ਪਲ 2017 ਦਾ ਆਈ ਸੀ, ਚੇਤਨ ਕਾਸ਼ਨ ਨੇ ਛਾਪੀ ਹੈ, ਤੇ ਮੈਂ ਉਹਦੇ ਚੋਂ ਕੁਝ ਕਵਿਤਾ ਜਿਹੜੀਆਂ ਉਹ ਸਾਂਝੀਆਂ ਕਈਆਂ। ਕਵਿਤਾ ਮੇਰਾ ਸੰਬੰਧ, ਮਰਨਾ ਮੇਰੇ ਤੇ ਲਾਗੂ ਨਹੀਂ ਹੈ, ਮਰਨਾ ਮੇਰੇ ਤੇ ਲਾਗੂ ਨਹੀਂ ਹੈ, ਮੇਰਾ ਸੰਬੰਧ ਜਿਉਣ ਨਾਲ ਹੈ। ਮੇਰੀ ਕਵਿਤਾ ਮੇਰੇ ਜੋਗ ਸਾ ਇਕੱਠੇ ਕਰ ਦਿੰਦੀ ਹੈ, ਮੇਰੀ ਕਵਿਤਾ ਮੇਰੇ ਜੋਗੇ ਸਾ ਇਕੱਠੇ ਕਰਦੀ ਫਿਰਦੀ ਹੈ, ਕਦੇ ਪਾਣੀ ਕੋ ਦੌੜਦੀ ਹੈ ਕਦੇ ਧਰਤ ਕੋ। ਕਵਿਤਾ ਜ਼ਿੰਦਗੀ ਜੀਣਾ, ਮੈਂ ਤੇਰੇ ਪਿਆਰ ਵਿੱਚ ਲੱਭਦਾ ਹਾਂ ਕਈ ਵਿਰਲਾ, ਚੀਤਾ ਮਗੋਰੇ ਕਿੱਥੋਂ ਕਿੱਥੋਂ ਲੱਭ ਲੈਂਦਾ ਥਾਂ, ਜਿਉਣ ਜੋਗੀ ਪਿਆਰ ਕਰਨ ਜੋਗੀ, ਕਿੱਥੋਂ ਕਿੱਥੋਂ ਲੱਭ ਲੈਂਦਾ ਹਾਂ ਥਾਂ, ਜਿਉਣ ਜੋਗੀ ਪਿਆਰ ਕਰਨ ਜੋਗੀ। ਜੀਣਾ ਕਿੰਨਾ ਆਸਾਨ ਹੈ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ, ਜੀਣਾ ਕਿੰਨਾ ਆਸਾਨ ਹੈ ਮੈਨੂੰ ਤਾਂ ਪਤਾ ਹੀ ਅੱਜ ਗਿਆ। ਮੈਂ ਆਪਣੇ ਸਾਰੇ ਕੱਪੜੇ ਉਤਾਰਦੇ ਹਨ, ਮੈਂ ਨੰਗ ਮਨੰਗਾ ਲੁੱਡੀ ਪਾਉਂਦਾ ਚਿੱਕੜ ਦੇ ਵਿੱਚ, ਬੱਚੇ ਮੇਰੇ ਤੇ ਤਾੜੀ ਮਾਰ ਹੱਸ ਰਹੇ। ਵਾਹ ਵਾਹ। ਕਵਿਤਾ ਜਦੋਂ ਲਿਖਦੀ ਹਾਂ ਕਲਮ ਤੇਰੇ ਹੱਥਾਂ ਚ ਹੁੰਦਾ ਹੈ, ਜਦੋਂ ਲਿਖਦੀ ਹਾਂ ਕਲਮ ਤੇਰੇ ਹੱਥਾਂ ਚ ਹੁੰਦਾ ਹੈ, ਸ਼ਬਦ ਤੇਰੇ ਅਰਥ ਤੇਰੇ ਤਰਤੀਬ ਵੀ ਤੇਰੀ ਹੁੰਦੀ ਹੈ, ਸ਼ਬਦ ਤੇਰੇ ਅਰਥ ਤੇਰੇ ਤਰਤੀਬ ਵੀ ਤੇਰੀ ਹੁੰਦੀ ਹੈ, ਅਹਿਸਾਸ ਤੇਰੇ ਭਾਵ ਤੇਰੇ ਥਿਰਕਣ ਵੀ ਤੇਰੀ ਹੁੰਦਾ ਹੈ। ਹੁਣ ਸਮਝ ਆਇਆ ਇਹ ਕਵਿਤਾ ਕਿੰਝ ਲਿਖੀ ਹੈ, ਹੁਣ ਸਮਝ ਆਇਆ ਇਹ ਕਵਿਤਾ ਕਿੰਝ ਲਿਖੀ। ਕਵਿਤਾ ਅਗਲੀ ਕਵਿਤਾ ਉਹਦਾ ਨਾਮ ਹੈ ਤੇਰੀ ਕਵਿਤਾ। ਕਲਮ ਦਵਾਤ ਸਿਆਹੀ ਤੇ ਕਾਗਜ਼, ਕਲਮ ਦਵਾਤ ਸਿਆਹੀ ਤੇ ਕਾਗਜ਼, ਤੇਰੇ ਆਖੇ ਲਿਖਦੇ ਨੇ, ਮੈਂ ਪੁੱਛਾਂ ਲੱਖ ਵਾਰੀ ਮੈਨੂੰ ਕਿੱਥੇ ਦੱਸਦੇ, ਮੈਂ ਪੁੱਛਾਂ ਲੱਖ ਵਾਰੀ ਮੈਨੂੰ ਕਿੱਥੇ ਦੱਸਦੇ ਨੇ, ਮੈਂ ਜ਼ਰੀਆ ਹਾਂ ਤੇਰਾ, ਮੇਰੇ ਜ਼ਰੀਏ ਫੁੱਲ ਬੂਟੇ ਵਰਖਾ ਪਾਣੀ ਬੱਦਲ ਬੂੰਦਾਂ ਤੇਰੀ ਕਵਿਤਾ ਦੱਸਦੇ ਨੇ। ਇੱਕ ਕਵਿਤਾ ਜਵਾਬ ਦੇਹੀ ਮੇਰੇ ਦੇ ਬਹੁਤ ਨੇੜੇ ਆ, ਛੋਟੀ ਜਿਹੀ ਕਵਿਤਾ ਮੈਂ ਸ਼ੇਅਰ ਕਰ ਰਹੀ ਹਾਂ। ਕਵਿਤਾ ਜਵਾਬ ਦੇਹੀ, 100 ਸਵਾਲ ਉੱਠ ਖੜੇ ਹੋਏ, 100 ਸਵਾਲ ਉੱਠ ਖੜੇ ਹੋਏ, ਮੇਰਾ ਜਵਾਬ ਮੇਰੇ ਨਾਲ ਬੈਠਾ ਰਿਹਾ, 100 ਸਵਾਲ ਉੱਠ ਖੜੇ ਹੋਏ, ਮੇਰਾ ਜਵਾਬ ਦੇ ਨਾਲ ਬੈਠਾ ਰਿਹਾ। ਮੇਰੀ ਸ੍ਰਿਸ਼ਟੀ ਮੇਰੇ ਅੰਦਰ ਹੈ, ਮੇਰੀ ਸ੍ਰਿਸ਼ਟੀ ਮੇਰੇ ਅੰਦਰ ਹੈ, ਮੈਂ ਸਿਰਫ ਉਸ ਪ੍ਰਤੀ ਜਵਾਬ ਦੇ ਹਾਂ, ਮੈਂ ਸਿਰਫ ਉਸ ਪ੍ਰਤੀ ਜਵਾਬ ਦੇ ਹਾਂ। ਅਗਲੀ ਕਵਿਤਾ ਹੈ
सोहनी कविता, कविता नू सोहनी होर सोहनी होर सोहनी, कविता नू सोहनी होर सोहनी बनाउण दे हिले करदा कवि जी। कविता गवा बैठदा। वाह वाह, ਇਹ ਅੱਜ ਅਸੀਂ ਸ਼ੇਅਰ ਵੀ ਕੀਤੀ ਸੀ ਤੁਹਾਡੀ ਕਵਿਤਾ ਤੇ ਮੈਂ ਕੁਝ ਇੱਕ ਕਵਿਤਾ ਹੋਰ ਇਸ ਕਿਤਾਬ ਚੋਂ ਫਿਰ ਕੁਝ ਨਵੀਆਂ ਕਵਿਤਾਵਾਂ ਵੀ ਸਾਂਝਾਂਗੀ। ਕਵਿਤਾ ਹੈ ਕੀ ਕੁਝ ਸਿੱਖਣਾ, ਕਵਿਤਾ ਕਹਿਣ ਤੋਂ ਪਹਿਲਾਂ, ਕਵਿਤਾ ਕਹਿਣ ਤੋਂ ਪਹਿਲਾਂ ਜ਼ਰਾ ਕੁ ਸਿੱਖ ਲਾਂ, ਸਬਰ ਕਰਨਾ ਸਹਿਜ ਹੋਣਾ ਤੇ ਭਾਣਾ ਮੰਨਣਾ, ਜ਼ਰਾ ਕੁ ਸਿੱਖ ਲਾਂ ਸਬਰ ਕਰਨਾ ਸਹਿਜ ਹੋਣਾ ਤੇ ਭਾਣਾ ਮੰਨਣਾ। ਇਹ ਕੁਝ ਕਵਿਤਾਵਾਂ ਜੋ ਮੈਂ ਆਪਣੀ ਕਿਤਾਬ ਏਕ ਪਾਈ ਵਿੱਚੋਂ ਸਾਂਝੀਆਂ ਕੀਤੀਆਂ। ਹੁਣ ਮੈਂ ਕੁਝ ਕਵਿਤਾ ਜੋ 2017 ਚ ਮੇਰੀ ਕਿਤਾਬ ਪਬਲਿਸ਼ ਹੋਈ ਸੀ ਉਹ ਤੋਂ ਬਾਅਦ ਜੋ ਲਿਖਿਆ ਚੋਂ ਮੈਂ ਕੁਝ ਕਵਿਤਾ ਸਾਂਝੀਆਂ ਕਰ ਰਿਹਾ। ਕਵਿਤਾ ਮੁੜ ਕੇ ਬੱਚਾ ਹੋਣਾ, ਮੈਂ ਮੁੜ ਕੇ ਬੱਚਿਆਂ ਵਰਗ ਹੋ ਗਈ ਹਾਂ, ਇਹ ਉਹੀ ਪੜਾ ਆ ਜਿੱਥੋਂ ਤੇਰੇ ਤੱਕ ਆ ਹੁੰਦਾ ਆ, ਤੇਰੀ ਨਜ਼ਦੀਕੀ ਇਸੇ ਪੜਾ ਆ ਕਿ ਅਸੀਂ ਖੁਦ ਨੂੰ ਕਿੰਨਾ ਮਾਸੂਮ ਕਰ ਸਕਦੇ ਹਾਂ, ਕਿੰਨਾ ਨਿਰਛਲ ਕਿੰਨਾ ਕੋਮਲ, ਅਸੀਂ ਤੇਰੀ ਨਜ਼ਦੀਕੀ ਇਸੇ ਪੜਾਅ ਚ ਕਿ ਅਸੀਂ ਖੁਦ ਨੂੰ ਕਿੰਨਾ ਸੂਮ ਕਰ ਸਕਦੇ ਹਾਂ, ਕਿੰਨਾ ਨਿਰਮਲ ਕਿੰਨਾ ਕੋਮਲ, ਬੱਚਿਆਂ ਵਰਗੇ ਹੋ ਕੇ ਕਰ ਸਕਦੇ ਹਾਂ, ਕਿੰਨਾ ਗਿਆ ਹੋਵੇ ਭਾਵੇਂ ਫਿਰ ਇਹ ਪਲ। ਇੱਕ ਕਵਿਤਾ ਹੋਰ, ਕਵਿਤਾ ਦਾ ਨਾਂ ਹੈ ਸਿਹੋਣਾ। ਜੋ ਤੂੰ ਆਮ ਜਿਹੀਆਂ ਗੱਲਾਂ ਕਰ ਹੈ ਉਹੀ ਮੇਰੀ ਕਵਿਤਾ ਆ, ਜੋ ਤੂੰ ਆਮ ਜਿਹੀਆਂ ਗੱਲਾਂ ਕਰਨਾ ਹੈ ਉਹੀ ਮੇਰੀ ਕਵਿਤਾ ਆ, ਹਾਂ ਸੱਚ ਮੇਰੀ ਕਵਿਤਾ ਆਮ ਜਿਹੀ ਆ, ਹਾਂ ਸੱਚ ਮੇਰੀ ਕਵਿਤਾ ਆਮ ਜਿਹੀ ਆ, ਇਹਦੇ ਚ ਮੋਹ ਭਰਾ ਮੈਥੋਂ ਭਾਰੇ ਭਾਰੇ ਵਿਸ਼ੇ ਨਹੀਂ ਵਰਤ ਹੁੰਦੇ, ਮੈਂ ਸਰਲਤਾ ਵੱਲ ਜਾ ਰਹੀ, ਤੂੰ ਧਿਆਨ ਨਾਲ ਦੇਖੀ ਮੇਰਾ ਠੋਸ ਤਾਂ ਕਾਦਾ ਪਿਘਲ ਰਿਹਾ, ਮੈਂ ਛਿਣ ਬ ਛਿਣ ਤਰਲਤਾ ਵੱਲ ਜਾ ਰਿਹਾ। ਵਾਹ ਵਾਹ, ਕਮਾਲ ਹੈ, ਕਮਾਲ ਹੈ। ਇੱਕ ਕਵਿਤਾ, ਇਹ ਮੈਂ ਕਵਿਤਾ ਆਪਣੀ ਭਾਬੀ ਲਈ ਲਿਖਿਆ। ਭਾਬੀ ਤੇ ਨਨਾਣ ਦਾ ਰਿਸ਼ਤਾ ਤੁਹਾਨੂੰ ਪਤਾ, ਪਹਿਲਾਂ ਜਿਹੜਾ ਇਹ ਰਿਸ਼ਤਾ ਸੀਗਾ ਇਹਦੇ ਬਾਰੇ ਕਾਫੀ ਲੋਕ ਗੀਤ ਵੀ ਰਹੇ ਆ ਜੀ, ਤੇ ਮੇਰੀ ਮੈਪੀ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਇੱਕ ਕਵਿਤਾ ਸਾਂਝੀ ਕੀਤੀ ਸੀ। ਮੈਂ ਇੱਕ ਹੋਰ ਕਵਿਤਾ ਲਈ ਲਿਖੀ ਮੈਂ ਜੀ ਕਰ ਰਹੀ ਹਾਂ। ਭਾਬੀ, ਜੇ ਤੂੰ ਕਹੇ ਮੈਂ ਆਪਣੀ ਸਾਰੀ ਕਵਿਤਾ ਤੇਰੇ ਪੈਰਾਂ ਤੇ ਧਰਾਂ, ਮੈਨੂੰ ਤੇਰੇ ਮੋਹਰੇ ਆਪਣਾ ਆਪ ਬੋਣਾ ਜਿਹਾ ਲੱਗਦਾ ਆ, ਮੈਨੂੰ ਤੇਰੇ ਮੋਹਰੇ ਆਪਣਾ ਆਪ ਬੋਣਾ ਜਿਹਾ ਲੱਗਦਾ ਆ, ਅਸਲੀ ਕਵਿਤਾ ਤਾਂ ਉਹ ਜੋ ਤੂੰ ਮੇਰੇ ਘਰ ਦੀਆਂ ਕੰਧਾਂ ਤੇ ਵਾਹੀ ਆ, ਸਾਡੇ ਵਿਹੜੇ ਚ ਵੀ ਆ, ਮੈਂ ਤੇਰੇ ਵੱਲ ਦੇਖਦੀ ਹਾਂ ਆਨੰਦ ਨਾਲ ਭਰ ਜਾਂਦੀ ਹਾਂ, ਮੈਨੂੰ ਇਜਾਜ਼ਤ ਦੇ ਮੈਂ ਆਪਣੀ ਕਵਿਤਾ ਤੈਨੂੰ ਸੌਂਪ ਕੇ ਸੁਰਖਰੂ ਹੋਣਾ, ਮੈਂ ਆਪਣੀ ਕਵਿਤਾ ਤੈਨੂੰ ਸੌਂਪ ਕੇ ਸੁਰਖਰੂ ਹੋਣਾ। ਤੇ ਆਖਰੀ ਕਵਿਤਾ ਇੱਕ ਸਾਂਝੀ ਕਰਾਂਗੀ। ਕਵਿਤਾ ਹੈ ਘੋੜਾ ਬਣਨਾ। ਕਵਿਤਾ ਮੇਰੇ ਲਈ ਕੁਦਰਤ ਦੇ ਰਹੱਸ ਖੋਲਦੀ ਆ, ਕਵਿਤਾ ਮੇਰੇ ਲਈ ਕੁਦਰਤ ਦੇ ਰਹੱਸ ਖੋਲਦੀ ਆ, ਗੁੱਥੀਆਂ ਸੁਲਝਦੀਆਂ ਆਸੇ ਪਾਸੇ ਚੁੱਪ ਵਰਤਦੀ, ਮੈਂ ਸਿਆਣਪ ਨੂੰ ਫੜਨ ਆਇਆ ਫੜ ਨਾ ਸਕੀ, ਮੈਂ ਸਿਆਣਪ ਨੂੰ ਫੜਨਾ ਚਾਹਿਆ ਫੜ ਨਾ ਸਕੀ, ਇੱਕ ਨਿੱਕੇ ਬੱਚੇ ਨੂੰ ਦੇਖ ਮੇਰਾ ਫਿਰ ਤੋਂ ਘੋੜਾ ਬਣਨ ਨੂੰ ਮਨ ਕਰ ਆਇਆ, ਇੱਕ ਨਿੱਕੇ ਬੱਚੇ ਨੂੰ ਦੇਖ ਮੇਰਾ ਫਿਰ ਤੋਂ ਘੋੜਾ ਬਣਨ ਨੂੰ ਮਨ ਕਰ ਆਇਆ। ਬਹੁਤ ਬਹੁਤ ਬਹੁਤ
ਬਹੁਤ ਉਮਦਾ ਕਵਿਤਾ ਲਿਖਦੇ ਹੋ ਤੁਸੀਂ ਤੇ ਕਵਿਤਾ ਦੇ ਨਾਲ ਜੁੜੇ ਹੋਏ ਸਵਾਲ ਤੋਂ ਹੀ ਨਹੀਂ ਪਹਿਲਾ ਸਵਾਲ ਮੇਰਾ ਇਹ ਹੋਊਗਾ ਕਿ ਜਦੋਂ ਪਰਸਨੈਲਿਟੀ ਤੁਸੀਂ ਆਪਣੀ ਕਵਿਤਾ ਦੇ ਵਿੱਚ ਇਮੈਜਿਨ ਕਰਦੇ ਹੋ ਜ਼ਿਆਦਾਤਰ ਕਵਿਤਾ ਦੇ ਵਿੱਚ ਐਜ ਫੀਮੇਲ ਨਰੇਟਰ ਹੀ ਹੈ ਜਾਂ ਪਰਸੋਨਾ ਫੀਮੇਲ ਹੀ ਹੈ ਜਦੋਂ ਜਿਨ੍ਹਾਂ ਦੀ ਕਵਿਤਾ ਦੇ ਵਿੱਚ ਮੇਲ ਆਉਂਦਾ ਹੈ ਉਹ ਨਰੇਟਰ ਕੌਣ ਹੈ ਉਹ ਨਰੇਟਰ ਕਿਸ ਪੁਆਇੰਟ ਆਫ ਵਿਊ ਤੋਂ ਤੁਸੀਂ ਦੇਖਦੇ ਹੋ ਹੁਣ ਵੀ ਤੁਸੀਂ ਕੁਛ ਕਵਿਤਾਵਾਂ ਪੜ੍ਹੀਆਂ ਜਿਨ੍ਹਾਂ ਦੇ ਇੱਕ ਦੋ ਪੜ੍ਹੀਆਂ ਜਿਨ੍ਹਾਂ ਦੇ ਵਿੱਚ ਮੇਲ ਦਾ ਪੁਆਇੰਟ ਆਫ ਵਿਊ ਹੈ ਉਹ ਪੁਆਇੰਟ ਆਫ ਵਿਊ ਕਿੱਧਰੋਂ ਕਿੱਦਾਂ ਇਮੈਜਿਨ ਕਰਦੇ ਹੋ ਇਹ ਜਿਹੜਾ ਤੂੰ ਸਵਾਲ ਪੁੱਛਿਆ ਇਹ ਮੈਨੂੰ ਲਾ ਵੀ ਪੁੱਛਿਆ ਮਤਲਬ ਮੇਰੇ ਉਸਤਾਦ ਨੇ ਜਾਂ ਜਿੱਦਾਂ ਮੇਰੀ ਕਵਿਤਾ ਪੜ੍ਹਦੇ ਆ ਉਹਨਾਂ ਨੇ ਸਵਾਲ ਪੁੱਛੀ ਕਿ ਵੀ ਉਹ ਕਹਿੰਦੇ ਕਿ ਤੁਸੀਂ ਮਤਲਬ ਤੁਹਾਡੀ ਕਵਿਤਾ ਦੇ ਵਿੱਚ ਮੇਲ ਪਰਸੋਨਾ ਜਿੱਦਾਂ ਤੁਸੀਂ ਕਹਿ ਕਿ ਮੇਲ ਦੀ ਆਵਾਜ਼ ਤੁਸੀਂ ਕਹਿੰਦੇ ਆ ਜਾਣਦਾ ਆ ਮੈਂ ਕਰਦਾ ਆ ਵੀ ਤੁਸੀਂ ਇੱਕ ਫੀਮੇਲ ਆ ਉਹ ਜਾਣਦੀ ਹਾਂ ਜਾਂ ਕਦੀ ਹੋਣਾ ਚਾਹੀਦਾ ਆ ਤੇ ਮੇਰਾ ਜਵਾਬ ਬੜਾ ਹੀ ਸਰਲ ਸੀਗਾ ਉਦੋਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਵਿਤਾ ਦੀ ਜਿੱਦਾਂ ਮੈਨੂੰ ਬਹੁਤ ਪੋਇਟਸ ਜਿਹੜੇ ਇਸ ਚੀਜ਼ ਨੂੰ ਗਲਤ ਨੀ ਕਹਿੰਦੇ ਕਿ ਪੋਇਟਸ ਦੀ ਐਡੀਟਿੰਗ ਹੁੰਦਾ ਪੋਇਮ ਆਪਣੀ ਐਡੀਟਿੰਗ ਹੁੰਦੀ ਹੈ ਤੇ ਮੈਨੂੰ ਜਦੋਂ ਮੇਰੀ ਪਹਿਲੀ ਕਿਤਾਬ ਪਬਲਿਸ਼ ਹੋਈ ਆ ਉਹਦੇ ਚ ਮੈਂ ਹਾਰਡਲੀ ਵਰਡ ਚੇਂਜ ਕੀਤੇ ਸੀਗੇ ਉਹ ਵੀ ਮੈਨੂੰ ਲੱਗਦਾ ਸੀ ਕਿ ਰਿਦਮ ਜਿੱਦਾਂ ਉਸ ਕਵਿਤਾ ਮੈਨੂੰ ਲੱਗਾ ਕਿ ਰਿਦਮ ਨੀ ਇੰਨੀ ਆਪਣੇ ਮਨ ਚ ਹੀ ਕਵਿਤਾ ਬੋਲ ਕੇ ਦੇਖਣੀ ਉਹਦੀ ਰਿਦਮ ਨੀ ਮੈਨੂੰ ਗਰੀ ਸੀ ਉਨੀ ਤੇ ਮੈਂ ਮੇਰੀ ਆਦਤ ਸ਼ੁਰੂ ਹੀ ਰਹੀ ਆ ਤੇ ਹੁਣ ਇਹੀ ਆ ਮੈਂ ਆਪਣੀ ਕਵਿਤਾ ਦੀ ਐਡੀਟਿੰਗ ਕਰਦੀ ਆ ਤੇ ਮੈਂ ਇਸ ਚੀਜ਼ ਦਾ ਜਵਾਬ ਤੁਹਾਡੇ ਸਵਾਲ ਦਾ ਇਹੀ ਦਾ ਕਿ ਜੋ ਮੇਰੇ ਤੱਕ ਆ ਰਿਹਾ ਉਹ ਜਿੱਦਾਂ ਮੇਰੇ ਤੱਕ ਆ ਰਿਹਾ ਉਹ ਮੈਂ ਓਦਾਂ ਹੀ ਆਉਣ ਦਿੰਦੀ ਆ ਠੀਕ ਆ ਤੇ ਉਹਨੂੰ ਓਦਾਂ ਹੀ ਲਿਖਦੀ ਆ ਠੀਕ ਆ ਉਹ ਚਾਹੇ ਫਿਰ ਉਹ ਮੇਲ ਸੋਨਾ ਦੀ ਆਵਾਜ਼ ਆ ਜਾਂ ਫੀਮੇਲ ਦੀ ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਕਵੀ ਮੰਨ ਰਹੀ ਆ ਤੇ ਕਵੀ ਜਿਹੜਾ ਆ ਉਹਦੇ ਤੱਕ ਦੋ ਚੀਜ਼ ਜਿੱਦਾਂ ਆ ਰਹੀ ਚਾਹੇ ਉਹ ਮੇਲ ਦੀ ਆਵਾਜ਼ ਚਾਹੀ ਆ ਚਾਹੇ ਉਹ ਫੀਮੇਲ ਦੀ ਆਵਾਜ਼ ਚਾਹੀ ਆ ਮੈਂ ਇਸ ਚੀਜ਼ ਨੂੰ ਕਦੀ ਸੋਚਿਆ ਹੀ ਨਾ ਮੇਰੇ ਲਈ ਇਹ ਡਿਫਰੈਂਸ ਹੈ ਹੀ ਨਹੀਂ ਆ ਮੈਂ ਮੈਨੂੰ ਇਹ ਬਿਲਕੁਲ ਨਾਲ ਹੀ ਲੱਗ ਰਿਹਾ ਹੁੰਦਾ ਆ ਕਦੀ ਵੀ ਇਸ ਚੀਜ਼ ਬਾਰੇ ਜ਼ਿਆਦਾ ਨਹੀਂ ਮੈਨੂੰ ਕਈਆਂ ਨੇ ਕਿਹਾ ਕਿ ਇਹ ਮਤਲਬ ਤੁਸੀਂ ਮੇਲ ਜ਼ਿਆਦਾ ਉਹ ਰਹੇ ਅੱਗੇ ਮੈਂ ਕਿਹਾ ਮੈਂ ਸੋਚਦੀ ਨੀ ਮੇਰੇ ਦਿਲ ਤੋਂ ਡਿਫਰੈਂਸ ਹੀ ਨਹੀਂ ਹੈਗਾ ਇਸ ਲਈ ਮੈਨੂੰ ਤਾਂ ਇਕੱਲੀ ਉਹ ਚੀਜ਼ ਲਈ ਹੁੰਦੀ ਆ ਤੇ ਮੈਂ ਕਿਹਾ ਮੇਰੇ ਦਿਮਾਗ ਚ ਉਹ ਚੀਜ਼ ਓਦਾਂ ਹੀ ਆ ਰਹੀ ਆ ਮੈਂ ਓਦਾਂ ਹੀ ਦੇ ਰਹੀ ਜੇ ਮੈਂ ਉਹਨਾਂ ਛੇੜ ਕੇ ਕਰਾਂ ਉਹ ਸ਼ਾਇਦ ਮੈਨੂੰ ਲੱਗੂਗਾ ਤੇ ਉਹ ਸ਼ਾਇਦ ਉਹਦੀ ਵਜ੍ਹਾ ਹੈ ਕਿ ਐਡੀਟਿੰਗ ਨਹੀਂ ਹੋਈ ਹੁੰਦੀ ਜੋ ਮੇਰੇ ਤੱਕ ਜਿੱਦਾਂ ਆ ਰਿਹਾ ਮੈਂ ਓਦਾਂ ਹੀ ਆਉਣ ਦਿੰਦੀ ਹਾਂ ਤੇ ਓਦਾਂ ਹੀ ਲੋਕਾਂ ਸਾਹਮਣੇ ਵੀ ਉਹ ਚੀਜ਼ ਨੂੰ ਕਰਦੀ ਹਾਂ ਤੇ ਜੇ ਤੁਸੀਂ ਐਡੀਟਿੰਗ ਨਹੀਂ ਕਰਦੇ ਹੋ ਤਾਂ ਫਿਰ ਸਿਲੈਕਸ਼ਨ ਪ੍ਰੋਸੈਸ ਕੀ ਹੁੰਦਾ ਜਦੋਂ ਤੁਸੀਂ ਸਿਲੈਕਟ ਕੀਤੀਆਂ ਤਾਂ ਕੁਛ ਤੁਹਾਡੇ ਕੋਲ ਇੱਕ ਕਲੈਕਸ਼ਨ ਹੋਊਗੀ ਪੋਮਸ ਦੀ ਤੇ ਸਿਲੈਕਸ਼ਨ ਤੇ ਰਿਜੈਕਸ਼ਨ ਕਿੱਦਾਂ ਹੁੰਦੀ ਹੈ ਇੱਕ ਕਲੈਕਸ਼ਨ ਦੇ ਲਈ ਪੋਇਟਰੀ ਦੀ ਬੁੱਕ ਦੇ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕਵਿਤਾਵਾਂ ਹੋਣਗੀਆਂ ਜੋ ਤੁਸੀਂ ਕੁਛ ਸਿਲੈਕਟ ਕੀਤੀਆਂ ਤੇ ਜਿਹੜੀਆਂ ਤੁਸੀਂ ਨਹੀਂ ਕਰਦੇ ਹੋ ਤਾਂ ਉਹਦਾ ਕ੍ਰਾਈਟੀਰੀਆ ਕੀ ਰੱਖਦੇ ਹੋ ਫਿਰ ਕਿ ਮੈਂ ਜਾਂ ਕਿਤੇ ਮੰਚ ਦੇ ਉੱਤੇ ਆਹ ਕਵਿਤਾ ਬੋਲੂੰਗੀ ਤੇ ਆਹ ਕਵਿਤਾ ਮੈਂ ਇਸ ਮੰਚ ਤੇ ਨਹੀਂ ਬੋਲਣੀ ਜਾਂ ਇਹ ਕਵਿਤਾ ਸ਼ਾਇਦ ਪਰਸਨਲੀ ਮੇਰੇ ਲਈ ਹੈ ਓਦਾਂ ਦਾ ਵੀ ਕੋਈ ਤੁਸੀਂ ਉਹ ਦੇਖਦੇ ਹੋ ਕਿ ਏਰੀਆ ਮਾਰਕ ਕੀਤਾ ਹੋਇਆ ਤੁਸੀਂ ਕਿ ਆਹ ਮੇਰੀਆਂ ਪਰਸਨਲ ਹੈ ਮੇਰੇ ਕੋਲ ਹੀ ਰਹਿਣਗੀਆਂ ਤੇ ਆਹ ਮੈਂ ਸ਼ੇਅਰ ਕਰ ਸਕਦੀ ਹਾਂ ਇਦਾਂ ਮੈਨੂੰ ਇਦਾਂ ਪਰਸਨਲ ਏਰੀਆ ਦਾ ਹੀ ਮਾਰਕ ਕੀਤਾ ਹੋਇਆ ਪਰ ਜਦੋਂ ਤੁਸੀਂ ਕਿਤੀ ਸਿਲੈਕਟ ਕਰ ਰਹੀ ਆ ਕਾਮਾਂ ਨੂੰ ਉਹ ਸਨੈਚਿੰਗ ਹੁੰਦਾ ਮੈਂ ਤਾਂ ਹਰ ਕਾ ਜਦੋਂ ਮੇਰੇ ਤੱਕ ਆਉਂਦਾ ਉਹਨੂੰ ਜਦੋਂ ਮੈਂ ਲੱਗਦਾ ਕਿ ਮੇਰੇ ਅੰਚਲੀ ਰਿਦਮ ਰਹੀ ਆ ਉਹਦੀ ਰਿਦਮ ਉੱਪਰ ਆ ਕੇ ਕੋਈ ਵਿਸ਼ੇ ਤੇ ਇੱਕ ਮੋਮ ਮੇਰੀ ਜ਼ਿੰਦਗੀ ਦਾ ਮੈਂ ਉਹਦੇ ਪੰਜ ਕਵਿਤਾਵਾਂ ਉਹ ਲਿਖ ਦਿੱਤੀਆਂ ਤੇ ਉਹਦੇ ਚੋਂ ਜਿਹੜੀ ਲੱਗਦਾ ਕਿ ਮੇਰੇ ਮਨ ਵਿੱਚ ਸਭ ਤੋਂ ਵਧੀਆ ਜਿਹੜੀ ਚੱਲ ਰਹੀ ਆ ਜਾਂ ਮੈਨੂੰ ਲੱਗਦਾ ਉਹ ਪੰਜਾਂ ਦੇ ਵਿੱਚੋਂ ਉਹ ਇੱਕ ਜਿਹੜੀ ਆ ਉਹ ਜ਼ਿਆਦਾ ਮੈਨੂੰ ਮੇਰੇ ਮਨ ਨੂੰ ਲੱਗ ਰਹੀ ਆ ਕਿ ਇਹਦੇ ਜਿਹੜਾ ਥਾ ਉਹ ਜ਼ਿਆਦਾ ਵਧੀਆ ਆ ਤਾਂ ਮੈਂ ਇੱਕ ਨੂੰ ਇੱਕ ਕਵਿਤਾ ਨੂੰ ਲੈ ਲੈਂਦੀ ਹਾਂ ਕਿ ਮੈਂ ਇਹਨੂੰ ਸਿਲੈਕਟ ਕਰ ਰਿਹਾ ਵੀ ਮੈਂ ਇਹਨੂੰ ਪਬਲਿਸ਼ ਕਰਨਾ ਤੇ ਦੂਜੀਆਂ ਨਹੀਂ ਤੇ ਜ਼ਿਆਦਾ ਸਲਾਹ ਵੀ ਲੈ ਰਹੀ ਹੁੰਦੀ ਮੈਂ ਮੈਨੂੰ ਆਪ ਨੂੰ ਹੀ ਮਤਲਬ ਕਿ ਜਿਹੜੀ ਕਦੇ ਰਿਦਮ ਮੇਰੇ ਮਨ ਦੇ ਵਿੱਚ ਪ੍ਰੋਪਰ ਹੈ ਮੇਰੇ ਮਨ ਜਿਹੜੇ ਤੇ ਇਹ ਥਾ ਜਿਹੜਾ ਇਸ ਕਵਿਤਾ ਚ ਹੀ ਜ਼ਿਆਦਾ ਵਧੀਆ ਤੇ ਮੈਂ ਉਹਨੂੰ ਓਦਾਂ ਹੀ ਲੈਣੀ ਆ ਤੇ ਇਸ ਲਈ ਹਾਂ ਪਰ ਕੁਝ ਨਾ ਮੈਂ ਇੱਦਾਂ ਜ਼ਰੂਰ ਆ ਕਹੂੰਗੀ ਕਿ ਜਿਹੜੀਆਂ ਮੈਂ ਆਪਣੀ ਫਾਈਲ ਕਈ ਵਾਰ ਲਿਖੀਆਂ ਜਾਂ ਆਪਣੇ
ਨਜ਼ਦੀਕੀ ਦੋਸਤਾਂ, ਉਹ ਹਰ ਇੱਕ ਕਵਿਤਾ ਨਹੀਂ ਵੀ ਅਸੀਂ ਕਰ ਰਹੇ ਹੁੰਦੇ, ਕਿਉਂਕਿ ਫਿਰ ਉਹਦੀ ਗੱਲ ਕਿ ਲੱਗਦਾ ਹੁੰਦਾ ਕਿ ਉਹ ਥਾਟ ਜਿਹੜਾ ਹੁਣ ਮੈਂ ਆਪਣੀ ਭਾਬੀ ਦੀ ਕੀਤੀ ਤੁਹਾਡੇ ਨਾਲ, ਕਿ ਮੈਂ ਹੁਣ ਤੱਕ ਦੋ ਪੋਇਮ ਦੇ ਬਾਰੇ ਸ਼ੇਅਰ ਕੀਤੀਆਂ, ਪਹਿਲਾਂ ਇੱਕ ਮੈਂ ਹੁਣ ਕਰਾਂ, ਤੇ ਉਹ ਰੀਜ਼ਨ ਉਹੀ ਆ ਕਿ ਉਹ ਲਿਖਿਆ ਸ਼ਾਇਦ ਉਸਦਾ ਬਹੁਤ, ਪਰ ਸਾਨੂੰ ਲੱਗਦਾ ਕਿ ਥਾਟ ਕਿਹਦੇ ਜ਼ਿਆਦਾ ਵਧੀਆ ਆਇਆ ਸਾਡੇ, ਤੇ ਫਿਰ ਇੱਦਾਂ ਨਾਲ ਲੱਗੇ ਸੇਮ ਗੱਲ ਹੀ ਰਿਪੀਟ ਹੋ ਰਹੀ ਬਾਰ ਬਾਰ, ਹਾਂਜੀ ਹਾਂਜੀ ਤੇ ਸ਼ਾਇਦ ਉਸ ਰੈਪੀਟੀਸ਼ਨ ਕਰਕੇ ਮੈਂ ਫਿਰ ਆਪ ਦੇਖ ਲੈਂਦੀ ਹਾਂ ਮੈਂ ਇਸ ਕਵਿਤਾ, ਮਤਲਬ ਜੇ ਮੈਂ 100 ਕਵਿਤਾਵਾਂ ਇਹਦਾ ਜਿਹੜੀਆਂ 50 ਜਿਹੜੀਆਂ ਪਬਲਿਸ਼ ਹੋਣ ਲਈ ਭੇਜਣੀਆਂ ਹੈ, ਤੇ ਮੰਚ ਤੇ ਜਾਣ ਵਾਲੀ ਤੁਸੀਂ ਕੀਤੀ ਸੀਗੀ, ਮੈਂ ਮੰਚ ਤੇ ਜਾਣ ਤੋਂ ਪਹਿਲਾਂ ਕਦੀ ਵੀ ਮੈਂ ਝੂਠ ਨੀ ਕਿ ਮੈਂ ਕਦੀ ਤਿਆਰੀ ਨੀ ਕੀਤੀ ਹੈਗੀ ਜ਼ਿਆਦਾ, ਕਿ ਮੇਰਾ ਕੋਈ ਮੈਨੂੰ ਚਾਹੇ ਉਹ ਮੈਂ ਕਿਸੇ ਮੰਚ ਤੇ ਜਾਣਾ ਸੀ, ਮੈਂ ਅਕਸਰ ਰਸਤੇ ਦੇ ਵਿੱਚ ਹੀ ਜਦੋਂ ਮੈਂ ਜਾ ਰਹੀ ਹੁੰਦੀ ਟਰੈਕ ਕਰ ਰਹੀ ਹੁੰਦੀ ਉਸ ਜਗ੍ਹਾ ਜਾਣ ਲਈ, ਉਦੋਂ ਮੈਂ ਆਪਣੀ ਫੋਨ ਜਾਂ ਮੈਕਸੀਮਮ ਮੇਰੀਆਂ ਫੋਨ ਚ ਗਈਆਂ ਆਪਣੇ ਕੋਲ, ਜਾਂ ਮੈਂ ਆਪਣੀ ਡਾਇਰੀ ਕੋਈ ਰੱਖੀ ਹੋਈ ਆ, ਉਸ ਟਾਈਮ ਮੈਂ ਸੋਚਦਾ ਕਿ ਹਾਂ ਮੈਂ ਅੱਜ ਜਾਇਆ ਤਾਂ ਮੈਂ ਅੱਜ ਉੱਥੇ ਕੀ ਕਵਿਤਾ ਬੋਲਦੇ ਹਾਂ, ਏਦਾਂ ਨੀ ਕੋਈ ਜੇ ਮੈਨੂੰ ਸੱਦਿਆ ਪਹਿਲਾਂ ਹੀ ਸੋਚ ਰਹੀ ਹੁੰਦੀ ਹਾਂ, ਕਿਉਂਕਿ ਮੈਨੂੰ ਲੱਗ ਕਿ ਅਸੀਂ ਇੰਨੇ ਬਿਜ਼ੀ ਚੋਂ ਸਾਰੇ ਨਿਕਲੇ ਹੁੰਦੇ, ਇੰਨਾ ਸਮਾਂ ਵੀ ਨਹੀਂ ਗਾ, ਇਸ ਲਈ ਉਸ ਟਾਈਮ ਮੈਂ ਵੈਲ ਡਿਊਰਿੰਗ ਟਰੈਵਲ ਹੀ ਸੋਚ ਰਹੀ ਹੁੰਦੀ ਹਾਂ, ਜਾਂ ਫਿਰ ਫੰਕਸ਼ਨ ਸ਼ੁਰੂ ਹੋਣ ਵਾਲਾ ਤੁਹਾਨੂੰ ਟਾਈਮ ਮਿਲ ਥੋੜਾ ਜਿਹਾ, ਤੁਹਾਨੂੰ 10-15 ਮਿੰਟ ਦਾ ਮਿਲਦੇ, ਉਸ ਟਾਈਮ ਸੋਚ ਲੈਂਦੀ ਹੁੰਦੀ ਹਾਂ ਕਿ ਮੈਂ ਹੁਣ ਮੈਂ ਅੱਜ ਇਹ ਕਵਿਤਾ ਉੱਥੇ ਛੱਡ ਦਾਂਗੀ, ਹਾਲਾਂਕਿ ਪ੍ਰਿਪਰੇਸ਼ਨ ਹੋਣੀ ਦੀ ਆ, ਮੇਰੇ ਦੋਸਤ ਮੈਨੂੰ ਕਹਿੰਦੇ ਆ ਇਹ ਚੀਜ਼, ਪਰ ਸ਼ਾਇਦ ਮੇਰੀ ਆਦਤ ਸ਼ੁਰੂ ਤੋਂ ਏਦਾਂ ਹੀ ਰਹੀ ਆ, ਏਦਾਂ ਨੂੰ ਠੀਕ ਹੁੰਦਾ ਰਿਹਾ। ਹਾਂਜੀ, ਹਰੇਕ ਕਲਾਕਾਰ ਦਾ ਆਪਣਾ ਆਪਣਾ ਹੀ ਤਰੀਕਾ ਹੁੰਦਾ ਹੈ, ਤੇ ਉਹ ਕਲਾਕਾਰ ਹੀ ਦੱਸ ਸਕਦਾ ਕਿ ਉਹਦੀ ਜੇ ਕਾਮਯਾਬ ਹੈ ਤਾਂ ਸਾਡੇ ਵਰਗੇ ਲੋਕ ਤਾਂ ਬਸ ਕਿੰਤੂ ਪਰੰਤੂ ਕਰ ਸਕਦੇ, ਜੇ ਉਹਦੀ ਜਿੱਦਾਂ ਕਹਿੰਦੇ ਇਫ ਇਟ ਇਜ਼ ਵਰਕਿੰਗ ਫੋਰ ਯੂ ਦੈਨ ਇਟ ਇਜ਼ ਗੁੱਡ ਫੋਰ ਯੂ। ਕਿਉਂਕਿ ਰਾਈਟਰ ਨੂੰ ਤਾਂ ਹਰ ਇੱਕ ਚੀਜ਼ ਫਿਰ ਚੰਗੀ ਲੱਗੇਗੀ। ਜੀ ਜੀ ਜੀ, ਤੇ ਇੱਕ ਮੇਰਾ ਸਵਾਲ ਇਹ ਵੀ ਸੀਗਾ ਕਿ ਭਾਬੀ ਨੂੰ ਲੈ ਕੇ ਵੀ ਜਿਹੜੀ ਤੁਸੀਂ ਕਵਿਤਾਵਾਂ ਲਿਖੀਆਂ ਦੋ, ਤੇ ਇੱਕ ਜੇ ਅਸੀਂ ਮਾਡਰਨ ਸਮਾਜ ਦੇਖੀਏ ਜਿਹੜਾ ਕਿ ਬਿਲਕੁਲ ਬਦਲ ਰਿਹਾ ਹੈ, ਕਿ ਇੱਕ ਤੁਸੀਂ ਐਸੀ ਸੋਸਾਇਟੀ ਪੋਰਟਰੇ ਕੀਤੀ ਹੈ ਕਿ ਜਾਂ ਐਸਾ ਸਮਾਂ ਪੋਰਟਰੇ ਕੀਤਾ, ਐਸੀ ਜਗ੍ਹਾ ਪੋਰਟਰੇ ਕੀਤੀ ਹੈ ਜਿਹੜੀ ਕਿ ਬਿਲਕੁਲ ਘਟਦੀ ਜਾ ਰਹੀ ਹੈ, ਤੇ ਅੱਜ ਦੇ ਸਮੇਂ ਦੇ ਵਿੱਚ ਇਹ ਆਉਣ ਵਾਲੀ ਪੀੜ੍ਹੀ ਨੂੰ ਯਾਦ ਰੱਖਣ ਲਈ ਕਿ ਇੱਦਾਂ ਵੀ ਹੁੰਦਾ ਸੀ, ਕਿ ਜਾਂ ਉਹਨਾਂ ਦੇ ਲਈ ਕੋਈ ਮੈਸੇਜ ਹੈ ਕਿ ਇੱਦਾਂ ਹੋਣਾ ਵੀ ਚਾਹੀਦਾ ਹੈ। ਮੈਨੂੰ ਲੱਗਦਾ ਕਵਿਤਾ ਸੋਚ ਹੀ ਨਹੀਂ ਲਿਖੀ ਜਾ ਸਕਦੀ, ਪਰ ਉਹ ਸਾਡੇ ਐਕਸਪੀਰੀਅੰਸ ਚੋਂ ਨਿਕਲ ਰਹੀ ਆ, ਤੇ ਉਹ ਕੁਲ ਫਲੋ ਚ ਜਾ ਰਹੀ ਜੀ, ਤੁਸੀਂ ਸੋਚ ਨਹੀਂ ਰਹੇ ਹੈ ਮੈਂ ਇਹ ਚੀਜ਼ ਲਈ ਆ ਕਿ ਉਹ ਵਿਹੜਾ ਲਿਪ ਰਹੀ ਜਾਂ ਉਹ ਕੰਧਾਂ ਚ ਵਾਹ ਰਹੀ ਆ, ਉਹ ਮੈਂ ਸੋਚ ਨਹੀਂ ਰਹੀ, ਉਹ ਸ਼ਾਇਦ ਮੇਰੇ ਐਕਸਪੀਰੀਅੰਸ ਪਿਆ ਆ। ਮੈਨੂੰ ਯਾਦ ਜਦੋਂ ਮੈਂ ਛੋਟੀ ਸੀ ਤਾਂ ਸਾਡਾ ਵਿਹੜਾ ਕੱਚਾ ਹੁੰਦਾ ਗਾ, ਤੇ ਮੇਰੇ ਮਦੋਂ ਲਿਪਦੇ ਸੀਗੇ, ਤੇ ਮੈਨੂੰ ਬੜਾ ਅੱਛਾ ਰਿਹਾ ਹੁੰਦਾ ਸੀ, ਮੈਨੂੰ ਬੜਾ ਕ੍ਰੇਟ ਲੱਗਦਾ ਹੁੰਦਾ ਸੀ ਜਦੋਂ ਉਹ ਕਰ ਹੁੰਦੇ ਸੀ, ਜਾਂ ਉਹ ਕੁਛ ਤੇ ਵਾਹ ਰਹੇ ਹੁੰਦੇ ਸੀਗੇ, ਜਾਂ ਜਦੋਂ ਨਾਨਕਾ ਘਰ ਆ ਉੱਥੇ ਵੀ ਮਤਲਬ ਉਸਦਾ ਦੇਖਣੀਆਂ ਮੈਂ ਮਿੱਟਾਂ ਨਾਲ ਜੁੜੀਆਂ, ਤਾਂ ਮੈਨੂੰ ਉਹ ਚੀਜ਼ ਮਤਲਬ ਜਦੋਂ ਵਿਆਹ ਹੋਇਆ ਮੇਰੇ ਭਾਬੀ ਦਾ ਤਾਂ ਉਦੋਂ ਇਹ ਚੀਜ਼ਾਂ ਹੈ ਹੀ ਨਹੀਂ ਗੀਆਂ, ਮਤਲਬ ਕਿ ਜਪ ਗਈ ਲਿਪਣਾ ਜਾਂ ਕੁਛ, ਪਰ ਜਦੋਂ ਸ਼ਾਇਦ ਉਹ ਚੀਜ਼ ਮੇਰੀ ਕਿਤਾ ਚ ਆਈ ਹੈ, ਸ਼ਾਇਦ ਉਹ ਐਕਸਪੀਰੀਅੰਸ ਮਦਰ ਦਾ ਹੈ, ਮੈਂ ਉਹਨਾਂ ਨੂੰ ਦੇਖਿਆ ਹੋਇਆ ਤਦ ਲਿਖਣ ਵੇ ਉਹ ਚੀਜ਼ ਤੁਹਾਡੇ ਕਿਤੇ ਨਾ ਕਿਤੇ ਅਨਕੋਨਸ਼ੀਅਸ ਮਾਈਂਡ ਦੇ ਵਿੱਚ ਪਈ ਆ, ਤੇ ਉਹ ਚੀਜ਼ ਉਹਦੇ ਚ ਆਈ ਆ, ਤੇ ਮਤਲਬ ਮੈਂ ਉਹਦੇ ਚ ਇਹੀ ਚਾਹੁੰਦੀ ਹਾਂ ਕਿ ਮਤਲਬ ਜੋ ਤੁਸੀਂ ਇਸ ਘਰ ਵਿੱਚ ਆ ਕੇ ਕੀਤਾ ਆ, ਕਿ ਮੈਨੂੰ ਲੱਗਦਾ ਹੁੰਦਾ ਮਤਲਬ ਸਾਨੂੰ ਮੈਨੂੰ ਆਪਣੇ ਉਹਦੇ ਚ ਬੋਣਾ ਲੱਗਣਾ ਪੈਂਦਾ ਆ, ਕਿ ਮੈਨੂੰ ਲੱਗਦਾ ਕਿ ਮਤਲਬ ਘਰ ਜੋੜਨਾ ਆ ਜੋ ਉਹਦੀ ਇੰਪੋਰਟੈਂਸ ਜੋ ਉਹਨਾਂ ਦੇ ਆਉਣ ਦੇ ਨਾਲ ਮੈਂ ਮਹਿਸੂਸ ਕੀਤੀ ਆ, ਮੈਂ ਉਹਨੂੰ ਡਿਸਕ੍ਰਾਈਬ ਵਿੱਚ ਮੈਨੂੰ ਲੱਗਦਾ ਕਿ ਉਹ ਓਵਰਫਲੋ ਆਫ ਫੀਲਿੰਗਸ ਆ, ਜਿੱਦਾਂ ਵਰਡਸਵਰਥ ਕਹਿੰਦਾ ਹੈ ਕਿ ਪੋਇਸ ਓਵਰਫਲੋ ਲਾਈਕ ਸਪੋਨਟੇਨੀਅਸ, ਜੋ ਤੁਹਾਡੇ ਮਨ ਚ ਉਸ ਟਾਈਮ ਤੁਸੀਂ ਮਹਿਸੂਸ ਕੀਤਾ ਲਿਖ ਦਿੱਤਾ, ਪਰ ਹਾਂ ਉਹ ਚੀਜ਼ਾਂ ਮੈਂ ਦੇਖਿਆ ਆਪਣੇ ਮਤਲਬ ਪਹਿਲਾਂ ਮਦਰ ਨੂੰ ਕਰਦੇ ਹੋਏ ਦੇਖਿਆ। ਤੁਸੀਂ ਬਿਲਕੁਲ ਉਹਦਾ ਵਰਡਸਵਰਥ ਦਾ ਜੋ ਜਿੰਨਾ ਫੇਮਸ ਪਾਰਟ ਹੈ ਉਹੀ ਕੀਤਾ, ਕਿਉਂਕਿ ਬਾਅਦ ਵਾਲਾ ਪਾਰਟ ਦੇ ਵਿੱਚ ਉਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਕਿ ਉਹ ਬਾਅਦ ਚੋਂ ਕਹਿੰਦਾ ਮੈਂ ਐਡਿਟ ਵੀ ਕਰੂੰਗਾ, ਤੁਸੀਂ ਜੇ ਨਹੀਂ ਕਰਦੇ ਤਾਂ ਉਹਦੀ ਇੱਕ ਆਪਣੀ ਖੂਬਸੂਰਤੀ ਰਹਿ ਜਾਂਦੀ ਹੈ, ਤੇ ਵਰਡਸਵਰਥ ਨੇ ਤਾਂ ਬਾਅਦ ਵਿੱਚ ਉਸੇ ਐਸੇ ਦੇ ਵਿੱਚ ਬਾਅਦ ਚ ਕਹਿੰਦਾ ਕਿ ਉਹਨੂੰ ਹਾਂ ਫਿਰ ਰੀਕਲੈਕਟਡ ਇਨ ਟ੍ਰੈਂਕੁਇਲਿਟੀ, ਤੇ ਬਾਅਦ ਵਿੱਚ ਐਡਿਟ ਵੀ ਕੀਤਾ, ਉਸ ਫਰੇਜ਼ਸ ਕੱਢ ਕੇ ਨਵੀਂ ਫਰੇਜ਼ਸ ਪਾ ਦਿੰਦਾ ਸੀ ਉਹ,
अपने ही काउंटर प्रोडक्टिव जी हो जाती है थ्योरी, पर ज्यादातर पोएट्स के लिए कलाकारों के लिए आइडियल यही होंगे कि स्पॉन्टेनियस जिन्ना होया जा सके उन्ना ज्यादा वधिया लगता है। मैं ये चीज मानती हाँ कि पोएट्स एडिट मतलब मेरे ना काफी जो गल भी जो कि होगी तो कहते हैं कि एडिटिंग तो बिना किला एडिटिंग नहीं रहे कि मैं कविता सोहनी बना दे हीले करदा ते कवि कविता गवा बैठदा ते मैं चाहनी भी ना गवावा भी ओ आया तो एक्सपीरियंस तुसी उस पल दे विच जो महसूस आया ओदी रिदम तुहाडे मन बनी आ प्रॉपर ते तुहानूं लगदा कि ओ पब्लिश होण लग सकदी आ तां ओदे च ते कोई चेंज आना नहीं चाहिदा। ते जे मैं सेकंड बुक की तैयारी कर रही हां ओच भी मैं तुहानूं इही कहांगी कि लास्ट टाइम तां मैं दो वर्ड्स एडिट ते सीगे इस बार भी जी मेरी बुक है कोई एडिटिंग है जो जिदा लिखा गया वह उदा ही रहा है इवन जरा जो मुख का कुछ भी है जिदा लिखा गया उदा ही भी एडिटिंग नहीं है। तो बाकी जो जिदा मंच की गल की जाए जो मंच के उत्ते कोई आंदा है तुसी कई बार वड्डे कवियां दे नाल भी मंच शेयर करते हो वड्डे कहने का मतलब है कि उम्र च भी वड्डे ते एक्सपीरियंस च भी वड्डे मतलब कई कई साल का जिन्हां नूं एक्सपीरियंस है ते एक नवा कवि जदों आंदा है तां परफॉर्मेंस का किन्ना क प्रेशर हुंदा है ते ओहो तुहाडी कविता की चोण दे विच किन्ना क असर पाउंदा है ओहो प्रेशर जे तुहाडा पर्सनल जां तुसीं देखिया होवे आस पास जिदां कि जिहड़े कि नवे नवे चेहरे एक मंच ते पहुंच गए मंच तो अगे फिर उन्होंने जर्नी है कि वो कितना मंच को हैंडल करते हैं ते अगे कितना बोलते हैं इस चीज नु लग प्रेशर मैं आपके ज्यादा प्रेशर इतना नहीं है शायद बहुत ही है जो तो पहली बार कविता भी सी मतलब जिन्ने भी नाम जे मैं कुछ नाम लवा ओदे चो सुरजीत पात्र आ सुखविंदर अमृत जा विजय विवेक जी आ बहुत खुशी मैं थानू पढ़दी रही हां ठीक है जो मतलब हुण मौका मिलिया कि मैं तुहाडे नाल कविता बोल रही हां ठीक है ओ चीज मतलब मैं लगदा मैनूं खुशी ज्यादा दी आ ठीक है हां कितने तुसी शायद सोचते भी हाँ मैं की बोला ठीक है ते पर वो इदा नहीं कि सिर्फ कविया नू सोच के सोच रहे हुंने हैं कि हाँ एक इत्थे बैठे आ तां मैं इन्हां नू ही की सुनावा वो हुंदा कि ऑल ओवर ऑडियंस जी उस टाइम तुहानू की लग रहा हुंदा है हाँ जब मैं तुहानू दस्सिया कि मैं तां उस टाइम सोच रही हाँ कि मैं की अज मैनू बोलना चाहिए पर मैं ऑन द स्पॉट सोचा कुछ और हुंदा ऑन द स्पॉट मैं कुछ ही बोल दे पोएम कि नहीं मेरा मन 10-15 पहला है कि नहीं मैनू ये शेयर करनी चाहिए है ते ओ चीज है कि मतलब शायद प्रेशर दा भी होएगा मतलब मेरे लिए नहीं शायद बाकवियां लिए दा भी होएगा मन दे विच कि बोलना या सिंगस ना होइए ते वो लगदा कि प्रेशर नाल एक्साइटमेंट ज्यादा शी बहुत हुंदा कि तुसी जिन्हां नू पढ़िया है तो तुसी पढ़दे रहे हां ओ हुण तुसी उहनां दे नाल कविता बोल रहे हां और मैं चीज ये भी देखी मैनूं इनकरेज भी बहुत करदे आ मतलब लगदा कि जे उन्हां दा एक्सपीरियंस तो वड्डा आ तां ओह तुहानूं दी कविता दी प्रेज भी जां बाद विच भी उस चीज नूं इनकरेज बहुत करदे आ तुहानूं अगे वधाउंदे आ मतलब ओह चीज मैनूं बहुत पॉजिटिव लगी आ हमेशा। तुसीं कुछ लंबियां कवितावां भी लिखदे हो मेरे ख्याल तुसीं इक अपनी लंबी कविता सुनाओ फिर असीं थोड़ा जिहा इत्थे गल करांगे कि इक लंबी कविता ते इक छोटी साइज दे विच लाइनां दे विच छोटी कविता ओहदे विच क्रिएटिव प्रोसेस की डिफरेंस है जां किदां हाउ डू यू गो अबाउट इट हाउ डू यू डिसाइड कि इह एड्डी लंबी लिखनी है ते इत्थे मैं इत्थे गल इन्नी ही करनी है। मैं इहने कोल बहुत लंबियां कवितावां नहीं
ਮੇਰੀ ਕਵਿਤਾਵਾਂ ਦਾ ਹੁੰਦਾ ਕਿ ਇੱਕ ਵਾਰ ਕੇ ਤੇ ਹਾਂਜੀ ਖਤਮ ਹੋ ਜਾਂਦੀ, ਮੈਕਸ ਮੇਰੀਆਂ ਪੋਇਮਸ ਇਦਾਂ ਦੀਆਂ, ਜਾਂ ਪਰ ਕਿਤੇ ਦੋ ਹੁੰਦੀਆਂ ਮਤਲਬ, ਜਾਂ ਥੋੜੀਆਂ ਲੰਬੀਆਂ ਹੁੰਦੀਆਂ, ਦੋ ਪੇ ਚੱਲ ਜਾਣਗੀਆਂ। ਇੱਕ ਤਾਂ ਜਿਹੜੀ ਮੇਰੀ ਇਹ ਇੱਕ ਪਲ ਕਵਿਤਾ ਆ, ਉਹ ਬੁੱਕ ਨਾਮ ਵੀ ਮੈਂ ਉਹਦੇ ਤੇ ਰੱਖਿਆ ਸੀ, ਉਹ ਲੰਬੀ ਕਵਿਤਾ ਹੈ, ਹਾਂਜੀ ਤੇ ਉਹ ਇੱਕੋ ਹੀ ਕਵਿਤਾ ਮੈਂ ਐਡੀ ਲੰਬੀ ਲਿਖੀ ਆ ਹਾਲ ਤੱਕ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਸ਼ਾਇਦ ਮੈਂ ਸਾਰੀ ਨਾ ਵੀ ਬੋਲਾਂ, ਤੇ ਉਹ ਮੈਂ ਉਹਦੇ ਚੋਂ ਕੁਛ ਜਿਹੜੇ ਆ ਉਹ ਪੈਰੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਤੇ ਇਹ ਇੱਕ ਮਤਲਬ ਲੱਭਤਾ, ਉਹਦੇ ਬਾਅਦ ਜਿਹਦਾ ਤੁਸੀਂ ਕਹਿ ਰਹੇ ਕਿ ਉਹਦੇ ਗੱਲ ਆਪਾਂ ਫਿਰ ਬਾਅਦ ਵਿੱਚ ਕਰ ਲਾਂ। ਕਵਿਤਾ ਇਹ ਪਲ, ਇਹ ਪਲ ਹੀ ਬਸ ਮੇਰਾ ਹੈ, ਤੂੰ ਇਸੇ ਪਲ ਚ ਮੇਰੇ ਹੋ, ਇਹ ਇੱਕ ਪਲ ਬਸ ਮੇਰਾ ਹੈ, ਤੂੰ ਇਸੇ ਪਲ ਚ ਮੇਰਾ ਹੋ, ਅਗਲਾ ਪਲ ਕੁਦਰਤ ਦੀ ਬੁੱਕਲ ਚ ਲੁਕਿਆ, ਸੁਣ ਰਿਹਾ ਹੈ ਲੋਰੀ ਵੀ, ਜਾਂ ਫਿਰ ਉਸ ਫੁੱਲ ਦੇ ਖਿੜਨ ਤੋਂ ਪਹਿਲਾਂ ਭਰ ਰਿਹਾ ਉਸ ਵਿੱਚ ਖੁਸ਼ਬੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਮੈਂ ਰਸਤੇ ਰਸਤੇ, ਇਹ ਇੱਕ ਪਲ ਤੂੰ ਬੰਨੇ ਬੰਨੇ, ਇਹ ਇੱਕ ਪਲ ਤੂੰ ਹੱਸ ਰਿਹਾ ਹੈ, ਇਹ ਇੱਕ ਪਲ ਮੈਂ ਵੀ ਖੁਸ਼ ਹੋਈ, ਇਹ ਇੱਕ ਪਲ ਹੀ ਨਾ ਆਪਾਂ, ਇਹ ਇੱਕ ਪਲ ਨਾ ਹੱਥੋਂ ਕੋਈ, ਇਹ ਇੱਕ ਪਲ ਲੈ ਗੱਲ, ਇਹ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਨਾ ਡਰ ਕੋਈ, ਇਹ ਇੱਕ ਪਲ ਕੋਈ ਸ਼ਿਕਾ, ਇਹ ਇੱਕ ਪਲ ਹੈ ਤੇਰਾ ਬੇਲੀ, ਇਹ ਪਲ ਮੇਰਾ ਵੀ ਬੇਲੀ, ਇਹ ਇੱਕ ਪਲ ਮੈਨੂੰ ਗੋਦੀ ਚੁੱਕੀ, ਤੇਰੇ ਕੋਲੇ ਛੱਡ ਗਿਆ ਹੈ ਵੀ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਨਾ ਉਡੀਕ ਹੈ ਕੀ, ਇਹ ਇੱਕ ਪਲ ਨਾ ਕੋਈ ਚਾਹਤ, ਇਹ ਇੱਕ ਪਲ ਵਗਦਾ ਦਰਿਆ, ਇਹ ਇੱਕ ਪਲ ਮੈਂ ਨੂਰ ਹੋਈ, ਇਹ ਇੱਕ ਪਲ ਮੈਂ ਕੁਦਰਤ ਵਾਂਗੂ ਉਸ ਖੁਦਾ ਦੇ ਨੇ ਹੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਉਹ ਸਾਹਿਬ ਮੇਰਾ, ਇਹ ਇੱਕ ਪਲ ਮੈਂ ਉਹਦੀ ਗੋਲੀ, ਇਹ ਇੱਕ ਪਲ ਮੈਂ ਜੋ ਵੀ ਬੋਲਾਂ, ਇਹ ਇੱਕ ਪਲ ਇਹ ਉਹਦੀ ਬੋਲੀ, ਇਹ ਇੱਕ ਪਲ ਮੈਂ ਉਹਦੇ ਵਿੱਚ ਹਾਂ, ਤੇ ਖੁਦ ਤੋਂ ਹਾਂ ਮਨਫੀ ਹੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਮੈਂ ਕੋਈ ਮੁਸਾਫਰ, ਇਹ ਪਲ ਉਹ ਕਿਸ਼ਤੀ ਕੋਈ, ਇਹ ਇੱਕ ਪਲ ਉਹ ਸਾਗਰ ਮੇਰਾ, ਇਹ ਇੱਕ ਪਲ ਉਹਨੇ ਬੰਨੇ ਫੇਰਾ, ਇਹ ਇੱਕ ਪਲ ਮੈਂ ਉਹਦੇ ਡੁੱਬੀ, ਇਸ ਚਨਾ ਤੋਂ ਪਾਰ ਹੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ, ਇਹ ਇੱਕ ਪਲ ਲੈ ਗੱਲ ਨੂੰ ਲਾ ਲੈ, ਇਹ ਇੱਕ ਪਲ ਮੈਂ ਤੇਰੀ ਹੋਈ। ਵਾਹ ਵਾਹ, ਬਹੁਤ 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 ਵਧੀਆ ਜੀ। ਤੇ ਅੱਗੇ ਮੇਰਾ ਸਵਾਲ, ਤੁਸੀਂ ਪਹਿਲਾਂ ਹੀ ਸੁਣ ਲਿਆ ਕਿ ਇਹ ਕਿਸ ਤਰੀਕੇ ਨਾਲ, ਮਤਲਬ ਤੁਸੀਂ ਇੱਕ ਦੋ ਮੇਰੇ ਨਾਲ ਹੋਰ ਵੀ ਸ਼ੇਅਰ ਕੀਤੀਆਂ ਸੀਗੀਆਂ ਇਹ ਲੰਬੀਆਂ ਕਵਿਤਾਵਾਂ, ਤੋ ਲੰਬੀ ਕਵਿਤਾ ਜਦੋਂ ਲਿਖੀ ਜਾਂਦੀ ਹੈ, ਤੁਸੀਂ ਕਹਿ ਰਹੇ ਹੋ ਕਿ ਮੈਂ ਜਦੋਂ ਐਡਿਟ ਵੀ ਨਹੀਂ ਕਰਦੇ, ਤਾਂ ਇੱਕ ਛੋਟੀ ਕਵਿਤਾ ਲਿਖਣ ਤੇ ਵੱਡੀ ਕਵਿਤਾ ਲਿਖਣ ਦੇ ਵਿੱਚ ਡਿਫਰੈਂਸ ਕੀ ਲੱਗਦਾ ਤੁਹਾਨੂੰ? ਮੈਨੂੰ ਯਾਦ ਆ ਜਦੋਂ ਮੈਂ ਇਹ ਪੋਇਮ ਲਿਖੀ ਸੀਗੀ, ਉਹ ਕਾਫੀ ਸਾਲ ਪਹਿਲਾਂ ਦੀ ਗੱਲ ਆ, ਉਹ ਮੈਨੂੰ ਤਾਂ ਮੈਂ ਕਦੀ ਵੀ ਮੈਂ ਲਿਖਦੀ ਹਾਂ ਵੀ ਨੀ ਲਿਖਦੀ, ਆਪਾਂ ਵਾਰ ਹੁੰਦਾ ਨਾ ਕਿ ਕਵੀ ਲਿਖਦੇ ਆ ਕਿ ਮੈਂ ਕਿਸ ਦਿਨ ਲਈ ਸੀ ਜਾਂ ਕਿਸ ਈਅਰ ਚ ਲਿਖੀ, ਮੈਨੂੰ ਇਹ ਤਾਂ ਯਾਦ ਰਹਿੰਦਾ ਕਿ ਮੈਂ ਇਹ ਕਵਿਤਾ ਕਿਹਦੇ ਲਈ ਲਿਖੀ ਸੀ ਜੀ, ਮੈਨੂੰ ਏਦਾਂ ਨੀ ਯਾਦ ਰਹਿੰਦਾ ਵੀ ਮੈਂ ਕਿਸ ਟਾਈਮ ਲਿਖੀ ਆ, ਮੈਨੂੰ ਹੁਣ ਇੱਕ ਵਾਰ ਇੰਨਾ ਯਾਦ ਕਿ ਮੈਂ ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ ਹੋਣਾ ਹੈ 2014 ਗੱਲ ਹੋ ਗਈ ਹੈ, ਤੇ ਉਦੋਂ ਕਿਸੇ ਤੋਂ ਯਾਦ ਆ ਕਿ ਸ਼ਾਮ ਟਾਈਮ ਮਤਲਬ ਤੁਸੀਂ ਮਤਲਬ ਤਾਂ ਮੇਰੀ ਜਸ਼ਨ
ਤੇ ਉਹ ਮਤਲਬ ਤੁਸੀਂ ਜਿਸ ਤਰ੍ਹਾਂ ਜਸ਼ਨ ਚ ਤੁਸੀਂ ਉਸ ਚੀਜ਼ ਨੂੰ ਲਿਖ ਰਹੇ ਆ ਤੇ ਉਹ ਇੱਕ ਲਗਾਤਾਰ ਹੀ ਫਲੋ ਬਣਿਆ। ਮੈਂ ਲਗਾਤਾਰ ਹੀ ਉਹ ਪੈਰੇ ਲਿਖ ਰਹੀ ਸੀ ਤੇ ਉਸ ਤੋਂ ਬਾਅਦ ਉਹ ਮਤਲਬ ਮੈਂ ਕਾਫੀ ਦਿਨ ਚ ਰਾਤ ਤੱਕ ਲਿਖਿਆ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੋਈ ਇਹਦੇ ਚੋਂ ਜਿਹੜਾ ਲਾਸਟ ਵਾਲੇ ਪੈਰੇ ਆ ਮੈਂ ਸਵੇਰੇ ਲਿਖੇ। ਮਤਲਬ ਮੈਂ ਤੀਬ ਵੀ ਉਹੀ ਰੱਖੀ ਆ ਜਿਹੜੇ ਪਹਿਲਾਂ ਲਿਖੇ ਪਹਿਲਾਂ ਆ ਤੇ ਜਿਹੜੇ ਐਂਡ ਵਾਲੇ ਲਿਖੇ ਉਹ ਮੈਂ ਫਿਰ ਸਵੇਰੇ ਜਦੋਂ ਉੱਠੀ ਮੇਰੇ ਕੰਮ ਤੇ ਜਾਣ ਤੋਂ ਪਹਿਲਾਂ ਮੇਰੀ ਸ਼ੁਰੂ ਤੋਂ ਦਿੱਤਾ ਕਿ ਮੈਂ ਜਲਦੀ ਉੱਠਦੀ ਹਾਂ ਤੇ ਮੇਰੇ ਖਿਆਲ ਨਾਲ ਮੈਂ 5 ਵਜੇ ਨਾ ਉੱਠੀ ਤੇ ਮੈਂ ਮਤਲਬ 7 ਵਜੇ ਜਾਣ ਤੋਂ ਪਹਿਲਾਂ ਮੇਰੇ ਖਿਆਲ ਨਾਲ 4 ਪੈਰੇ ਮੈਂ ਉਦੋਂ ਲਿਖੇ ਉਹ ਜੀ। ਉਹ ਮਤਲਬ ਉਹ ਏਦਾਂ ਉਹ ਮਤਲਬ ਇੱਕੋ ਟਾਈਮ ਲਿਖ ਗਈ ਹੈਗੀ ਮਤਲਬ ਪਰ ਇਹ ਆ ਕਿ ਉਹ ਸੀ ਮਤਲਬ ਰਾਤ ਅਗਲੇ ਦਿਨ ਸਵੇਰ ਦੇ ਲਗਾਤਾਰ ਤੁਹਾਡੀ ਪੂਰੀ ਹੋ ਗਈ। ਉਹ ਜਿੱਦਾਂ ਇਹਦੇ ਗੱਲਾਂ ਵੀ ਹੈਗੀਆਂ ਵੀ ਕਹਿ ਰਹੀ ਆ ਵੀ ਤੂੰ ਮੇਰਾ ਸਾਹਿਬਾ ਮੈਂ ਤੇਰੀ ਗੋਲੀ ਆ ਤੇ ਮੇਰੇ ਨਾਲ ਇਸ ਚੀਜ਼ ਬਾਰੇ ਕਿਸੇ ਨੇ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੈਨੂੰ ਮਤਲਬ ਮੇਲ ਪਰਸਪੈਕਟਿਵ ਤੁਸੀਂ ਪੈਟਰਾਰਕਲ ਸਿਸਟਮ ਦੇ ਰਹੇ ਆ ਵੀ ਤੁਸੀਂ ਗੋਲੀ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਏਦਾਂ ਲਿਆ ਹੀ ਨੀ ਪਊ ਵੀ ਮੈਂ ਏਦਾਂ ਸੋਚਿਆ ਹੀ ਨੀ ਤਾਂ ਤੁਸੀਂ ਸੁਣ ਰਹੇ ਆ। ਮੈਂ ਕਿਹਾ ਮੈਂ ਤਾਂ ਇਹਨੂੰ ਜੇ ਸਾਹਿਬ ਅਸੀਂ ਇੱਥੇ ਮੈਂ ਕਿਹਾ ਤੁਸੀਂ ਗੁਰਬਾਣੀ ਦੇ ਉਹਦੇ ਚ ਤਾਂ ਮਹਾਤਮਾ ਨੂੰ ਹੀ ਸਾਹਿਬ ਮਤਲਬ ਕੁਛ ਮੰਨ ਲਿਆ ਜਾਂਦਾ ਤੇ ਉਹ ਕਹਿੰਦੇ ਵੀ ਅਸੀਂ ਗੋਲੇ ਆ ਉਹਦੇ ਸੇਵਕ ਆ ਤੇ ਮੈਂ ਕਿਹਾ ਮੈਂ ਤਾਂ ਇਹਨੂੰ ਇਸ ਮਤਲਬ ਧਿਆਨ ਨਾਲ ਇਸ ਨਾਲ ਦੇਖਿਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਪਤਾ ਕਿ ਮੈਂ ਇਸ ਤੋਂ ਬਾਅਦ ਮੇਰੀਆਂ ਅੱਖਾਂ ਚ ਅੱਥਰੂ ਗਏ ਤੇ ਮੇਰੀਆਂ ਹੱਥ ਜੁੜੇ ਸੀਗੇ। ਮੈਨੂੰ ਉਹ ਮੋਮੈਂਟ ਕਦੀ ਭੁੱਲਿਆ ਮੈਨੂੰ ਲੱਗਾ ਕਿ ਉਵੇਂ ਦਾ ਆਨੰਦ ਵੀ ਕਦੀ ਦੁਬਾਰਾ ਸ਼ਾਇਦ ਮਹਿਸੂਸ ਹੀ ਨਹੀਂ ਕੀਤਾ। ਉਸ ਟਾਈਮ ਮੈਂ ਆਪਣੇ ਆਪ ਹੀ ਅੱਖਾਂ ਚ ਅੱਥਰੂ ਤੇ ਮੇਰੇ ਹੱਥ ਗਿਆ ਜਦੋਂ ਇਹ ਚੀਜ਼ ਮੈਂ ਲਿਖ ਸੀਗੀ ਤੇ ਉਹ ਤੋਂ ਬਾਅਦ ਇੰਨੀ ਵੀ ਕਵਿਤਾ ਕਦੀ ਲਿਖੀ ਵੀ ਨਹੀਂ ਆ ਤੇ ਜਾਂ ਜਿਹੜੀਆਂ ਹੋਰ ਵੀ ਲਿਖੀਆਂ ਆ ਉਹ ਆ ਕਿ ਉਹ ਜਿਹੜੇ ਮੋਮੈਂਟ ਸੀ ਉਸ ਟਾਈਮ ਨਿਕਲ ਰਹੇ ਆ ਕਿ ਮੈਂ ਇਹ ਚੀਜ਼ ਮੰਨਦੀ ਹਾਂ ਕਿ ਮੇਰੀ ਪੋਇਟਰੀ ਪਲਾਂ ਤੇ ਆ ਮੋਮੈਂਟਸ ਤੇ ਆ ਜਿਹੜੇ ਮੋਮੈਂਟਸ ਮੈਂ ਜੀ ਜਿਹਦੇ ਵਿੱਚ ਮੈਨੂੰ ਮੋਮੈਂਟ ਕੈਪਚਰ ਕਰਦੀ ਮੇਰੀ ਜਿਹੜੀ ਕੈਪ ਕਰ ਲੈਂਦਾ ਉਹ ਫਿਰ ਉਸੇ ਫਲੋ ਦੇ ਵਿੱਚ ਰਿਹਾ ਆ। ਜੇ ਉਹ ਦੋ ਦੀ ਵੀ ਆ ਤਾਂ ਉਹਦਾ ਮਤਲਬ ਉਹ ਉਸੇ ਟਾਈਮ ਲਿਖ ਜਾ ਰਹੀ ਆ ਉਹ ਐਂਡ ਉਹਦਾ ਉਸੇ ਟਾਈਮ ਹੋ ਰਿਹਾ ਆ ਮਤਲਬ ਉਸ ਟਾਈਮ ਦੇ ਵਿੱਚ। ਸਿਰਫ ਇਹ ਕਵ ਜਿਹੜੀ ਆ ਮੈਂ ਤੁਹਾਨੂੰ ਦੱਸਿਆ 2 ਦਿਨ ਦੇ ਵਿੱਚ ਪੂਰੀ ਕੀਤੀ ਨੇ ਤਾਂ ਜਿੰਨੀਆਂ ਵੀ ਕਵਿਤਾ ਫਿਰ ਉਹ ਪੂਰੀਆਂ ਉਸੇ ਟਾਈਮ ਹੋ ਰਹੀਆਂ ਆ ਮਤਲਬ ਲਗਾਤਾਰ ਤੁਹਾਡਾ ਮੈਨੂੰ ਲੱਗਦਾ ਫਲੋ ਨਾ ਲਿਖਿਆ ਹੀ ਨੀ ਜਾ ਸਕਦਾ। ਜੇ ਤੁਸੀਂ ਕਹੋ ਕਿ ਅੱਜ ਮੈਂ ਇੰਨਾ ਲਿਆ ਤੇ ਕੱਲ ਮੈਂ ਇਹਨੂੰ ਪੂਰਾ ਇੱਦਾਂ ਮਿੰਨਾ ਮਤਲਬ ਮੇਰਾ ਐਕਸਪੀਰੀਅੰਸ ਤਾਂ ਇਹੀ ਰਿਹਾ ਹੈਗਾ ਉਹ ਤੁਸੀਂ ਲਗਾਤਾਰ ਹੀ ਲਿਖ ਰਹੇ ਆ ਉਸ ਚੀਜ਼ ਨੂੰ ਤੇ ਉਹ ਜਦੋਂ ਰਿਜ਼ਮ ਪ੍ਰੋਪਰ ਬਣੀ ਆ ਉਹ ਐਂਡ ਤੱਕ ਤੁਹਾਨੂੰ ਲੱਗਦੀ ਹਾਂ ਹੁਣ ਇਹਦਾ ਫਲੋ ਵੀ ਅੱਛਾ ਰਿਹਾ ਤੇ ਬਿਲਕੁਲ ਮਤਲਬ ਤੁਹਾਡੇ ਮਨ ਦੇ ਗੁਣਗੁਣਾ ਹੋ ਰਹੇ ਪ੍ਰੋਪਰ ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹ ਮੈਂ ਉਸੇ ਕੱਪ ਫਿਰ ਮੈਂ ਚੋਣ ਵੀ ਲੈਂਦੀ ਹਾਂ ਕਿ ਮੈਂ ਇਹਨੂੰ ਪਬਲਿਸ਼ ਕਰਵਾਉਣਾ ਹੈ। ਮਤਲਬ ਜੇ ਤੁਸੀਂ ਕਹੋ ਐਕਸਪੀਰੀਅੰਸ ਦਾ ਕੋਈ ਫਰਕ ਹੈਗਾ ਕਿ ਜੇ ਵੱਡੀ ਕਵਿਤਾ ਛੋਟਾ ਲਿਖਣ ਦਾ ਮਤਲਬ ਐਕਸਪੀਰੀਅੰਸ ਉਹੀ ਆ ਜੋ ਨੈਚੁਰਲ ਘੱਟ ਆ ਰਿਹਾ ਤੁਸੀਂ ਲਿਖ ਰਹੇ ਆ ਉਹੀ ਤੁਸੀਂ ਲੋਕਾਂ ਨੂੰ ਸੁਣ ਰਹੇ ਆ ਜਾਂ ਫਿਰ ਕਰਵਾ ਰਹੇ ਆ। ਤੇ ਆਪਣੇ ਸਟੇਟ ਆਫ ਮਾਈਂਡ ਦਾ ਕਿੰਨਾ ਕੁ ਫਰਕ ਪੈਂਦਾ ਹੈ ਜਦੋਂ ਤੁਹਾਨੂੰ ਕਵਿਤਾ ਦੀ ਕੋਈ ਇਨਸਪੀਰੇਸ਼ਨ ਮਿਲਦੀ ਹੈ ਜਾਂ ਉਲਟਾ ਹੁੰਦਾ ਹੈ ਕਿ ਬੰਦਾ ਸੈਡ ਹੁੰਦਾ ਕਈ ਵਾਰ ਤਾਂ ਕਵਿਤਾ ਆ ਕੇ ਤੁਹਾਨੂੰ ਹੌਸਲਾ ਦਿੰਦੀ ਹੈ ਕਿ ਜਾਂ ਉਲਟਾ ਹੁੰਦਾ ਹੈ? ਕਵਿਤਾ ਹੌਸਲਾ ਤਾਂ ਦਿੰਦੀ ਇਸ ਚੀਜ਼ ਨੂੰ ਤਾਂ ਮੈਂ ਕਦੀ ਵੀ ਡਿਨਾਈ ਕਰ ਸਕਦੀ ਮੈਨੂੰ ਲੱਗਦਾ ਕੋਈ ਵੀ ਕਵੀ ਡਿਨਾਈ ਕਰ ਸਕਦਾ ਕਵਿਤਾ ਹੌਸਲਾ ਦਿੰਦੀ ਤੇ ਲੇਕਿਨ ਤੁਹਾਡਾ ਸਵਾਲ ਪਹਿਲਾਂ ਇਹ ਸੀ ਵੀ ਆਪਾਂ ਕਿੱਦਾਂ ਉਦਾਸ ਹੁੰਦੇ ਹਾਂ ਲਿਖਦੇ ਹਾਂ ਜਾਂ ਕਿੱਦਾਂ ਆ ਤਾਂ ਉਹਦੇ ਚ ਆ ਕਿ ਮੈਂ ਉਦਾਸ ਹੋ ਕੇ ਨਹੀਂ ਮੈਨੂੰ ਨੀ ਯਾਦ ਮੈਂ ਰੀਸੈਂਟਲੀ ਮੈਂ ਇਹ ਚੀਜ਼ ਲਿਖੀ ਵੀ ਸੀ ਮੈਂ ਤੁਹਾਨੂੰ ਜਦੋਂ ਗੁਰਪ੍ਰੀਤ ਗੀਤ ਦੀ ਡੈਥ ਹੋਈ ਆ ਮਤਲਬ ਉਹ ਤੋਂ ਪਹਿਲਾਂ ਮੈਂ ਜਿੰਨੀ ਕਵਿਤਾ ਹੁਣ ਤੱਕ ਜਾਂ ਵੀ ਉਹ ਤੋਂ ਬਾਅਦ ਕੀ ਆ ਜਾਂ ਕੁਛ ਜਾਂ ਉਹ ਤੋਂ ਪਹਿਲਾਂ ਜਿੰਨੇ ਸਾਲਾਂ ਦੇ ਵਿੱਚ ਲਈ ਕਵਿਤਾ ਹਮੇਸ਼ਾ ਜਸ਼ ਰਹੀ ਆ ਮਤਲਬ ਜਦੋਂ ਮੈਂ ਖੁਸ਼ ਹਾਂ ਤਾਂ ਉਦੋਂ ਲਿਖ ਸਕਦੀ ਮੈਂ ਉਦਾਸ ਆ ਜਦੋਂ ਮੈਂ ਉਦੋਂ ਹੀ ਕਵਿਤਾ ਨਹੀਂ ਲਿਖੀ ਜਦੋਂ ਬਹੁਤ ਪੇਨ ਨਿਕਲੀ ਆ ਕਿਸੇ ਵੀ ਦੁੱਖ ਨਿਕਲੀ ਆ ਮੈਂ ਉਹਨਾਂ ਦਿਨਾਂ ਚ ਨਹੀਂ ਰਹੀ ਹੁੰਦੀ ਉਹਨਾਂ ਦਿਨਾਂ ਚ ਆਪਣੇ ਫੈਮਿਲੀ ਦੇ ਬਹੁਤ ਨੇੜੇ ਰਹਿੰਦੀ ਆ ਜਾਂ ਆਪਣੇ ਦੋਸਤਾਂ ਦੇ ਜਿਹੜੇ ਨੇੜੇ ਆ ਜਾਂ ਸਟੂਡੈਂਟ ਨੇੜੇ ਮੇਰਾ ਸਟੂਡੈਂਟਸ ਨਾਲ ਬਹੁਤ ਹੁੰਦਾ ਕਿ ਮੈਂ ਉਹਨਾਂ ਨਾਲ ਅਟੈਂਡ ਕਰਾਂ ਤੁਹਾਨੂੰ ਮਤਲਬ ਮੈਨੂੰ ਲੱਗਦਾ ਕਿ ਉਹੀ ਕਵਿਤਾ ਆ ਉਹ ਤਾਂ ਉਸ ਦੁੱਖ ਚੋਂ ਬਾਹਰ ਕੱਢਦੇ ਆ ਤੇ ਲੇਕਿਨ ਉਦਾਸ ਹੋ ਕੇ ਕਦੀ ਲਿਖੀ ਜਦੋਂ ਮੈਂ ਬਹੁਤ ਖੁਸ਼ ਹਾਂ ਜਦੋਂ ਮੈਂ ਉਹਦਾ ਨਾਂ ਵਿੱਚ ਮੈਂ ਤਾਂ ਉਦੋਂ ਲਿਖ ਰਹੀ ਹੁੰਦੀ ਤੇ ਉਦੋਂ ਮਤਲਬ ਉਹ ਚੀਜ਼ ਹੀ ਉਦੋਂ ਖੁਸ਼ ਹਾਂ ਮੈਂ ਲਿਖ ਰਹੀ ਜਦੋਂ ਮੈਂ ਲਿਖ ਰਹੀ ਹਾਂ ਉਹ ਚੀਜ਼ ਮੈਨੂੰ ਹੋਰ ਖੁਸ਼ੀ ਦਿੰਦਾ ਉਹ ਫਿਰ ਬਿਲਕੁਲ ਤੁਸੀਂ ਆਨੰਦ ਵਿੱਚ ਮੈਂ ਵੀ ਕਲਾ ਦਾ ਆਨੰਦ ਚ ਲੈ ਰਹੀ ਹੈ ਮੇਰੀ ਕਲਾ ਮੈਂ ਕਦੀ ਪ੍ਰੋਸੈਸ ਵਾਲੀ ਕਾਫੀ ਕਵਿਤਾ ਮੈਂ ਆਈਆਂ ਜਿਹੜੀਆਂ ਮੈਂ ਲਿਖੀਆਂ ਕਿ ਕਲਾ ਲਿਖ ਕਿਵੇਂ ਆ ਤਾਂ ਮੈਂ ਲਿਖ ਮੈਂ ਉਹਦੇ ਵਿੱਚ ਫਰਜ਼ ਕਰਦੀ ਹਾਂ ਕਿ ਉਹ ਆਨੰਦ ਦੀ ਅਵਸਥਾ ਤੁਸੀਂ ਬਿਲਕੁਲ ਤੁਸੀਂ ਤੁਸੀਂ ਹੈ ਹੀ ਆ ਤੁਸੀਂ ਕਿਸੇ ਹੋਰ ਸਟੇਟ ਵਿੱਚ
डेथ हुई ओदो मैं कुछ कविता लिखिया या मतलब कवा की मतलब उन्होंने दिन मैं ऐसा सी की मैं बहुत शौक विच रही हाँ उदो उदो मैं एक कविता भी लिखी इदा दी मैं क्या की भी, मैं क्या भी मैं हमेशा जश्न बारे ही रहा सीगा ते मैं क्या भी तू इदा चल गई कि मेरी कवि नू तू उदास करता मेरे को हुण कविता है नहीं तुहानु सुणाउंदी मैं मतलब ओहदे ही जिक्र कीता सीगा मैं भी, भी तेरे जान ने मेरे तुहानु उदास कीता भी अज तक मेरी कविता कदी उदास नहीं हुई पर उस मां ने मैं सच्ची उदास किया कि मैं लगा कि भी हाले उन्हें बहुत करना जी बहुत कुछ लिया जी बहुत कुछ जा सीगा ते इन्नी यंग वो चली गई उस चीज मैं हलोणिया ते उदास मेरी कविता उदास रही उन्होंने ये तो जिन्हें मर्जी दुख लिखिया जब लिख मैं क्या जखम ले मैं रोई जखम ले मैं हार गई मैं क्या हो ले मैं आपा रोशन हो गया मतलब ऐदा लगा कि जखम मिलना भी थानू मतलब ओ मतलब कि ताडे लई जश्न बन जांदा बाद विच ते ओ चीज मतलब ही लगदा कि मेले कदी भी मतलब दुख च रह के मतलब उस तो बाद भी ऐदा ही आ कि दे विच मैं कदी नहीं लिखंदी हैगी मैं खुश हां लिख रही हूं ते एक कविता होर सुना दो एक या दो कविता जदों असीं खंडा ब्रह्मंडा दी करदे आं जदों असीम आनंद परम आनंद दी चर्चा हुंदी है मोक्ष ध्यान इस सारे शब्द मन गूंजदे जदों वेदां दा विश्लेषण पुनर विश्लेषण छड़दा तर्क दलीलां मतभेद सारी दुनिया च नवें महाभारत छिड़े हर बंदे कोल है अपनी ही दलील हर बंदे कोल है अपनी ही दलील अपना ही तर्क किसकी परिभाषा सही किसकी परिभाषा सी हर कोई अपने आप नूं साबित करन दी दौड़ च हो रहा है अद्धा अधूरा हर कोई अपने आप नूं साबित करन दी दौड़ च हो रहा है अद्धा अधूरा मैं बंदे नूं किलो तों अद्धा किलो दा हुंदा दिया है ते फिर पाईया मैं बंदे नूं किलो तों अद्धा किलो दा हुंदा देखिया है ते फिर पाईया जदों इस सारा कुछ दुनिया हो रहा हुंदा है ओ निक्का बच्चा मेरी छाती ते बेफिकर सो रहा हुंदा है जदों इस सारा कुछ दुनिया हो रहा हुंदा है ओ निक्का बच्चा मेरी छाती ते बेफिकर सो रहा हुंदा है मैं दुनिया ते हस छड़ी हूं जेडी कविता मेनू जिदा अपा गल की हां भी कविता लिख दिता उस मेरा भतीजा मेरे को आकमे पै गया ते मैं मतलब मेनू लगता कि ओ मतलब मेरे आनंद दा समा सा मतलब मेनू बहुत आनंद बहुत खुशी महसूस हो रही ओ मतलब किन्ने आनंद दा फिकर सो रहा है फिर मैं उदो मतलब ओही ना ताडी थिंक जेडी ओ चल जांदी कि हां मतलब इस टाइम ते इस मोमेंट दे ओ किन्ने तरक दलीलां च पए होए आ पर जेड़ा ओ मोमेंट जेड़ा सी इंजॉय ना हुंदा है अपनी फैमिलीज विच या मतलब ओही ओ असली कथा ओही आ जो असि जी रहे हां जेड़े पलां नूं असि जी रहे हां असि ओनू किन्ना सोहना जी रहे हां ते जे असि ओनू सोहना जी रहे हां लगदा फिर ओही तुहाडे तां नूं भी सोहना कर दे ते बहुत बार जो इनोसेंस दिखदी है तुहाडी कविता दे विच तां तुसीं अपने बचपन नूं किन्ना कु मिस करदे हो ते कविता की जरिया बनती है बचपन विच वापस ले जाण दा मैनूं अपना बचपन तां नहीं इन्ना याद या मैं अपने बचपन दियां कोई मैनूं हां मेरे नानका बैठदी हुंदी सीगी
ਉਹ ਨਵਾਂ ਸ਼ਹਿਰ ਦੇ ਲਾਗੇ ਪਿੰਡ ਸੀਗਾ ਤੇ ਮੈਨੂੰ ਉੱਥੇ ਦੱਸਿਆ ਕਿ ਇਹਦੇ ਘਰ ਤੇ ਮਤਲਬ ਮੈਨੂੰ ਬਹੁਤ ਪਸੰਦ ਸੀ ਉਹ ਸਾਰਾ ਮੈਂ ਬਹੁਤ ਜੁੜੀ ਹੋਈ ਹਾਂ ਚੀਜ਼ਾਂ ਨਾਲ ਟਿਊਬਵੈਲ ਆ ਉੱਥੇ ਖੇਤ ਮੈਂ ਬਹੁਤ ਪਿੰਡਾਂ ਨਾਲ ਮੇਰਾ ਬਹੁਤ ਲਗਾਵ ਰਿਹਾ ਆ ਮੈਂ ਸ਼ਹਿਰ ਦੇ ਵਿੱਚ ਪਲੀ ਵੱਡੀ ਪਰ ਮੈਨੂੰ ਪਿੰਡ ਬਹੁਤ ਲੱਗਦੇ ਰਹੇ ਹਮੇਸ਼ਾ ਤੋਂ ਤੇ ਮਤਲਬ ਉਹ ਮੇਰਾ ਜ਼ਰੂਰ ਆਉਂਦੀਆਂ ਚੀਜ਼ਾਂ ਉੱਥੇ ਜਾਣਾ ਉੱਥੇ ਰਹਿਣਾ ਉੱਥੇ ਇੰਜੋਏ ਕਰਨਾ ਮੈਂ ਜਾਂ ਸਾਡੇ ਅਸੀਂ ਛੋਟੇ ਹੁੰਦੇ ਆਪਣੇ ਇੱਥੇ ਵੀ ਮਤਲਬ ਪਸ਼ੂ ਰੱਖੇ ਹੁੰਦੇ ਉਹ ਮੈਨੂੰ ਮੋਮੈਂਟ ਆ ਕਿ ਮੈਂ ਉਸ ਚੀਜ਼ ਕਿੱਦਾਂ ਮਤਲਬ ਉਹਨਾਂ ਦੀ ਕੇਅਰ ਕਰਨੀ ਆ ਮਤਲਬ ਆਪਣੇ ਮੱਝਾਂ ਦੀ ਉਹ ਮੈਨੂੰ ਲੱਗਦੇ ਹੁੰਦੇ ਸੀਗੇ ਜਾਂ ਮੇਰੀ ਮਦਰ ਨੇ ਜਦੋਂ ਮੈਂ ਤੁਹਾਨੂੰ ਸਗਾ ਲਿਪਣਾ ਆ ਚੀਜ਼ਾਂ ਮੈਨੂੰ ਪਸੰਦ ਸੀ ਉਹਨੇ ਮਧਾਣੀ ਰਿੜਕਣੀ ਉਹ ਪਸੰਦ ਸੀ ਚੀਜ਼ਾਂ ਬਹੁਤ ਜ਼ਿਆਦਾ ਤੇ ਲੇਕਿਨ ਮੈਨੂੰ ਲੱਗਦਾ ਕਿ ਜਿਹੜੀ ਇਨੋਸ ਮੇਰੀ ਪੋਇਟਰੀ ਚ ਹੈ ਮੇਰੇ ਆਪਣੇ ਨੇਚ ਵੀ ਚਲੋ ਜੇ ਹੋਏ ਤਾਂ ਜ਼ਿਆਦਾ ਮੈਂ ਜਿਹੜਾ ਬਚਪਨ ਮਤਲਬ ਇੰਜੋਏ ਕੀਤਾ ਮੈਂ ਆਪਣੇ ਭਿੱਜੇ ਦਾ ਬਚਪਨ ਇੰਜੋਏ ਕੀਤਾ ਹੈ ਤੇ ਮੇਰੀ ਕਵਿਤਾ ਦੇ ਵਿੱਚ ਜੇ ਬੱਚਾ ਬਾਰ ਬਾਰ ਨਜ਼ਰ ਆਉਂਦਾ ਆ ਉਹ ਉਹਦਾ ਹੀ ਜ਼ਿਕਰ ਹੈ ਬਾਰ ਕਿਉਂਕਿ ਮੈਂ ਉਹ ਬਚਪਨ ਨੂੰ ਦੇਖਿਆ ਮੈਂ ਉਹਦੀ ਇਨੋਸੈਂਸ ਦੇਖਿਆ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਅਸੀਂ ਜਦੋਂ ਅਸੀਂ ਸੀ ਅਸੀਂ ਵੀ ਐਵੇਂ ਦੇ ਹੀ ਰਹੇ ਹੋਵਾਂਗੇ ਵੀ ਏਦਾਂ ਦੇ ਜੱਬੜ ਮਾਰਦੇ ਹੋਵਾਂਗੇ ਜੱਬਲੀਆਂ ਇਹ ਮਾਰਿਆ ਤੇ ਜਿੱਦਾਂ ਦੀ ਜਿੱਦ ਕਰਦਾ ਆ ਤਾਂ ਮੈਨੂੰ ਉਦੋਂ ਜਾਣ ਲੱਗਿਆ ਕਿ ਹਾਂ ਵੀ ਅਸੀਂ ਆਪਣਾ ਹੀ ਬਚਪਨ ਇਹਦੇ ਥਰੂ ਜਾਏ ਆ ਤੇ ਮੈਂ ਉਹਦੇ ਬਚਪਨ ਨੂੰ ਇੰਜੋਏ ਕਰ ਰਿਹਾ ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜਾਂ ਜਿਹੜੀਆਂ ਉਹ ਕਰਦਾ ਆ ਜਿਹੜੀਆਂ ਉਹ ਗੱਲਾਂ ਕਰ ਮੇਰੀ ਆਦਤ ਰਹੀ ਆ ਕਿ ਪਹਿਲਾਂ ਬਹੁਤ ਜਦੋਂ ਉਹਨੇ ਲਫ਼ਜ਼ ਬੋਲਣੀ ਸਿੱਖਣੀ ਲਾਬੀ ਸ਼ੁਰੂ ਕੀਤੀ ਆ ਤਾਂ ਮੈਂ ਉਹ ਲਿਖ ਕੇ ਰੱਖੀਆਂ ਹੋਈਆਂ ਆ ਕਿ ਜਿੱਦਾਂ ਜਿੱਦਾਂ ਉਹ ਕਹਿੰਦਾ ਸੀ ਅੱਖਰਾਂ ਨੂੰ ਜਿੱਦਾਂ ਪਹਿਲਾਂ ਸਹੀ ਨੀ ਬੋਲਦੇਗਾ ਜਿੱਦਾਂ ਭੂਆ ਨੀ ਕਹਿੰਦੀ ਊਆ ਕਹਿੰਦਾ ਸੀ ਤਾਂ ਮੈਂ ਉਹ ਲਿਖਿਆ ਹੋਇਆ ਉਹ ਚੀਜ਼ ਨੂੰ ਕਿ ਹਾਂ ਵੀ ਇਹਦਾ ਮੈਂ ਕਿ ਜਦੋਂ ਵੱਡਾ ਹੋਏ ਤੇ ਜਾਂ ਜਿਹੜੀਆਂ ਮੈਂ ਉਹਦੇ ਲਈ ਕਵਿਤਾਵਾਂ ਲਿਖ ਰਹੀ ਹੁੰਦੀ ਮੈਂ ਉਹਨੂੰ ਇਹ ਚੀਜ਼ ਕਰ ਰਹੀ ਹੁੰਦੀ ਮੈਂ ਕਿਹਾ ਜੇ ਤੂੰ ਵੱਡਾ ਹੋਇਆ ਤੇ ਤੂੰ ਇਹਨੂੰ ਪੜ੍ਹੇਗਾ ਤੇ ਮੈਂ ਤੇਰਾ ਬਚਪਨ ਸਾਂਭ ਰਹੀ ਹਾਂ ਮੈਂ ਤੇਰੀਆਂ ਯਾਦਾਂ ਸਾਂਭ ਰਹੀ ਹਾਂ ਤੇਰੇ ਬੰਦੀਆਂ ਤੇਰੇ ਬਾਰੇ ਲਿਖ ਕੇ ਤੇ ਮੈਂ ਕਹਾਂਗੀ ਕਿ ਮੇਰੀ ਪੋਇਟਰੀ ਦੇ ਵਿੱਚ ਜਿਹੜੀ ਇਨੋਸੈਂਸ ਆ ਉਹ ਮੇਰੇ ਭਤੀਜੇ ਕਰਕੇ ਹੀ ਆਈ ਹੈ ਇਨੋਸੈਂਸ ਹੈਗੀ ਆ ਇਹ ਉਹਨੇ ਹੀ ਮੈਨੂੰ ਦਿੱਤਾ ਮੈਨੂੰ ਲੱਗਦਾ ਕਿ ਮੇਰੀ ਕਾਫੀ ਪੋਇਟਰੀ ਮੈਂ ਉਹਨੂੰ ਡੈਡੀਕੇਟ ਕਰਾਂਗੀ ਕਿਉਂਕਿ ਉਹਨੇ ਹੀ ਮੈਨੂੰ ਜ਼ਿੰਦਗੀ ਜਿਉਣਾ ਕੀ ਹੁੰਦਾ ਆ ਸਰਲ ਹੋਣਾ ਕੀ ਹੁੰਦਾ ਉਹਦੇ ਆਉਣ ਤੋਂ ਬਾਅਦ ਹੀ ਆਇਆ ਕਿ ਜ਼ਿੰਦਗੀ ਕਿੰਨੀ ਸਰਲ ਆ ਕਿੰਨੀ ਕਿੰਨੀ ਜ਼ਿਆਦਾ ਸੌਖੀ ਆ ਤੇ ਕਿੱਦਾਂ ਜੀ ਚਾਹੀਦਾ ਆ ਇਹ ਮੈਂ ਉਹਦੇ ਸਿੱਖਦੀ ਹਾਂ ਤੇ ਮੈਂ ਕਵਿਤਾ ਵੀ ਕੀਤੀ ਮੈਂ ਕਿਹਾ ਮੈਂ ਸਹਿਜ ਹੋਣਾ ਬੱਚੇ ਤੋਂ ਸਿੱਖਦੀ ਹਾਂ ਕਿ ਵੀ ਬੱਚਾ ਮੈਨੂੰ ਆ ਰਿਹਾ ਕਿ ਕਿੱਦਾਂ ਸਹਿਜ ਹੋਣਾ ਆ ਕਿੱਦਾਂ ਬਰ ਕਰਨਾ ਆ ਜਾਂ ਜਿੱਦ ਕਿੱਦਾਂ ਕਰਨੀ ਆ ਉਹ ਚੀਜ਼ ਮੈਂ ਉਹਦੇ ਐਕਸਪੀਰੀਅੰਸ ਸਿੱਖ ਰਹੀ ਹਾਂ ਇਹੋ ਜੀ ਕਾਵਿ ਸ਼ੈਲੀ ਦੇ ਨਾਲ ਤੇ ਸਬਜੈਕਟ ਮੈਟਰ ਦੇ ਨਾਲ ਜਦੋਂ ਜਿਸ ਸਮੇਂ ਦੇ ਵਿੱਚ ਤੁਸੀਂ ਹੁਣ ਬੈਠੇ ਹਾਂ ਤੇ ਜਿਹਨਾਂ ਕਾਰਨਾਂ ਕਰਕੇ ਅਸੀਂ ਆਨਲਾਈਨ ਬੈਠੇ ਹਾਂ ਇਸ ਬਿਮਾਰੀ ਕਰਕੇ ਤਾਂ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਉਹਨੇ ਤੁਹਾਡੀ ਆਪਣੀ ਇਮੋਸ਼ਨਲ ਲੈਵਲ ਤੇ ਕਿੰਨਾ ਕਿਸ ਤਰੀਕੇ ਦਾ ਇਫੈਕਟ ਕੀਤਾ ਇਫੈਕਟ ਹੈ ਬਹੁਤ ਇਫੈਕਟ ਹੈ ਮੈਂ ਕਹਿੰਦੀ ਹਾਂ ਕਿ ਮੈਨੂੰ ਲੱਗਦਾ ਕਿ ਜਦੋਂ ਅਸੀਂ ਸਾਡਾ ਹੈਗਾ ਆਪਣੇ ਕਹਾਵਤ ਵੀ ਕਿਲਾ ਦਿਮਾਗ ਸ਼ਤਾਨ ਦਾ ਘਰ ਹੈ ਤੇ ਜਦੋਂ ਅਸੀਂ ਸਕੂਲਿੰਗ ਚ ਸੀਗੇ ਮਤਲਬ ਆਪਣਾ ਰੋਜ਼ਮਰਾ ਜ਼ਿੰਦਗੀ ਜਿਹੜੀ ਸੀਗੀ ਉਹ ਬਹੁਤ ਬਿਜ਼ੀ ਸੀ ਤੇ ਉਦੋਂ ਮਾਇੰਡ ਜਿਹੜਾ ਤੁਹਾਡਾ ਬਹੁਤ ਓਕੂਪਾਈਡ ਆ ਤੇ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਉਸ ਚੀਜ਼ ਦੇ ਵਿੱਚ ਤੁਹਾਡਾ ਮਾਇੰਡ ਕਿਸੇ ਵੀ ਨੈਗੇਟਿਵ ਗੱਲ ਵੱਲ ਜ਼ਿਆਦਾ ਨਹੀਂ ਜਾਂਦਾ ਪਰ ਜਦੋਂ ਲੋਕਡਾਊਨ ਵੀ ਹੋਇਆ ਤੁਸੀਂ ਇਕਦਮ ਫ੍ਰੀ ਤਾਂ ਮਤਲਬ ਜਾਂ ਅੱਜ ਕੱਲ ਤਾਂ ਹੁਣ ਲੋਕ ਕਾਫੀ ਕੰਮ ਹੋ ਗਏ ਆ ਸਕੂਲ ਦੇ ਕਲਾਸਿਸ ਆਨਲਾਈਨ ਰਹੀਆਂ ਆ ਪਰ ਪਹਿਲਾਂ ਮੈਂ ਇਹ ਚੀਜ਼ ਮਹਿਸੂਸ ਕੀਤੀ ਉਹ ਮੇਰਾ ਬਿਲਕੁਲ ਲੱਗਾ ਕਿ ਹਾਂ ਵੀ ਦਿਨ ਚਰਿਆ ਜਿਹੜੀ ਮਤਲਬ ਦਿਨ ਸਮਾਂ ਉਹ ਬਿਲਕੁਲ ਹੀ ਤੁਹਾਡਾ ਸ਼ਰੀਰ ਸਾਰਾ ਹੋਰ ਹੋ ਗਿਆ ਤੇ ਤੁਹਾਡਾ ਮਾਇੰਡ ਐਵੇਂ ਹੋ ਗਿਆ ਤੁਸੀਂ ਕੀ ਕਰਨਾ ਆ ਫਿਰ ਮੈਂ ਕਿਤਾਬਾਂ ਪਹਿਲਾਂ ਲਾਉਂਦੀ ਅੱਜ ਕੱਲ ਤਾਂ ਹੁਣ ਨਹੀਂ ਸਮਾਂ ਮਿਲ ਰਿਹਾ ਸਕੂਲ ਦੇ ਕੰਮ ਨੇ ਲੇਕਿਨ ਪਹਿਲਾਂ ਗੁਰਮਈ ਮਤਲਬ ਕਿ ਪੜ੍ਹਨ ਸ਼ੁਰੂ ਕੀਤੀ ਹੁੰਦਾ ਸੀ ਨਾ ਬਿਜ਼ੀ ਹੁੰਦੀ ਅਸੀਂ ਕੱਢਦੇ ਸੀ ਤਾਂ ਮੈਂ ਉਹ ਅਰਥ ਜੇ ਪੜ੍ਹੇ ਮੈਂ ਜਾਂ ਉਹ ਤੋਂ ਇਲਾਵਾ ਕੀ ਕਰਨਾ ਸ਼ੁਰੂ ਤਾਂ ਮੈਂ ਕਿਤਾਬਾਂ ਜਿਹੜੀਆਂ ਪੁਰਾਣੀਆਂ ਵੀ ਸੀ ਕਈ ਜਾਂ ਕੁਛ ਪਈਆਂ ਸੀਗੀਆਂ ਮੈਂ ਪੜ੍ਹ ਨਹੀਂ ਸੀਗੀਆਂ ਕੁਛ ਜਿਹੜੀਆਂ ਪੜ੍ਹੀਆਂ ਸੀ ਉਹ ਵੀ ਦੁਬਾਰਾ ਪੜ੍ਹੀਆਂ ਤੇ ਕੁਛ ਉਹ ਵੀ ਪੜ੍ਹੀਆਂ ਤੇ ਮੈਨੂੰ ਉਹ ਸਿਰਫ ਉਹ ਸਭ ਕੁਛ ਇਸੇ ਲੱਗਾ ਕਿ ਜਿਹੜਾ ਮਾਇੰਡ ਉਹ ਓਕੂਪਾਈਡ ਰਹੇ ਤੇ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਲੋਕਡਾਊਨ ਨੇ ਉਸ ਚੀਜ਼ ਨੂੰ ਇਮੋਸ਼ਨਲੀ ਥੋੜਾ ਵਿੱਚ ਲੱਗਦਾ ਕਈ ਵਾਰ ਤੁਹਾਨੂੰ ਵੀਕ ਵੀ ਕਰਦਾ ਪਰ ਫਿਰ ਤੁਸੀਂ ਆਪਣੇ ਮਾਇੰਡ ਨੂੰ ਸਟਰੋਂਗ ਕਰਦੇ ਆ
ਫਿਰ ਤੁਸੀਂ ਆਪਣੇ ਆਪ ਮਤਲਬ ਵੀ ਤੁਸੀਂ ਆਪਣੇ ਆਪ ਨੂੰ ਮੈਨੂੰ ਲੱਗਦਾ ਕਿ ਤੁਸੀਂ ਡਿੱਗ ਕੇ ਆਪਣੇ ਆਪ ਨੂੰ ਆਪ ਹੀ ਚੱਕਣਾ ਤੇ ਇਹ ਸਿਲਸਿਲਾ ਲੱਗਦਾ ਹੀ ਰਹਿੰਦਾ ਆ। ਤੇ ਪਰ ਇਹ ਹੈ ਕਿ ਲੋਕਡਾਊਨ ਨੇ ਤੁਹਾਨੂੰ ਸਮਾਂ ਦਿੱਤਾ ਆ ਆਪਣੇ ਬਾਰੇ ਸੋਚਣ ਦਾ, ਜ਼ਿੰਦਗੀ ਬਾਰੇ ਤੁਹਾਨੂੰ ਇੱਕ ਠਹਿਰਾਅ ਦਿੱਤਾ ਹੈ ਕਿ ਤੁਸੀਂ ਸੋਚਣਾ ਹੈ ਤੁਸੀਂ ਕੀ ਕਰ ਰਹੇ ਆ, ਕੀ ਕਰਨਾ ਆ। ਮੈਂ ਬੱਚਿਆਂ ਨੂੰ ਕੀਪਿੰਗ ਕੁਆਇਟ ਪੋਇਮਾ ਪੜ੍ਹਾ ਰਹੀ ਹੁੰਦੀ ਸੀ ਅੱਗੇ, ਉਹ ਕੀਪਿੰਗ ਕੁਆਇਟ ਦੇ ਵਿੱਚ ਸੇਮ ਹੈਗਾ ਕਿ ਤੁਸੀਂ ਸਾਰਾ ਕੰਮ ਛੱਡ ਕੇ, ਪੋਇਟ ਕਹਿ ਰਿਹਾ ਪਾਬਲੋ ਨਰੂਦਾ ਦੀ ਪੋਇਮ, ਸਭ ਕੁਛ ਛੱਡ ਦਿਓ, ਕਹਿੰਦਾ ਕਿ ਤੁਸੀਂ ਸੋਚੋ ਤੁਸੀਂ ਕੀ ਕਰ ਰਹੇ ਆ, ਕਿ ਉਹ ਵਰਥ ਆ ਜੋ ਤੁਸੀਂ ਕਰ ਰਹੇ ਆ, ਔਰ ਡੂ ਯੂ ਨੀਡ ਟੂ ਚੇਂਜ ਥਿੰਗ, ਤੁਹਾਨੂੰ ਚੇਂਜ ਕਰਨ ਦੀ ਲੋੜ ਉਸ ਚੀਜ਼ ਨੂੰ। ਤੇ ਮੈਂ ਬੱਚਿਆਂ ਨੂੰ ਜਦੋਂ ਹੁਣ ਵੀ ਕੀਪਿੰਗ ਕੁਆਇਟ ਕਰਾਈ, ਉਹਨਾਂ ਨੂੰ ਲੋਕਡਾਊਨ ਦੇ ਨਾਲ ਰਿਲੇਟ ਕੀਤੀ ਉਹ ਚੀਜ਼ ਕਿ ਦੇਖੋ ਅਸੀਂ ਉਸੇ ਸਮੇਂ ਚੋਂ ਨਿਕਲ ਰਹੇ ਕਿ ਹੁਣ ਸਾਨੂੰ ਆਪਣੇ ਕੰਮਾਂ ਨੂੰ ਜੋ ਕੀਤਾ ਹੈ ਹੁਣ ਤੱਕ ਜਾਂ ਕਰਾਂ ਅੱਗੇ, ਸਾਨੂੰ ਉਹਨੂੰ ਤੱਕ ਸੋਚਣ ਦੀ ਲੋੜ ਆ ਕਿ ਕਿੰਨਾ ਕੁ ਵਰਥ ਰਹੇ ਆ, ਜਾਂ ਸੁਸਾਇਟੀ ਲਈ ਉਸ ਚੀਜ਼ ਦਾ ਕਿੰਨਾ ਕੁ ਅਮਲ ਸੀ ਆਪਣੇ ਵੱਲੋਂ ਯੋਗਦਾਨ ਪਾ ਰਹੇ ਹਾਂ, ਕਿ ਸੁਸਾਇਟੀ ਇੰਨਾ ਕੁ ਬੈਟਰ ਕਰ ਰਹੇ ਹਾਂ ਕਿਸੇ ਚੀਜ਼ ਨੂੰ, ਜਾਂ ਕਿਸੇ ਦੀ ਜ਼ਿੰਦਗੀ ਨੂੰ ਸੋਹਣਾ ਆਉਣ ਦੇ ਵਿੱਚ ਅਸੀਂ ਕੀ ਰੋਲ ਅਦਾ ਕਰ ਰਹੇ ਹਾਂ, ਤੇ ਉਹ ਚੀਜ਼ ਮਤਲਬ ਕਿ ਸਮਾਂ ਮਿਲਿਆ ਆ। ਤੇ ਪਰ ਇਹ ਹੈ ਕਿ ਜੇ ਇਮੋਸ਼ਨਲੀ ਵੀ ਕਿਤੇ ਕਿਤੇ ਕੀਤਾ ਆ, ਮਤਲਬ ਜ਼ਰੂਰ ਮੈਂ ਕਿਸੇ ਹੋਰ ਫਰੈਂਡਸ ਨਾਲ ਵੀ ਗੱਲ ਕਰਦੀ, ਪਰ ਨਾਲ ਨਾਲ ਹੀ ਸਾਨੂੰ ਇੱਕ ਨਵਾਂ ਸੋਚਣ ਦਾ ਨਜ਼ਰ ਵੀ ਮਿਲਿਆ ਹੈ, ਤੇ ਕਿਤੇ ਨਾ ਕਿਤੇ ਪੋਜ਼ਿਟਿਵ ਵੀ ਰਹੀ ਆ। ਲੇਕਿਨ ਹਾਂ ਇਹ ਜ਼ਰੂਰ ਆ ਕਿ ਅਸੀਂ ਸਾਰੇ ਹੀ ਮਤਲਬ ਇਹ ਦੁਆ ਕਰ ਰਹੇ ਹਾਂ, ਤੇ ਪਹਿਲਾਂ ਵੀ ਕਰ ਰਹੇ ਸੀ ਕਰ ਰਹੇ ਹਾਂ ਕਿ ਜਲਦੀ ਜਲਦੀ ਜਿਹੜਾ ਜਿਹੜੀ ਪਹਿਲਾਂ ਵਾਲੀ ਸਥਿਤੀ ਆ ਉਹਦੇ ਚ ਆਈਏ, ਜਿਹਦੇ ਵਿੱਚ ਬਿਨਾਂ ਕਿਸੇ ਡਰ ਤੋਂ ਆਪਣਾ ਚੋਂ ਨਿਕਲੀਏ, ਤੇ ਜਿਹੜੀ ਮਤਲਬ ਸਾਰਿਆਂ ਦੀ ਜਿਹੜੀ ਸਹਿਤਯਾਬੀ ਆ, ਮੈਂ ਕਹਿੰਦੀ ਕਿ ਸਭ ਠੀਕ ਠਾਕ ਹੋ, ਸਾਰੇ ਬਿਲਕੁਲ ਤੰਦਰੁਸਤ ਆਪਣੇ ਆਪਾਂ ਘਰਾਂ ਤੋਂ ਪਹਿਲਾਂ ਬਾਹਰ ਚੱਲਦੇ ਸੀ ਬਿਨਾਂ ਕਿਸੇ ਤੋਂ, ਉਹ ਚੀਜ਼ ਜ਼ਰੂਰ ਦੁਬਾਰਾ ਤੋਂ ਚਾਹੁੰਦੇ ਹਾਂ ਕਿ ਉਹ ਚੀਜ਼ ਹੋ ਜਾਵੇ। ਬਿਲਕੁਲ ਬਿਲਕੁਲ। ਤੇ ਮੇਰੇ ਖਿਆਲ ਚ ਇੱਕ ਕਵਿਤਾ ਹੋਰ ਸੁਣ ਲੈਂਦੇ ਹਾਂ ਤੁਹਾਡੇ ਤੋਂ। ਕਵਿਤਾ ਮੈਂ ਗੁਰਪ੍ਰੀਤ ਗੀਤ ਦੀ ਗੱਲ ਤੁਹਾਡੇ ਨਾਲ ਕਰ ਰਹੀ ਸੀ, ਮੇਰੀ ਬਹੁਤ ਪਿਆਰੀ ਦੋਸਤ ਦੱਸਿਆ ਕਿ ਉਹਦੇ ਬਾਰੇ ਉਦੋਂ ਕ ਲਿਖਿਆ ਹੈ, ਤਾਂ ਮੈਂ ਉਹਦੇ ਬਾਰੇ ਕਵਿਤਾ ਸ਼ੇਅਰ ਕਰਦੀ ਹਾਂ, ਉਹਦੇ ਜਾਂ ਬਾਅਦ ਲਿਖਿਆ। ਤੇਰੇ ਜਾਨ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ, ਤੇਰੇ ਜਾਨ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ ਹੈ। ਜ਼ਿੰਦਗੀ ਕਿੰਨੀ ਨਿੱਕੀ ਜਿਹੀ ਹੁੰਦੀ ਹੈ, ਆਪਾਂ ਨੂੰ ਜੀ ਲੈਣੀ ਚਾਹੀਦੀ, ਸੁਣ ਲੈਣੀ ਚਾਹੀਦੀ ਆਪਣੇ ਦਿਲ ਦੀ ਆਵਾਜ਼, ਜੱਬਲੀਆਂ ਮਾਰ ਲੈਣੀਆਂ ਚਾਹੀਦੀਆਂ। ਘੱਟੋ ਘੱਟ ਇਹ ਪਛਤਾਵਾ ਨਹੀਂ ਹੋਣਾ ਚਾਹੀਦਾ ਕਿ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਮੈਂ ਵਾਅਦਾ ਕਰਦੀ ਹਾਂ ਜਦ ਤੱਕ ਹਾਂ, ਦਿਲ ਦੀ ਸੁਣਾ, ਦਿਲ ਦੀ ਕਰਾਂ, ਤੇ ਆਪਣੀਆਂ ਕਮਲੀਆਂ ਚੋਂ ਕਿਤੇ ਤੈਨੂੰ ਵੀ ਛੂ ਲਵਾਂ, ਆਪਣੀਆਂ ਕਮਲੀਆਂ ਚੋਂ ਕਿਤੇ ਤੈਨੂੰ ਵੀ ਛੂ ਲਵਾਂ। ਇਹ ਕਵਿਤਾ ਮੈਂ ਉਹਦੇ ਜਾਣ ਤੋਂ ਬਾਅਦ ਲਿਖੀ, ਤਾਂ ਮੈਨੂੰ ਉਹੀ ਲੱਗਾ ਮਤਲਬ ਮੈਨੂੰ ਸੱਚੀ ਸੁਣ ਕੀਤਾ ਸੀਗਾ, ਮੈਨੂੰ ਯਾਦ ਹੀ ਮਤਲਬ ਦੋ ਤਿੰਨ ਤਾਂ ਮੈਂ ਏਦਾਂ ਸੀ ਕਿ ਮੇਰੇ ਮਦਰ ਮੇਰੇ ਲਈ ਵਰਿਡ ਹੋ ਗਏ ਸੀਗੇ, ਤਾਂ ਫਿਰ ਮੈਨੂੰ ਸਮਝਾ ਰਹੇ ਸੀਗੇ ਕਿ ਨਹੀਂ ਇਹ ਰੱਬ ਦਾ ਭਾਣਾ ਐਕਸੈਪਟ ਕਰ ਚਾਹੀਦਾ ਆ, ਤੇ ਪਰ ਫਿਰ ਵੀ ਮੈਨੂੰ ਲੱਗਾ ਸੀਗਾ ਕਿ ਮੈਨੂੰ ਬਹੁਤ ਮੇਰੀ ਕਵਿਤਾ ਨੂੰ ਉਹਦੇ ਮੈਨੂੰ ਉਸ ਕੀਤਾ, ਕਿਉਂਕਿ ਬਹੁਤ ਉਮਰੇ ਚਲੀ ਗਈ ਤੇ ਹਲੇ ਬਹੁਤ ਕੁਛ ਕਰਨ ਵਾਲਾ ਸੀ, ਸ਼ਾਇਦ ਇਹ ਜਿਹੜੀ ਮਤਲਬ ਹੈਗੀ ਆ ਜਿਹੜੀ ਹੁਣ ਮੇਰੇ ਦਿਲ ਹਲਾ ਉਹ ਰਹੇਗਾ, ਮੈਨੂੰ ਲੱਗਦਾ ਉਹ ਨੀ ਪਏਗਾ, ਕਿਤੇ ਨਾ ਕਿਤੇ ਰਹੇਗਾ ਜੀ। ਛੋਟੀ ਉਮਰ ਦੇ ਵਿੱਚ ਜਾਣਾ ਤੇ ਐਸੇ ਵਿਅਕਤੀ ਦਾ ਜਾਣਾ ਜਿਹੜਾ ਤੁਹਾਡੇ ਕਲੋਜ਼ ਹੋਵੇ ਤੇ ਤੁਹਾਡੇ ਵਰਗਾ ਹੀ ਹੋਵੇ, ਮਤਲਬ ਆਪਣਾ ਹੀ ਅਕਸ ਜਿਹਦੇ ਵਿੱਚ ਜਿਹਦੇ ਵਿੱਚ ਅਸੀਂ ਦੇਖਦੇ ਹਾਂ, ਉਹ ਲੋਸ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਤੇ ਬਿਲਕੁਲ ਜੋ ਤੁਸੀਂ ਇਸ ਕਵਿਤਾ ਦੇ ਵਿੱਚ ਵੀ ਗੱਲ ਕਰ ਰਹੇ ਹੋ, ਤੇ ਜਿੱਦਾਂ ਕਿ ਤੁਸੀਂ ਪਹਿਲਾਂ ਵੀ ਦੱਸਿਆ ਇੱਕ ਕਵਿਤਾ ਦੇ ਤੁਹਾਨੂੰ ਪਿੱਤਰ ਸੱਤਾ ਵਾਲਾ ਸਵਾਲ ਪੁੱਛਿਆ ਗਿਆ ਕਿ ਉਹ ਤੁਹਾਨੂੰ ਇਸ਼ੂ ਕਿੰਨਾ ਕੁ ਇੰਪੋਰਟੈਂਟ ਲੱਗਦਾ ਹੈ, ਤੇ ਲਿਟਰੇਚਰ ਦੇ ਨਾਲ ਉਹਨੂੰ ਐਡਰੈਸ ਕੀਤਾ ਜਾ ਸਕਦਾ ਹੈ, ਜਾਂ ਜਿੱਦਾਂ ਪ੍ਰੈਕਸਿਸ ਜਿੱਦਾਂ ਯੂਜ ਕਰਦੇ ਆਪਾਂ ਲਿਟਰੇਚਰ ਦੇ ਵਿੱਚ ਥਿਊਰੀ ਪਲੱਸ ਪ੍ਰੈਕਟਿਸ, ਉਹਨੂੰ ਐਡਰੈਸ ਕਿੱਦਾਂ ਕੀਤਾ ਜਾਵੇ, ਉਹ ਦਿਮਾਗ ਦੇ ਵਿੱਚੋਂ ਦੀ ਕਿੱਦਾਂ ਕੱਢਿਆ ਜਾਵੇ। ਨਹੀਂ ਇਹ ਦੋਨੇ ਤਰੀਕੇ ਹੋ ਸਕਦਾ, ਥਿਊਰੀ ਤੇ ਪ੍ਰੈਕਟਿਸ ਦੋਨੇ ਹੀ ਚਾਹੀਦੇ ਇਹਦੇ ਲਈ। ਕਵਿਤਾ ਜ਼ਰੀਏ ਵੀ ਐਡਰੈਸ ਕਰਨਾ ਚਾਹੀਦਾ ਹੈ, ਕਵਿਤਾ ਦੇ ਵਿੱਚ ਗੱਲ ਹੁੰਦੀ ਰਹਿਣੀ ਚਾਹੀਦੀ ਆ ਕਿ ਮਤਲਬ ਤਾਂ ਕਿ ਜਿਹੜਾ ਚੇਂਜ ਆ ਉਹ ਤਾਂ ਦੇਖੋ ਜਿੱਥੇ ਅਸੀਂ ਅੱਜ ਜਾਂ ਜਿੱਥੇ ਪਹਿਲਾਂ ਸੀ
ਅਸੀਂ ਹੁਣ ਮੰਨਦੇ ਹਾਂ ਜੇ ਕੁੜੀਆਂ ਦੀ ਸਥਿਤੀ ਅੱਗੇ ਨਾਲੋਂ ਬਿਹਤਰ ਆ ਕਿਤੇ, ਜਾਂ ਥੋੜੇ ਉਹ ਕੰਮ ਕਰ ਰਹੇ ਨੇ ਬਾਹਰ ਨਿਕਲ ਕੇ ਹਰ ਕੋਈ ਆਪਣੀ ਪਸੰਦ, ਕਾਫੀ ਚੀਜ਼ਾਂ ਚ ਤੁਹਾਨੂੰ ਹੈ ਹੁਣ, ਤੇ ਮਤਲਬ ਉਹ ਇਹੀ ਆ ਕਿ ਜੇ ਉਹ ਅੱਗੇ ਨਾਲੋਂ ਹੋਰ ਬਿਹਤਰ, ਮਤਲਬ ਆਪਾਂ ਸੋਚਾਂਗੇ ਕਿ ਹੋਰ ਅੱਗੇ ਨਾਲੋਂ ਵਧੀਆ ਹੋਏਗਾ, ਤੇ ਉਹ ਥੋੜੀ ਦੇ ਵਿੱਚ ਵੀ ਉਹ ਮਤਲਬ ਜੇ ਲਿਖਦੇ ਲਿਖਿਆ ਜਾਏਗਾ ਉਹ ਵਧੀਆ ਆ, ਪਰ ਪ੍ਰੈਕਟਿਸ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਮੈਨੂੰ ਲੱਗਦਾ। ਤੇ ਪ੍ਰੈਕਟਿਸ ਦੇ ਵਿੱਚ ਇਹ ਚੀਜ਼ ਆ ਕਿ ਜਦੋਂ ਮੈਂ ਇੱਕ ਮਾਂ ਬਣੀ ਆ, ਤੇ ਮੈਂ ਮੈਨੂੰ ਲੱਗਦਾ ਮੈਂ ਕੀ ਸਿਖਾ ਰਹੀ ਆਪਣੇ, ਮੇਰੇ ਕੋਲ ਬੇਟਾ ਬੇਟੀ ਆ ਤਾਂ ਮੈਂ ਕੀ ਸਿਖਾ ਰਹੀ ਆ। ਹੁਣ ਮੇਰੇ ਕੋਲ ਜਦੋਂ ਸਟੂਡੈਂਟ, ਮਤਲਬ ਮੇਰੇ ਸਟੂਡੈਂਟ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਮਤਲਬ ਹੁੰਦੇ 9th to 12th grade ਦੇ ਬੱਚਿਆਂ ਨਾਲ ਮੈਂ ਜ਼ਿਆਦਾ ਕਰਦੀ ਹਾਂ, ਜਾਂ ਮੈਂ ਜੇ ਕੋਚਿੰਗ ਵੀ ਦਿੰਦੀ ਹਾਂ ਤਾਂ ਮੇਰੇ ਤੋਂ ਵੱਡੇ ਬੱਚੇ ਰਹੇ ਨੇ। ਤੇ ਮੇਰੇ ਕੋਲ ਜਦੋਂ ਘਰ ਬੈਠੇ ਹੁੰਦੇ, ਜੇ ਅਸੀਂ ਕੁਛ ਕਰ ਰਹੇ ਹਾਂ, ਕਈ ਅਸੀਂ ਕੋਈ ਪਾਰਟੀ ਕਰ ਰਹੇ ਹਾਂ, ਤੇ ਅਸੀਂ ਮਤਲਬ ਉਹਨਾਂ ਨਾਲ ਜਦੋਂ ਗਾ ਰਹੇ ਹਾਂ, ਕੋਈ ਡਿਸਕਸ਼ਨ ਕਰ ਰਹੇ ਹਾਂ, ਉੱਥੇ ਅਸੀਂ ਇਹ ਗੱਲ ਖਰੀਦੀਆਂ ਨੇ, ਜਾਂ ਮਤਲਬ ਕਿ ਇਹ ਨੀ ਹੈਗਾ ਕਿ ਜੇ ਲੜਕੀ ਆ ਤਾਂ ਉਹੀ ਜਾਵੇ ਤੇ ਦਿਨ ਚ ਉੱਠ ਕੇ ਉਹਨੇ ਹੀ ਮਤਲਬ ਚੀਜ਼ ਕਰਨੀ ਆ। ਤੇ ਮਤਲਬ ਲੜਕੇ ਵੀ ਜਿਹੜੇ ਮਤਲਬ ਅਸੀਂ ਕਹਿੰਦੇ ਉਹਨਾਂ ਨਾਲ ਜਦੋਂ ਗੱਲ ਕਰਦਾ, ਉਹ ਆਪ ਉੱਠਦੇ ਆ ਤੇ ਉੱਠ ਕੇ ਜਾਊਗੇ ਇਹਦੇ ਵਿੱਚ ਕਿ ਵੀ ਮੈਮ ਅੱਜ ਆਏ ਮੈਂ ਬਣਾਉਣਾ ਆ, ਠੀਕ ਹੈ ਨਾ, ਜਾਂ ਫਿਰ ਜੇ ਕੋਈ ਚੀਜ਼ ਉੱਠ ਕੇ ਜਾ ਕੇ ਰੱਖਣੀ ਆ ਕਿਤੇ, ਮਤਲਬ ਮੈਨੂੰ ਲੱਗਦਾ ਕਿ ਉਹ ਪ੍ਰੈਕਟਿਸ ਦੇ ਵਿੱਚ ਤੁਸੀਂ ਲੈ ਕੇ ਆਏ ਆ। ਤਾਂ ਮੈਂ ਆਪਣੀ ਭਾਬੀ ਨਾਲ ਗੱਲ ਕਰਦੀ ਹੁੰਦੀ ਹਾਂ ਵੀ ਜੇ ਮੇਰਾ ਭਜਾ ਆ ਤਾਂ ਮੈਂ ਕਹਿੰਦੀ ਹੁੰਦੀ ਵੀ ਇਹਨੂੰ ਵੀ ਹਰ ਚੀਜ਼ ਚਾਹੀਦੀ ਆ, ਇਹ ਨੀ ਹੈਗਾ ਜੇ ਕੁੜੀ ਆ ਮਤਲਬ ਕਿ ਮੈਂ ਆਪਣੀ ਕੁੜੀ ਸਿਖਾਵਾਂ ਕਿ ਤੂੰ ਏਦਾਂ ਰਹਿਣਾ ਤੂੰ ਏਦਾਂ ਰਹਿਣਾ ਆ, ਮਤਲਬ ਉਹ ਮੈਨੂੰ ਲੱਗਦਾ ਮਾਵਾਂ ਮਤਲਬ ਮਾਂ ਪਿਓ ਜਿਹੜੇ ਆ ਉਹ ਹੀ ਜਿਹੜੀ ਸੋਚ ਆ ਉਹ ਘਰ ਹਰ ਇੱਕ ਘਰ ਤੋਂ ਹੋਣੀ ਚਾਹੀਦੀ ਆ ਉਹ ਚੀਜ਼, ਕਿ ਤੁਸੀਂ ਜਿਹੜੇ ਆਪਣੇ ਬੱਚੇ ਨੂੰ ਮਤਲਬ ਬੇਟ ਬੇਟੀ ਦੋਨਾਂ ਨੂੰ ਇੱਕੋ ਜਿਹੀ ਗੱਲਾਂ ਕਈ ਚੀਜ਼ਾਂ ਚ ਸਿਖਾਉਣੀਆਂ ਚਾਹੀਦੀਆਂ ਹੈ, ਕਿਚਨ ਦਾ ਵੀ ਕੰਮ ਆ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ, ਠੀਕ ਹੈ। ਤੇ ਜੇ ਜੋਬ ਨਹੀਂ ਉਹ ਵੀ ਮਤਲਬ ਅੱਜ ਕੱਲ੍ਹ ਆਪਦੇ ਕਿ ਦੋਨੋਂ ਹੀ ਜੋਬ ਕਰ ਰਹੇ ਆ, ਇੱਕ ਦੂਜੇ ਦੀ ਰਿਸਪੈਕਟ ਕਰਨੀ ਜਿਹੜੀ ਆ ਉਹ ਵੀ ਦੋਨਾਂ ਨੂੰ ਹੀ ਇਕੁਅਲੀ ਹੈਗਾ ਕਿ ਜੇ ਲੜਕੀ ਆ ਤਾਂ ਉਸ ਚੀਜ਼ ਦਾ ਜੇ ਤੁਹਾਨੂੰ ਬੈਨੀਫਿਟ ਮਿਲ ਗਿਆ ਆ, ਹੁਣ ਦੇਖਦੇ ਕਿ ਉਹ ਨੈਗੇਟਿਵ ਵੀ ਕਰ ਜਾਂਦੀ ਆ ਉਹ ਚੀਜ਼, ਕਿ ਤੁਸੀਂ ਉਹਦਾ ਫਾਇਦਾ ਵੀ ਨੀ ਚੱਕਣਾ ਹੈਗਾ। ਤੇ ਇਹ ਵੀ ਨੀ ਜਾਂ ਖੁੱਲ ਮੈਨੂੰ ਜਾਂ ਇੱਕ ਵਾਰ ਮੈਂ ਕਿਸੇ ਏਦਾਂ ਤੇ ਬੈਠੀ ਸੀਗੀ, ਮਤਲਬ ਕਿਸੇ ਪੋਇਟਿਕ ਗੈਦਰਿੰਗ ਵੀ ਗਈ, ਤੇ ਉੱਥੇ ਜਿੱਦਾਂ ਹੁਣ ਸ਼ਰਾਬ ਪੀ ਰਹੇ ਸੀਗੇ, ਤੇ ਮਤਲਬ ਕਿ ਉਹ ਮੈਨੂੰ ਉਹਨਾਂ ਨੇ ਆਫਿਸ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਕਿ ਮੈਂ ਨਹੀਂ ਪੀਂਦੀ ਜਾਂ ਮੈਂ ਨਹੀਂ ਇਸ ਚੀਜ਼ ਨੂੰ, ਉਹ ਕਹਿੰਦੇ ਵੀ ਮਤਲਬ ਕਿ ਇਹ ਤੁਹਾਡੀ ਸੋਚ ਇਹ ਕਿੱਦਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਂ ਇਹਨੂੰ ਮੈਂ ਨੀ ਬੁਰਾ ਵੀ, ਠੀਕ ਆ ਵੀ ਜਿਹਨੂੰ ਲੱਗਦਾ ਕਿ ਹਾਂ, ਮੈਂ ਕਿਹਾ ਮੈਂ ਇਹਨੂੰ ਮਾਡਰਨ ਹੋਣ ਜਾਂਦੀ ਤਾਂ ਨਹੀਂ ਮਾਂ ਘੱਟੋ ਘੱਟ ਵੀ ਠੀਕ ਆ, ਇਹ ਆਪਣੀ ਸੋਚ ਆ, ਅਗਰ ਇਹਨੂੰ ਲੱਗਦਾ ਹੈ ਕਿ ਹਾਂ ਵੀ ਇਹ ਚੀਜ਼ ਲੈਣੀ ਆ ਉਹਨੂੰ ਲੱਗ ਰਹੀ ਆ ਉਹ ਲਵੇ, ਵੀ ਮੈਂ ਕਿਹਾ ਮੈਂ ਤੁਹਾਡੇ ਚ ਬੈਠੀ ਆ ਪਰ ਮੈਂ ਲੈਣਾ ਨੀ ਆਉਂਗੀ ਇਸ ਚੀਜ਼ ਨੂੰ। ਜਾਂ ਮੇਰੀ ਮੈਨੂੰ ਯਾਦ ਆ ਕਿ ਸਰਚ ਕਾਲ ਨਾਲ ਗੱਲ ਹੋਈ ਸੀ, ਤਾਂ ਉਹ ਲਿਵਿਨ ਕਰਕੇ ਮੇਰੀ ਬਹੁਤ ਲੰਬੀ ਗੱਲ ਹੋਈ ਸੀ, ਤਾਂ ਉਹ ਕਹਿ ਰਹੀ ਵੀ ਨਹੀਂ ਵੀ ਤੁਸੀਂ ਟ੍ਰੈਡੀਸ਼ਨਲੀ ਬੈਠੇ ਆ, ਤੇ ਮੈਂ ਕਹਿ ਰਹੀ ਸੀ ਵੀ ਨਹੀਂ ਮੈਂ ਲਿਵਿਨ ਨੂੰ ਮੈਂ ਇੰਨਾ ਨਹੀਂ ਲੈ, ਮਤਲਬ ਮੈਂ ਉਹਦੇ ਚ ਇੰਨਾ ਕੰਫਰਟੇਬਲ ਨਹੀਂ ਕਰਦੀ, ਮੈਨੂੰ ਵਿਆਹ ਦਾ ਜਿਹੜਾ ਆ ਉਹ ਜ਼ਿਆਦਾ ਚੰਗਾ ਲੱਗਦਾ। ਤੇ ਉਹ ਮੈਨੂੰ ਮਤਲਬ ਉਹ ਕਰ ਰਹੇ ਸੀ ਤਾਂ ਮੈਨੂੰ ਕਹਿੰਦੇ ਤੁਸੀਂ ਮਾਡਰਨ, ਫਿਰ ਗੱਲ ਆਈ ਕਿ ਤੁਸੀਂ ਮਾਡਰਨ, ਮਤਲਬ ਮੈਂ ਇਹਨਾਂ ਸਾਰਿਆਂ ਸਟੈਪਸ ਨੂੰ ਮਾਡਰਨ ਨਹੀਂ ਜੋੜਦੀ, ਘੱਟੋ ਘੱਟ ਮਾਡਰਨ ਥਿੰਕਿੰਗ ਆ ਤੁਹਾਡੀ ਕਿ ਤਾਂ ਇੱਦਾਂ, ਮੈਨੂੰ ਲੱਗਦਾ ਨਹੀਂ ਵੀ ਇਹ ਤੁਹਾਡੀ ਆਪਣੀ ਇੱਕ ਪਰਸਨਲ ਐਕਸਪੀਰੀਅੰਸ ਤੁਹਾਡਾ ਨਿਕਲਦਾ ਜੀ ਚੋਂ। ਤੇ ਮੈਂ ਉਹਨੂੰ ਵੀ ਇਹੀ ਉਦੋਂ ਕਿਹਾ, ਮੇਰੀ ਕਿਸੇ ਨਾਲ ਗੱਲ ਹੋ ਰਹੀ ਹੁੰਦੀ, ਮੈਂ ਕਹਿੰਦੀ ਮੇਰੀ ਪਰਸਨਲ ਐਕਸਪੀਰੀਅੰਸ ਆ, ਠੀਕ ਆ, ਤੁਹਾਡਾ ਆਪਣਾ ਐਕਸਪੀਰੀਅੰਸ ਜ਼ਿੰਦਗੀ, ਮੈਂ ਜੋ ਐਕਸਪੀਰੀਅੰਸ ਕਰ ਰਹੀ ਹਾਂ ਮੈਨੂੰ ਜੋ ਚੀਜ਼ ਮੇਰੇ ਲਈ ਲੱਗ ਰਹੀ ਮੈਂ ਉਹਨੂੰ ਚੁਣ ਰਿਹਾ, ਜੋ ਮੇਰੇ ਲਈ ਸਹੀ, ਮੇਰੇ ਪਰਿਵਾਰ ਲਈ ਜਾਂ ਮੇਰੀ ਜ਼ਿੰਦਗੀ ਲਈ ਸਹੀ ਆ। ਤੇ ਉਦਾਂ ਹੀ ਜਿਹੜਾ ਪਿਤੁਰਖੀ ਦਾ ਹੋਣਾ, ਮੈਂ ਆਪਣੇ ਘਰ ਦੇ ਵਿੱਚ ਬਹੁਤ ਕਦੀ ਉਸ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਹੈ, ਜਾਂ ਮੇਰੇ ਪਿਤਾ ਸੀਗੇ ਉਹ ਵੀ ਮੈਨੂੰ ਕਦੀ ਇੰਨਾ ਮਹਿਸੂਸ ਨਹੀਂ ਹੋਇਆ ਹੈਗਾ, ਜਾਂ ਮੇਰੇ ਉਧਰ ਵੀ ਆ ਉਹ ਵੀ ਮੈਨੂੰ ਕਦੇ ਇੰਨਾ ਮਹਿਸੂਸ ਨਹੀਂ ਕਰਾਇਆ, ਡਿਫਰੈਂਸ ਮੈਂ ਹੀ ਨੋਟਿਸ ਕੀਤਾ ਕਿ ਮੇਰੇ ਭਰਾ ਦੀ ਪਰਵਰਿਸ਼ ਦੇ ਵਿੱਚ ਮੈਨੂੰ ਏਦਾਂ ਲੱਗਾ ਨੀ ਕਿ ਮਦਰ ਨੇ ਬਹੁਤ ਡਿਫਰੈਂਸ ਕ੍ਰੀਏਟ ਕੀਤੀਗਾ ਜਾਂ ਮੇਰੇ ਫਾਦਰ ਨੇ, ਮੈਨੂੰ ਲੱਗਦਾ ਕਿ ਮੇਰੇ ਫਾਦਰ ਮੇਰੇ ਨਾਲ ਜ਼ਿਆਦਾ ਐਚ ਸੀਗੇ ਹਮੇਸ਼ਾ ਤੋਂ, ਤੇ ਮੈਂ ਵੀ ਤੇ ਹੁਣ ਵੀ ਏਦਾਂ ਹੀ ਆ ਕਿ ਕਿਤੇ ਜਾਣਾ ਆ, ਤੇ ਮਤਲਬ ਤੁਹਾਡੇ ਤੇ ਇੰਨੀਆਂ ਰੋਕ ਨਹੀਂ ਹੈ ਕਿਉਂਕਿ ਉਹ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਕਿ ਤੁਸੀਂ ਜੋ ਕਰ ਰਹੇ ਹੋ ਜਿੱਥੇ ਜਾ ਰਹੇ ਹੋ ਤੁਸੀਂ, ਮਤਲਬ ਤੁਹਾਨੂੰ ਉਹ ਕਹਿੰਦੇ ਤੁਹਾਨੂੰ ਪਤਾ ਹੈ ਤੁਸੀਂ ਸਾਡੇ ਲਈ ਸਹੀ ਡਿਸੀਜ਼ ਕੀ ਆ। ਤੇ ਮੈਨੂੰ ਤਾਂ ਪਿਤਾ ਪੁਰਖੀ ਦਾ ਜਿਹੜਾ ਉਹੀ ਆ ਕਿ ਤੁਹਾਨੂੰ ਖਾਇਆ ਜਾ ਰਿਹਾ ਘਰ ਦੇ ਵਿੱਚ, ਤੇ ਜੇ ਮੈਨੂੰ ਇਹ ਲੱਗ ਰਹੀ ਕਿ ਮੈਨੂੰ ਇਹ ਚੀਜ਼ ਨਹੀਂ ਸੀ, ਮੈਨੂੰ ਉਹ ਚੀਜ਼ ਘਰ ਦੇ ਵਿੱਚੋਂ ਮਿਲਿਆ, ਮੇਰੇ ਭਰਾ ਦੇ ਕੋਲੋਂ, ਮੇਰੇ ਮਦਰ ਦੇ ਕੋਲੋਂ, ਮੇਰੇ ਫਾਦਰ ਦੇ ਕੋਲੋਂ ਮਿਲੀ ਆ, ਕਿ ਉਹਨੇ ਉਹ ਡਿਫਰੈਂਸ ਰਹਿਣ ਨਹੀਂ ਦਿੱਤਾ ਕਿ ਤੁਹਾਨੂੰ ਇਹਦਾ ਇਹ ਲੱਗਣ ਕਿ ਤੁਸੀਂ ਥੱਲਿਆ ਕਿਤੇ ਜਾਂ ਤੁਸੀਂ ਤੁਹਾਡੇ ਜਾਂ ਬ੍ਰਦਰ ਨੂੰ ਉਹ ਵਧੀਆ ਨਹੀਂ ਹੈ ਜਾਂ ਤੁਹਾਨੂੰ ਘੱਟ ਨਹੀਂ ਦੇਣਗੀ। ਮੈਨੂੰ ਲੱਗੀ ਹਲੇ ਮੇਰੇ ਬ੍ਰਦਰ ਐਜੂਕੇਸ਼ਨ ਜਿਹੜੀ ਉਹ ਉਸ ਟਾਈਮ ਦੇ ਉੱਤੇ ਦਿੱਕਤ ਆਈ, ਫਿਰ ਮੇਰੀ ਐਜੂਕੇਸ਼ਨ ਮੇਰੇ ਬ੍ਰਦਰ ਨੇ ਮਤਲਬ ਹਮੇਸ਼ਾ ਦੀ ਪ੍ਰਾਇੋਰਟੀ ਸੀ ਕਿ ਮੈਂ ਇਹਨੂੰ ਪੜ੍ਹਾਉਣਾ, ਆਪਣੇ ਨੂੰ ਇਹਨੂੰ ਐਜੂਕੇਟਡ ਕਰਨਾ। ਤੇ ਮੈਨੂੰ ਲੱਗਦਾ ਘਰ ਦੇ ਵੀ ਸ਼ੁਰੂ ਹੋਣਾ ਉਹ ਪ੍ਰੈਕਟਿਸ ਹੋਰ ਹੀ
ਆਪਾਂ ਕਿਸ ਗੱਲਾਂ ਕਰੀਏ ਜੇ ਕੋਈ ਲਿਖ ਰਹੇ ਨੋਵਲ ਲਿਆ ਉਹ ਕਰੀਏ ਪਰ ਨਾਲ ਦੀ ਨਾਲ ਆਪਾਂ ਆਪਣੇ ਬੱਚਿਆਂ ਨੂੰ ਘਰ ਤੋਂ ਖਾਣਾ ਸ਼ੁਰੂ ਕਰੀਏ ਹਾਂ ਉਹ ਰਿਸਪੈਕਟ ਦੀ ਜਿਹੜੀ ਇੱਕ ਦੂਜੇ ਦੀ ਉਹ ਕਿੱਦਾਂ ਕਰਨੀ ਹੁੰਦੀ ਹੈ ਤੇ ਉੱਥੋਂ ਦਾ ਇਹ ਡਿਫਰੈਂਸ ਆ ਇਹ ਖਤਮ ਹੋਣ ਸ਼ੁਰੂ ਹੋ ਸਕਦਾ ਹੈ ਠੀਕ ਹੈ ਇਹ ਚੀਜ਼ ਤਾਂ ਮੈਨੂੰ ਹਮੇਸ਼ਾ ਏਦਾਂ ਹੀ ਲੱਗਦੀ ਪ੍ਰੈਕਟਿਸ ਦੇ ਵਿੱਚ ਤਾਂ ਏਦਾਂ ਹੀ ਆਏਗੀ ਮਦਰ ਜਿਹੜੀ ਆ ਉਹ ਦੋਨਾਂ ਨੂੰ ਉਹ ਜਿਹਾ ਰੱਖ ਕੇ ਚੱਲੇਗੀ ਜੀ ਅਸੀਂ ਲਗਭਗ ਐਂਡ ਵੱਲ ਜਾ ਰਹੇ ਹਾਂ ਤੋ ਇੱਕ ਦੋ ਸਵਾਲ ਮੈਂ ਪੁੱਛੂੰਗਾ ਨਾਲ ਨਾਲ ਕਵਿਤਾਵਾਂ ਫੇਰ ਸੁਣਦੇ ਹਾਂ ਤੁਹਾਡੇ ਤੋਂ ਇੱਕ ਕਵਿਤਾ ਦੀ ਮੈਂ ਗੁਜ਼ਾਰਿਸ਼ ਫੇਰ ਕਰੂੰਗਾ ਤੁਹਾਡੇ ਤੋਂ ਠੀਕ ਆ ਮੈਂ ਕਵਿਤਾ ਮਾਂ ਵੀ ਇੱਕ ਕਵਿਤਾ ਰੀਸੈਂਟ ਉਹ ਵੀ ਲਾਸਟ ਮੰਥ ਹੀ ਲਿਖੀ ਸੀ ਉਹ ਮੈਂ ਸ਼ੇਅਰ ਕਰਦੀ ਹਾਂ ਆਦ ਬਿੰਦੂ ਤੋਂ ਸ਼ੁਰੂ ਹੋਇਆ ਸਫ਼ਰ ਆਦ ਬਿੰਦੂ ਤੋਂ ਸ਼ੁਰੂ ਹੋਇਆ ਸਫ਼ਰ ਮਾਂ ਦੇ ਗਰਭ ਚ ਪਲ ਰਿਹਾ ਭਰੂਣ ਮਾਂ ਦੇ ਗਰਭ ਚ ਪਲ ਰਿਹਾ ਭਰੂਣ ਆਪਣੀ ਹੀ ਨਬ ਨਾਲ ਜੁੜਿਆ ਆਤਮ ਧਿਆਨ ਭਾਰੇ ਭਾਰੇ ਅੱਖਰ ਲੈ ਕੇ ਕਵਿਤਾ ਬਣਾਉਣ ਬੈਠ ਗਈ ਭਾਰੇ ਭਾਰੇ ਅੱਖਰ ਲੈ ਕੇ ਕਵਿਤਾ ਬਣਾਉਣ ਬੈਠ ਗਈ ਇੰਨੇ ਨੂੰ ਮਾਂ ਦੀ ਆਕ ਪੈਂਦੀ ਹੈ ਮਨ ਦਾ ਪ੍ਰਵਾਹ ਫੇਰ ਸਰਲ ਹੋ ਗਿਆ ਮਨ ਦਾ ਪ੍ਰਵਾਹ ਫੇਰ ਸਰਲ ਹੋ ਗਿਆ ਮਾਂ ਦੀ ਆਵਾਜ਼ ਮੈਨੂੰ ਆਪਣੇ ਆਪ ਤੋਂ ਉਪਰਾ ਨਹੀਂ ਹੋਣ ਦਿੱਤਾ ਮੈਨੂੰ ਇਹ ਚੀਜ਼ ਜਦੋਂ ਮੈਂ ਕਵਿਤਾ ਲਿਖੀ ਮੈਨੂੰ ਇਹ ਚੀਜ਼ ਲੱਗਾ ਮੈਂ ਉਦੋਂ ਲਿਖਿਆ ਤਾਂ ਮੈਨੂੰ ਲੱਗਾ ਸੱਚੀ ਏਦਾਂ ਹੀ ਹੋਇਆ ਕਿ ਕਵਿਤਾ ਲਿਖ ਰਹੀ ਸੀ ਤੇ ਮੈਨੂੰ ਮਾਂ ਦੀ ਆਵਾਜ਼ ਆਈ ਤੇ ਮੈਂ ਉੱਥੇ ਹੀ ਛੱਤੀ ਚੀਜ਼ ਤੇ ਮੈਨੂੰ ਕਿ ਸਰਲ ਹੋ ਪ੍ਰਵਾਹ ਦੁਆਰਾ ਤੇ ਮੈਨੂੰ ਲੱਗੀ ਏਦਾਂ ਹੀ ਆ ਕਿ ਤੁਹਾਡਾ ਘਰ ਜਿਹੜਾ ਮੈਂ ਨਾ ਮੈਨੂੰ ਇੱਕ ਯਾਦ ਆਉਂਦਾ ਘਰ ਦਾ ਪਿਆਰ ਮੈਂ ਇੱਕ ਲੇਖ ਪੜਿਆ ਸੀਗਾ ਹੁੰਦੇ ਸਾਡੀ ਪੰਜਾਬੀ ਦੀ ਕਿਤਾਬ ਚ ਸੀਗਾ ਘਰ ਦਾ ਪਿਆਰ ਸ਼ਾਇਦ ਪ੍ਰੋਫੈਸਰ ਪੂਰਨ ਸਿੰਘ ਦਾ ਲਿਖਿਆ ਹੋਇਆ ਸੀ ਸ਼ਾਇਦ ਤੇ ਮੈਨੂੰ ਯਾਦ ਹੈ ਕਿ ਉਹ ਮੈਂ ਚੀਜ਼ ਮਿਸ ਫਿਰ ਕੀਤੀ ਕਿ ਘਰ ਦੇ ਪਿਆਰ ਦੀ ਤੁਹਾਡੀ ਕੀ ਇੰਪੋਰਟੈਂਸ ਆ ਕਿ ਮਤਲਬ ਤੁਹਾਡੇ ਘਰ ਦੇ ਤੁਹਾਨੂੰ ਮਤਲਬ ਜਿਹੜਾ ਤੁਹਾਡੇ ਸਰ ਹੋਣ ਚ ਕਿੰਨਾ ਕੁ ਰੋਲ ਅਦਾ ਕਰਦੇ ਤੁਹਾਨੂੰ ਕਿੰਨਾ ਖਲ ਕਰਦੇ ਆ ਤੇ ਤੁਹਾਨੂੰ ਬਾਹਰ ਨਹੀਂ ਦੌੜਨਾ ਪੈਂਦਾ ਫਿਰ ਜੇ ਤੁਸੀਂ ਘਰ ਵਿੱਚ ਉਸ ਚੀਜ਼ ਨੂੰ ਪਾਉਂਦੇ ਆ ਜੋ ਮਤਲਬ ਤੁਸੀਂ ਇੱਕ ਮੈਂ ਕਵਿਤਾ ਲਿਖੀ ਸੀ ਵੀ ਮੈਂ ਵੀ ਮਾਂ ਵੀ ਮੈਂ ਬਹੁਤ ਜਗ੍ਹਾ ਭਟਕ ਆਈ ਆ ਕਵਿਤਾ ਲਈ ਮੈਂ ਕਿਹਾ ਮੈਂ ਜਗ੍ਹਾ ਜਗ੍ਹਾ ਤੇ ਕਾਲੇ ਭਟਕ ਆਈ ਆ ਵੀ ਮੈਂ ਕਿਹਾ ਲੈ ਹੁਣ ਤੇਰੇ ਕੋਲ ਹਾਂ ਤੁਸੀਂ ਖਾਂ ਮੈਨੂੰ ਘਰ ਦਾ ਸਜਾਉਣਾ ਮੈਂ ਤੇਰੇ ਕੋਲ ਬਹਿ ਕੇ ਆਦ ਗ੍ਰੰਥ ਦਾ ਕੋਈ ਮੁਢਲਾ ਅੱਖਰ ਪਾਉਣਾ ਮੈਨੂੰ ਲੱਗਦਾ ਇੱਕ ਟਾਈਮ ਹੁੰਦਾ ਤੁਸੀਂ ਬਾਹਰ ਵੱਲ ਦੌੜਦੇ ਆ ਤੁਹਾਨੂੰ ਲੱਗਦਾ ਕਿ ਬਾਹਰ ਵੱਲ ਖੁਸ਼ੀਆਂ ਫਿਰ ਇੱਕ ਟਾਈਮ ਆਉਂਦਾ ਘਰ ਵੱਲ ਨੂੰ ਆਉਂਦੇ ਆ ਤੇ ਤੁਹਾਡੀ ਜਿਹੜੀ ਕਵਿਤਾ ਦਾ ਜਿਹੜਾ ਪ੍ਰਵਾਹ ਆ ਉਹ ਆਪਣੇ ਆਪ ਸਰਲ ਚੱਲ ਪੈਂਦਾ ਕਿਉਂਕਿ ਪਤਾ ਲੱਗਦਾ ਜ਼ਿੰਦਗੀ ਆ ਉਹ ਨਿੱਕੀਆਂ ਨਿੱਕੀਆਂ ਚ ਪਈ ਆ ਤੇ ਕਵਿਤਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਚ ਨਿੱਕੀਆਂ ਨਿੱਕੀਆਂ ਖੁਸ਼ ਚ ਪਈ ਆ ਜੀ ਇੱਕ ਮੇਰਾ ਸਵਾਲ ਪਿਛਲੇ ਉਹਦੇ ਨਾਲ ਹੀ ਰਿਲੇਟਡ ਸੀਗਾ ਕਿ ਪੈਟਰੀਆਰਕੀ ਵਾਲੇ ਦੇ ਨਾਲ ਕਿ ਹਾਂਜੀ ਇੱਕ ਫੀਮੇਲ ਰਾਈਟਰ ਹੋਣਾ ਇਸ ਲਈ ਵੀ ਇਹ ਸਵਾਲ ਪੁੱਛੇ ਜ਼ਿਆਦਾ ਪੁੱਛੇ ਜਾਂਦੇ ਫੀਮੇਲ ਰਾਈਟਰ ਤੋਂ ਜੇ ਕਿਸੇ ਫੀਮੇਲ ਰਾਈਟਰ ਨੇ ਕਿਸੇ ਹਾਇਰ ਪਾਵਰ ਦੇ ਲਈ ਰਿਲੇਸ਼ਨ ਦੇ ਲਈ ਲਿਖੀ ਹੈ ਆਪਣੀ ਸਬਮਿਸ਼ਨ ਜਾਂ ਆਪਣੇ ਬਿਲਵਡ ਦੇ ਲਈ ਲਿਖੀ ਹੈ ਸ਼ਾਇਦ ਮੇਰੇ ਖਿਆਲ ਚ ਜੇ ਕੋਈ ਮੇਲ ਲਿਖੇ ਉਹ ਤੋਂ ਨਾ ਪੁੱਛੇ ਜਾਣ ਕਿ ਉਹ ਆਪਣੀ ਬਿਲਵਡ ਦੇ ਲਈ ਜੋ ਲਿਖਦਾ ਸਬਮਿਸ਼ਨ ਆਪਣੀ ਸੈਲਫ ਦੀ ਸਬਮਿਸ਼ਨ ਕਰ ਦਿੰਦਾ ਹੈ ਤਾਂ ਉਹ ਫੀਮੇਲ ਹੋਣ ਕਰਕੇ ਪੁੱਛੇ ਜਾਂਦੇ ਤੁਹਾਨੂੰ ਕੀ ਲੱਗਦਾ ਕਿ ਇਹ ਸਵਾਲ ਕਿਉਂ ਪੁੱਛਿਆ ਜਾਂਦਾ ਹੈ ਪੈਟਰੀਆਰਕੀ ਦਾ ਖਾਸ ਕਰ ਇੱਕ ਔਰਤ ਬਲੇਮ ਕਿਉਂ ਕੀਤਾ ਜਾਂਦਾ ਹੋ ਸਕਦਾ ਹੈ ਕਿਤੇ ਨਾ ਕਿਤੇ ਹੋ ਸਕਦੀ ਹੈ ਕਿ ਕਈ ਵਾਰ ਮੈਨੂੰ ਲੱਗਦਾ ਤੁਹਾਡੀਆਂ ਕਵਿਤਾਵਾਂ ਦੇ ਵਿੱਚੋਂ ਜਦੋਂ ਲੋਕ ਤੁਹਾਨੂੰ ਪੜ੍ਹਦੇ ਆ ਜਾਣਨਾ ਚਾਹੁੰਦੇ ਆ ਸ਼ਾਇਦ ਤੁਸੀਂ ਕਿਹਦੇ ਲਈ ਲਿਖ ਰਹੇ ਜਾਂ ਉਹ ਕਵਿਤਾ ਕਿਹਦੇ ਲਈ ਕੀ ਗਈ ਮਤਲਬ ਤੁਸੀਂ ਮਤਲਬ ਆਪਣੇ ਆਪ ਨੂੰ ਉਹਨਾਂ ਨੂੰ ਲੱਗਦਾ ਤੁਸੀਂ ਆਪਣੇ ਕੋਆਰਡੀਨੇਟ ਕਰ ਰਹੇ ਆ ਤੁਸੀਂ ਉਹਨੂੰ ਘੱਟ ਸਮਝ ਰਹੇ ਆ ਹੋ ਸਕਦਾ ਇਹ ਚੀਜ਼ ਮੈਨੂੰ ਜ਼ਿਆਦਾ ਕਦੀ ਇੱਦਾਂ ਹੀ ਮੈਨੂੰ ਲੱਗਦਾ ਸ਼ਾਇਦ ਉਸਦਾ ਮੇਲ ਪੁੱਛੇ ਜਾਂਦੇ ਹੋਣ ਲੇਕਿਨ ਸ਼ਾਇਦ ਕਿ ਲੋਕ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹੋਣ ਕਿ ਹਾਂ ਤੁਸੀਂ ਮਤਲਬ ਇਹ ਚੀਜ਼ ਹੋ ਸਕਦੀ ਕਿਸੇ ਹੱਦ ਤੱਕ ਪਰ ਮੈਨੂੰ ਲੱਗਾ ਕਿ ਬਹੁਤ ਜ਼ਿਆਦਾ ਕਦੀ ਨਹੀਂ ਪੁੱਛੇ ਗਏ ਹੈ ਮੇਰੇ ਤੋਂ ਮਤਲਬ ਜਦੋਂ ਜਦੋਂ ਪੁੱਛੇ ਗਏ ਮੈਂ ਜ਼ਿਆਦਾ ਐਕਸਪਲੇਨ ਵੀ ਨਹੀਂ ਕੀਤਾ ਕਦੀ ਕਿਸੇ ਨੂੰ ਬਸ ਇਹੀ ਕਿਹਾ ਮੈਂ ਕਿਹਾ ਮੇਰੇ ਕੋਲ ਜੋ ਜਿੱਦਾਂ ਮੈਂ ਉਹਨੂੰ ਓਦਾਂ ਹੀ ਲਿਖ ਦਿੱਤਾ ਆ
ਰੀਸੈਂਟਲੀ ਕਿਸੇ ਨੇ ਕਵਿਤਾ ਰੈਂਟ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਕਵਿਤਾ ਨਹੀਂ ਪਤਾ ਹੈ ਤੇ ਮੈਂ ਕਿਹਾ ਸੀ ਵੀ ਕਵੀਆਂ ਨੂੰ ਵਰਗੇ ਹੋਣਾ ਚਾਹੀਦਾ ਹੈ ਤੇ ਉਹ ਕਹਿ ਰਹੇ ਸੀ ਵੀ ਇਹ ਨਹੀਂ ਪਤਾ ਹੈ ਕਵਿਤਾ ਦਾ ਤੇ ਮੈਂ ਉਹਨੂੰ ਟਰਾਈ ਨਹੀਂ ਕੀਤਾ ਕੋਈ ਵੀ ਤੇ ਮੈਨੂੰ ਲੱਗਾ ਕਿ ਮੈਂ ਤਾਂ ਜੋ ਐਕਸਪੀਰੀਅੰਸ ਆ ਜਿਸਦਾ ਜ਼ਿੰਦਗੀ ਨੂੰ ਮੈਂ ਜੀ ਰਹੀ ਜਿੰਨਾ ਮੇਰੇ ਤੱਕ ਆ ਰਿਹਾ ਉਹਨੂੰ ਲਿਖ ਰਹੀ ਹਾਂ ਠੀਕ ਹੈ ਤੇ ਮੈਂ ਉਹ ਕਿਸੇ ਨੂੰ ਐਕਸਪਲੇਨ ਕਰਨ ਲਈ ਲਿਖ ਰਹੀ ਹੈ ਜਿੱਦਾਂ ਕਿ ਉਹ ਹੈ ਹੀ ਹੈ ਕਿ ਮਤਲਬ ਕਿ 100 ਸਵਾਲ ਉੱਠ ਖੜੇ ਹੋਏ ਤੇ ਮੇਰਾ ਜਵਾਬ ਮੇਰੇ ਨਾਲ ਬੈਠਾ ਤੇ ਮੇਰੀ ਸ੍ਰਿਸ਼ਟੀ ਮੇਰੇ ਅੰਦਰ ਆ ਠੀਕ ਹੈ ਮੈਂ ਕਿਹੜੀ ਕਵਿਤਾ ਕਿਸ ਇਨਸਾਨ ਲਈ ਕਿਸ ਵੇਲੇ ਲਿਖੀ ਆ ਜਾਂ ਉਸ ਵੇਲੇ ਮੇਰੇ ਦਾ ਪ੍ਰਵਾਹ ਕੀ ਸੀ ਉਹ ਚੀਜ਼ ਮੈਨੂੰ ਲੱਗਾ ਕਿ ਉਹ ਮੇਰਾ ਮਨ ਜਾਣਾ ਹੈ ਉਹ ਮੈਨੂੰ ਲੱਗਦਾ ਤੁਹਾਨੂੰ ਕਿਸੇ ਵੀ ਐਕਸਪਲੇਨ ਦੀ ਲੋੜ ਆ ਅਸੀਂ ਉਸ ਸਮੇਂ ਚ ਕਿਸ ਦੌਰ ਚੋਂ ਨਿਕਲ ਰਹੇ ਹਾਂ ਕਈ ਵਾਰ ਮੈਂ ਮੈਨੂੰ ਇੱਕ ਵਾਰ ਇਹ ਵੀ ਪੁੱਛਿਆ ਸੀ ਕਿ ਤੁਸੀਂ ਲਿਖ ਰਹੇ ਹੋ ਤੁਸੀਂ ਸਾਰਾ ਹੀ ਜੀ ਰਹੇ ਹਾਂ ਤਾਂ ਮੈਂ ਕਿਹਾ ਇਹ ਵੀ ਸਾਨੀ ਮਤਲਬ ਜ਼ਰੂਰੀ ਨਹੀਂ ਆ ਮਤਲਬ ਉਹ ਪਲ ਤੁਸੀਂ ਕੈਪਚਰ ਕੀਤਾ ਆ ਪਰ ਉਹ ਕਈ ਚੀਜ਼ਾਂ ਤੁਹਾਡੇ ਸਭ ਕੁਝ ਵਿੱਚ ਪਈਆਂ ਆ ਠੀਕ ਆ ਜਿਹੜਾ ਮਤਲਬ ਇੱਕ ਪਿਆਰ ਦਾ ਐਕਸਪੀਰੀਅੰਸ ਆ ਉਹ ਤੁਹਾਡੇ ਸਭ ਕੌਂਸ਼ੀਅਸ ਉਹਦੇ ਚ ਵੀ ਆਇਆ ਤੁਸੀਂ ਮਤਲਬ ਤੁਸੀਂ ਕਿਸੇ ਪੁਰਾਣੇ ਮਾਮਲੇ ਨੂੰ ਯਾਦ ਕਰਦੇ ਆ ਠੀਕ ਆ ਮੇਰੇ ਤਾਂ ਏਦਾਂ ਹੋਊਗਾ ਕਿ ਜਦੋਂ ਮੇਰੇ ਸਟੂਡੈਂਟ ਨੂੰ ਮਿਲਣ ਆ ਜਾਂਦੇ ਆ ਤਾਂ ਮੈਨੂੰ ਓਦਾਂ ਹੀ ਆਪਣੇ ਸਟੂਡੈਂਟਸ ਕਈ ਜਿਹੜੇ ਪੜ੍ਹੇ ਹੋਏ ਮਿਲਣ ਆਉਂਦੇ ਤੁਸੀਂ ਇੰਨੇ ਆਨੰਦ ਵਿੱਚ ਆ ਤੁਹਾਡੇ ਮਨ ਚ ਆਪਣੇ ਆਪ ਹੀ ਪ੍ਰਵਾਹ ਚੱਲ ਪੈਂਦਾ ਆ ਤੇ ਉਦੋਂ ਵੀ ਕਈ ਵਾਰ ਮਤਲਬ ਕਵਿਤਾਵਾਂ ਏਦਾਂ ਦੀਆਂ ਲਿਖਦੀ ਆ ਕਿ ਹਾਂ ਵੀ ਉਹਦੇ ਵਿੱਚ ਪਿਆਰ ਦਾ ਆਉਂਦਾ ਹੈ ਕਿ ਮੈਨੂੰ ਲੱਗਦਾ ਕਿ ਹਾਂ ਉਹ ਪਿਆਰ ਤਾਂ ਪਿਆਰ ਆ ਇਹ ਉਹ ਤੁਸੀਂ ਕਿਸੇ ਬੱਚੇ ਲਿਖ ਰਹੇ ਆ ਠੀਕ ਹੈ ਚਾਹੇ ਉਹ ਤੁਸੀਂ ਆਪਣੇ ਭਤੀਜੇ ਲਿਖ ਰਹੇ ਆ ਠੀਕ ਹੈ ਚਾਹੇ ਉਹ ਮਤਲਬ ਕਿਸੇ ਲਈ ਵੀ ਲਿਖ ਰਹੇ ਆ ਉਹ ਤੁਹਾਡਾ ਜਿਹੜਾ ਪਿਆਰ ਦਾ ਪ੍ਰਵਾਹ ਆ ਉਹ ਤੁਹਾਡੀ ਜ਼ਿਕਰ ਹੋ ਹੀ ਜਾਂਦਾ ਕਵਿਤਾ ਦੇ ਵਿੱਚ ਪਰ ਹਾਂ ਸ਼ਾਇਦ ਫੀਮੇਲ ਦਾ ਤੁਸੀਂ ਕਿਹਾ ਆ ਹੋ ਸਕਦੀ ਹੈ ਕਿਤੇ ਨਾ ਕਿਤੇ ਇਹ ਚੀਜ਼ ਹੋਵੇ ਕਿ ਹਾਂ ਜਦੋਂ ਲੋਕ ਜਾਣਨਾ ਚਾਹੁੰਦੇ ਹੁਣ ਵੀ ਹਾਂ ਇਹ ਕਿਹਦੇ ਲਈ ਲਿਖੀ ਜਾ ਰਹੀ ਆ ਪਰ ਮੈਨੂੰ ਲੱਗਦਾ ਨੀ ਕਿ ਬਹੁਤਾ ਕਿਸੇ ਨੂੰ ਚੀਜ਼ ਦਾ ਜਵਾਬ ਦੇਣ ਦਾ ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਲਈ ਜੋ ਸਮਝਣਾ ਹੈ ਉਹ ਨਹੀਂ ਸਮਝਣਾ ਹੁੰਦਾ ਆ ਤੇ ਤੁਸੀਂ ਜੋ ਹੈਗੇ ਆ ਉਹ ਹੈ ਹੀ ਆ ਤੁਸੀਂ ਉਹਨੂੰ ਚੁਟਾ ਸਕਦੇ ਤੇ ਤੁਹਾਨੂੰ ਲੋੜ ਵੀ ਨਹੀਂ ਆ ਜੀ ਤੋ ਇੱਕ ਕਵਿਤਾ ਹੋਰ ਗੁਜ਼ਾਰਿਸ਼ ਕਰਦਾ ਮੈਂ ਤੇ ਉਸ ਤੋਂ ਬਾਅਦ ਮੈਂ ਆਪਣਾ ਆਖਰੀ ਸਵਾਲ ਪੁੱਛੂੰਗਾ ਤੁਹਾਡੇ ਤੋਂ ਠੀਕ ਹੈ ਕਵਿਤਾ ਠੀਕ ਹੈ ਕਵਿਤਾ ਮੈਂ ਰੱਬ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਰੱਬ ਬਾਰੇ ਵੀ ਕਵਿਤਾਵਾਂ ਲਿਖੀਆਂ ਇਹ ਮੈਨੂੰ ਸਵਾਲ ਕੀਤਾ ਗਿਆ ਸੀਗੇ ਕਹਿੰਦੇ ਕਿ ਰੱਬ ਬਾਰੇ ਬਹੁਤ ਲਿਖਦਾ ਤੇ ਮੈਂ ਉਦੋਂ ਵੀ ਇਹ ਜਵਾਬ ਦਿੱਤਾ ਸੀ ਮੈਂ ਕਿਹਾ ਉਹ ਮੈਨੂੰ ਲੱਗਦਾ ਤੁਹਾਡੇ ਤੱਕ ਆ ਰਿਹਾ ਸੀ ਉਹਨੂੰ ਲਿਖ ਰਹੇ ਹਾਂ ਤੁਸੀਂ ਨਹੀਂ ਉਸ ਚੀਜ਼ ਨੂੰ ਮਤਲਬ ਪਬਲਿਸ਼ ਕਰਾਉਂਗੇ ਤਾਂ ਤੁਸੀਂ ਤੁਹਾਡੀ ਪੋਇਟਰੀ ਦਾ ਇੱਕ ਪਾਰਟ ਆ ਦੀ ਐਗਜ਼ਿਸਟੈਂਸ ਦਾ ਇੱਕ ਹਿੱਸਾ ਹੈ ਹਾਂਜੀ ਕਵਿਤਾ ਰੱਬ ਸਮੁੰਦਰ ਕਿਨਾਰੇ ਰੇਤ ਫਰੋਲਦਾ ਮਾਰੂਥਲ ਚ ਬੈਠਾ ਵੀ ਤੈਨੂੰ ਹੀ ਯਾਰਦਾ ਸਮੁੰਦਰ ਕਿਨਾਰੇ ਰੇਤ ਫਰੋਲਦਾ ਮਾਰੂਥਲ ਚ ਬੈਠਾ ਵੀ ਤੈਨੂੰ ਹੀ ਯਾਰਦਾ ਦਰਿਆ ਚ ਡੁੱਬਦੇ ਤਰਦੇ ਤੇਰਾ ਨਾਮ ਲੈਂਦਾ ਤੂਫਾਨਾਂ ਚ ਵਾਹਾਂ ਸੰਗ ਕਾਨੇ ਵਰਗਾ ਹੌਲਾ ਹੋ ਕੇ ਤੁਰ ਪੈਂਦਾ ਉਹ ਬੰਦਾ ਕਿਵੇਂ ਦਾ ਹੋ ਰਿਹਾ ਜਰਾ ਜਿੰਨਾ ਕੋਈ ਤੇਰਾ ਨਾਮ ਲੈਂਦਾ ਉਹ ਖੁਸ਼ੀ ਚ ਤੁਰ ਪੈਂਦਾ ਉਹ ਬੰਦਾ ਕਿਵੇਂ ਦਾ ਹੋ ਰਿਹਾ ਜਰਾ ਜਿੰਨਾ ਕੋਈ ਤੇਰਾ ਨਾਮ ਲੈਂਦਾ ਉਹ ਖੁਸ਼ੀ ਚ ਤੁਰ ਪੈਂਦਾ ਵਾਹ ਵਾਹ ਬਹੁਤ ਬਹੁਤ ਵਧੀਆ ਤੇ ਇਹਦੇ ਨਾਲ ਮੇਰੇ ਸਵਾਲ ਇੱਕ ਦੀ ਜਗ੍ਹਾ ਦੋ ਹੋ ਗਏ ਫਿਰ ਕਵਿਤਾ ਦੇ ਨਾਲ ਹੀ ਕਿ ਇਹ ਵੀ ਸ਼ਾਇਦ ਮਾਡਰਨ ਟਾਈਮਸ ਦਾ ਜਾਂ ਮਾਡਰਨਿਟੀ ਦਾ ਜਾਂ ਮਾਡਰਨ ਹੋਣ ਦਾ ਇੱਕ ਨਿਸ਼ਾਨੀ ਹੈ ਕਿ ਜਦੋਂ ਰੱਬ ਦੇ ਬਾਰੇ ਕਹਿੰਦਾ ਅਸੀਂ ਇਹ ਮੰਨਦੇ ਹਾਂ ਕਿ ਪਿਛਾਂਹ ਖਿੱਚੂ ਸੋਚ ਹੈ ਮਾਡਰਨ ਹੋਣ ਦਾ ਮਤਲਬ ਇੱਕ ਇਹ ਵੀ ਹੈ ਕਿ ਤੁਸੀਂ ਨਾਸਤਿਕ ਹੋ ਜਾਓ ਜਾਂ ਖੱਬੇ ਪੱਖੀ ਹੋਣ ਦਾ ਮਤਲਬ ਇਹੀ ਹੈ ਬਸ ਤੁਸੀਂ ਨਾਸਤਿਕ ਪਹਿਲੀ ਤੁਹਾਡੀ ਉਹ ਹੋਣੀ ਚਾਹੀਦੀ ਹੈ ਰਿਕੁਆਇਰਮੈਂਟ ਕੁਝ ਲੋਕਾਂ ਦੇ ਲਈ ਕਿ ਧਰਮ ਨੂੰ ਤਾਂ ਕ੍ਰਿਟੀਸਾਈਜ਼ ਕਰਨਾ ਹੀ ਹੈ ਤੇ ਫਿਰ ਅਸੀਂ ਅੱਗੇ ਵੱਧ ਸਕਦੇ ਹਾਂ ਐਜ਼ ਸੋਸਾਇਟੀ ਤਾਂ ਰੱਬ ਨੂੰ ਵੀ ਨਕਾਰਨਾ ਉਹਨਾਂ ਦੇ ਲਈ ਜ਼ਰੂਰੀ ਹੋ ਜਾਂਦਾ ਕਿ ਇਹਦੇ ਪਿੱਛੇ ਵੀ ਇਹ ਸੋਚ ਹੋ ਸਕਦੀ ਹੈ ਕਿ ਜਦੋਂ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਰੱਬ ਦੇ ਬਾਰੇ ਰੱਬ ਨੂੰ ਜਗ੍ਹਾ ਕਿਉਂ ਦਿੱਤੀ ਜਾ ਰਹੀ ਹੈ ਰੱਬ ਮੈਨੂੰ
ਠੀਕ ਹੈ ਕਿ ਆਪਣਾ ਐਕਸਪੀਰੀਅੰਸ ਹੈ ਇਹ ਤਾਂ ਹੋਏਗਾ, ਲੇਕਿਨ ਮੈਨੂੰ ਲੱਗਦਾ ਹੈ ਕਿ ਠੀਕ ਹੈ ਉਹ ਤਾਂ ਮਤਲਬ ਸੁਪਰੀਮ ਪਾਵਰ ਹੈ। ਤੇ ਇਹ ਗੱਲ ਮੇਰੀ ਕਵਿਤਾ ਦੇ ਵਿੱਚ ਬਹੁਤ ਬਾਹਰ ਆਈ ਆ, ਮੈਂ ਤਾਂ ਡਿਨਾਈ ਕਰ ਹੀ ਨਹੀਂ ਸਕਦੀ ਕਿਸੇ ਤਰੀਕੇ ਨਾਲ, ਕਿਉਂਕਿ ਮੈਂ ਬਾਰ ਬਾਰ ਮੇਰੀ ਕਵਿਤਾ ਹੁੰਦਾ ਕਿ ਵੀ ਮੇਰੇ ਹੱਥਾਂ 'ਚ ਕਲਮ ਤੂੰ ਦੇ ਆਇਆ, ਠੀਕ ਆ ਵੀ ਉਹ ਲਿਖ ਰਿਹਾ ਆ, ਮੈਂ ਤਾਂ ਜ਼ਰੀਆ ਆ, ਠੀਕ ਆ। ਜੀ ਤੇ ਮੈਨੂੰ ਮੈਨੂੰ ਯਾਦ ਹੈ ਕਿ ਕਈ ਵਾਰ ਜਦੋਂ ਸਕਾਲਰਸ ਨਾਲ ਗੱਲ ਹੋਵੇ ਜਾਂ ਪੋਇਟਸ ਨਾਲ ਵੀ, ਕਈ ਵਾਰ ਉਹ ਚੀਜ਼ ਨੂੰ ਕ੍ਰਿਟਿਸਾਈਜ਼ ਕਰਦਾ, ਉਹ ਕਹਿੰਦੇ ਆ ਕਿ ਤੁਸੀਂ ਮਤਲਬ ਇਹ ਤੁਸੀਂ ਕਹਿ ਰਹੇ ਹੋ, ਰੱਬ ਤੁਹਾਨੂੰ ਲਿਖਾ ਰਿਹਾ, ਮਜ਼ਾਕ ਉਡਾਉਂਦੇ ਆ ਇਸ ਗੱਲ, ਕਿ ਮੈਂ ਕਿਹਾ ਵੀ ਮੈਂ ਕਿੱਦਾਂ ਝੂਠ ਲਾ ਦਿਆਂ, ਮੈਂ ਉਹ ਚੀਜ਼ ਮੇਰੇ ਤੱਕ ਨੈਚੁਰਲ ਆ ਰਹੀ ਆ, ਠੀਕ ਆ। ਤੇ ਮੇਰੀ ਕਵਿਤਾ 'ਚ ਮੈਂ ਉਹ ਚੀਜ਼ ਲਿਖ ਰਹੀ ਹਾਂ ਵੀ ਮੈਂ ਜ਼ਾਇਆ ਤੇਰਾ, ਕਿ ਤੇਰੇ ਜ਼ਰੀਏ ਵੀ ਕਵਿਤਾ ਮੇਰੇ ਤੱਕ ਆ ਰਹੀ ਆ, ਠੀਕ ਆ। ਜਾਂ ਮੈਂ ਲਿਖਦੀ ਜਦੋਂ ਮੇਰੇ ਹੱਥਾਂ 'ਚ ਕਲਮ ਆ, ਠੀਕ ਆ ਨਾ, ਸ਼ਬਦ ਤਿਆ, ਤਰਤੀਬ ਤੇਰੀ, ਹਰ ਕੁਛ ਆ, ਤੇ ਬਹੁਤ ਹੀ ਵਾਰ ਮੈਂ ਕਿਹਾ ਮੇਰਾ ਕਵਿਤਾ ਹੀ ਇਹ ਚੀਜ਼ ਦੱਸ ਰਹੀ ਆ ਨੀ, ਤੂੰ ਮੇਰਾ ਸਾਹਿਬ ਮੈਂ ਗੋਲੀ, ਠੀਕ ਹੈ, ਤੇ ਮੈਂ ਜੋ ਵੀ ਬੋਲਾਂ ਤੇਰੀ ਬੋਲੀ। ਤੇ ਮਤਲਬ ਮੈਂ ਉਸ ਮੈਂ ਕਿਹਾ ਜਿਹੜੀ ਚੀਜ਼ ਮੇਰੇ ਤੱਕ ਆ ਰਹੀ ਆ ਮੇਰੇ ਐਕਸਪੀਰੀਅੰਸ, ਉਹ ਮੈਂ ਝੁਟਲਾ ਨਹੀਂ ਸੀ ਉਸ ਚੀਜ਼ ਨੂੰ, ਠੀਕ ਹੈ। ਤੇ ਉਹ ਚੀਜ਼ ਏਦਾਂ ਹੀ ਆ, ਤੇ ਸ਼ਾਇਦ ਇਹ ਚੀਜ਼ ਹੈ ਕਿ ਉਹਦਾ ਮਜ਼ਾਕ ਉਡਾਇਆ ਜਾਂਦਾ, ਤੇ ਉਹ ਲੱਗਦਾ ਹੈ ਆਵੇ, ਉਹ ਕਹਿੰਦੇ ਵੀ ਮਾਡਰਨ ਸ਼ਾਇਦ ਉਹ ਲੱਗਦਾ ਹੋਵੇ ਕਿ ਵੀ ਇਹ ਥੋੜਾ ਹੈ ਕਿ ਫਿਰ ਟ੍ਰੈਡੀਸ਼ਨਲ ਆ ਕਿ ਹਾਂ ਜਾਂ ਮਾਡਰਨ, ਅਸੀਂ ਕਈ ਲੋਕ ਏਦਾਂ ਵੀ ਮੇਰੇ ਦੋਸਤ ਮਿਲਦੇ ਤਾਂ ਉਹ ਕਹਿ ਵੀ ਨਹੀਂ ਅਸੀਂ ਓਦਾਂ ਅਸੀਂ ਮਤਲਬ ਮੰਨਦੇ ਹਾਂ, ਅਸੀਂ ਮਤਲਬ ਇਨਸਾਨੀਅਤ ਮੰਨਦੇ ਹਾਂ, ਅਸੀਂ ਮਤਲਬ हाँ ਨੂੰ ਨਹੀਂ, ਸਾਡਾ ਇਨਸਾਨੀਅਤ ਸਾਡਾ ਧਰਮ ਆ। ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ, ਮੈਂ ਕਿਹਾ ਠੀਕ ਹੈ ਉਹ ਤੁਹਾਡਾ ਆਪਣਾ ਹੈ ਕਿ ਜੀ ਕਿਸ ਤਰੀਕੇ ਨਾਲ ਉਹਨੂੰ ਲੈ ਰਿਹਾ, ਮੈਂ ਕਿਹਾ ਪਰ ਮੈਂ ਉਹਨੂੰ ਤੇਰੇ ਯਾਦ ਆ ਕਿ ਰਿਸਰਚ ਨਾਲ ਮੇਰੀ ਗੱਲ ਹੋ ਰਹੀ ਸੀ, ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਤੱਕ ਤਾਂ ਇੱਦਾਂ ਹੀ ਆ ਨਾ, ਤਾਂ ਮੈਂ ਤਾਂ ਇਹ ਕਹੂੰਗੀ ਕਿ ਰੱਬ ਲਿਖਾਇਆ ਤੇ ਉਹ ਤੁਸੀਂ ਜ਼ਰੀਆ ਤੁਸੀਂ ਦਿਓ ਮਾਇਕ, ਤੁਸੀਂ ਨਹੀਂ ਲਿਖ ਰਹੇ, ਜੇ ਤੁਸੀਂ ਇਹਨਾਂ ਕਿ ਮੈਂ ਲਿਖ ਰਿਹਾ ਉਹ ਬਹੁਤ ਵੱਡੀ ਗੱਲ ਹੋ ਜਾਏਗੀ, ਫਿਰ ਤੁਸੀਂ ਨਹੀਂ ਲਿਖ ਰਹੇ ਹੈਗੇ, ਤੁਹਾਡਾ ਇੱਕ ਮਾਧਿਅਮ ਆ ਉਹ, ਮਤਲਬ ਤੁਸੀਂ ਲਿਸਟ 0 ਆ ਜੋ ਮੈਂ ਸਿਫਰ ਹੋ ਜਾਂਦੇ ਹੋ ਉਸ ਜਦੋਂ ਤੁਸੀਂ ਤੇ ਐਗਜ਼ਿਸਟ ਨਹੀਂ ਕਰੇ ਹੋ, ਔਰ ਕਿਉਂਕਿ ਤੁਸੀਂ 0 ਦੀ ਮਨਫੀ ਹੋ ਰਹੇ ਹੋ ਉਸ ਦੇ ਉੱਤੇ, ਤੇ ਤੁਹਾਨੂੰ ਉਹ ਚੀਜ਼ ਐਕਸਪੀਰੀਅੰਸ ਜੋ ਨਿਕਲਦੀ ਹੈ ਤੁਸੀਂ ਉਸ ਚੀਜ਼ ਨੂੰ ਡਿਨਾਈ ਕਰ ਨਹੀਂ ਸਕਦੇ ਜੋ ਤੁਹਾਡੇ ਤੱਕ ਜਿੱਦਾਂ ਆਇਆ ਆ। ਜੇ ਫਿਰ ਵੀ ਅਸੀਂ ਕਿ ਮੈਂ ਇੱਦਾਂ ਲਿਖ ਰਹੀ ਹਾਂ ਆ ਮੈਂ ਉਹ, ਮੈਨੂੰ ਲੱਗਦਾ ਕਿ ਅਸੀਂ ਇੱਕ ਅੱਖਰ ਵੀ ਨਹੀਂ ਸਕਦੇ ਉੱਦਾਂ, ਕਿ ਜੋ ਮੇਰਾ ਐਕਸਪੀਰੀਅੰਸ ਆਇਆ ਕਿ ਹਾਂ ਜੋ ਮੈਨੂੰ ਲੱਗਦਾ ਕਿ ਮੈਂ ਮਾਮੀ ਹੈ ਸਿਰਫ, ਤੇ ਜੋ ਮੇਰੇ ਤੱਕ ਜਿੰਨਾ ਆ ਰਿਹਾ ਮੈਂ ਲਿਖ ਰਹੀ ਹਾਂ ਜਾਂ ਲਿਖ ਰਹੀ ਹਾਂ, ਪਰ ਹਾਂ ਅੱਬ ਹੀ ਉਹ ਇੱਕ ਜ਼ਰਾ ਲੱਗਦਾ ਕਿ ਹਾਂ ਜਿਹਦੇ ਥਰੂ ਕਵਿਤਾ ਜਿਹੜੀ ਆ ਉਹ ਵਿਹਾਰ ਚ, ਮੈਂ ਜੇ ਉਸ ਸੁਪਰੀਮ ਪਾਵ ਮੈਂ ਤਾਂ ਰੱਬ ਹੀ ਕਹਿੰਦੀ ਹਾਂ ਵੀ ਉਹ ਮੇਰੇ ਜ਼ਰੀਏ ਉਹਦੇ ਜ਼ਰੀਏ ਉਹ ਕਵਿਤਾ ਆ ਰਹੀ ਆ। ਪਰ ਜੀ ਜੇ ਮੋਰਨ ਹੋਣ ਨੂੰ ਜਾਂ ਇਸ ਨੂੰ ਇਦਾਂ ਲਿਆ ਜਾਂਦਾ ਆ, ਤਾਂ ਮੈਂ ਮੇਰੇ ਲਈ ਉਹ ਇੱਕ ਉਦਾਸ ਗੱਲ ਹੋਏਗੀ, ਮੈਨੂੰ ਲੱਗਦਾ ਹੈ ਕਿ ਉਹ ਮੇਰੇ ਲਈ ਉਦਾਸ ਹੋਏਗੀ ਮੈਨੂੰ ਗੱਲ। ਜੀ ਮੇਰਾ ਆਖਰੀ ਸਵਾਲ ਹੋਊਗਾ ਹੁਣ, ਤੇ ਉਹ ਤੋਂ ਬਾਅਦ ਤੁਹਾਨੂੰ ਗੁਜ਼ਾਰਿਸ਼ ਹੋਊਗੀ ਕਿ ਅਸੀਂ ਪ੍ਰੋਗਰਾਮ ਸਮਾਪਤੀ ਵੀ ਤੁਹਾਡੀ ਕਵਿਤਾ ਦੇ ਨਾਲ ਹੀ ਕਰਾਂਗੇ। ਤੇ ਸਵਾਲ ਠੀਕ ਹੈ ਹੈ ਕਿ ਸੋਸ਼ਲ ਮੀਡੀਆ ਬਾਰੇ, ਕਿ ਸਾਰੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਾਂ, ਤੁਸੀਂ ਵੀ ਐਕਟਿਵ ਹੋ, ਤੇ ਇੱਕ ਪੋਇਟ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਤੇ ਕਿੰਨਾ ਕੁ ਕਾਉਂਟਰ ਪ੍ਰੋਡਕਟਿਵ ਹੈ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਐਕਸਪੋਜ਼ ਕਰਨਾ? ਦੋਨੇ ਚੀਜ਼ਾਂ ਨੇ। ਫਾਇਦਾ ਹੈ ਤੁਸੀਂ ਮਤਲਬ ਆਪਣੀ ਗੱਲ ਨੂੰ ਆਪਣੀ ਕਵਿਤਾ ਨੂੰ ਸ਼ੇਅਰ ਕਰਨਾ ਤਾਂ ਤੁਹਾਨੂੰ ਫਾਇਦਾ ਹੈ, ਤੁਸੀਂ ਆਪਣੀ ਕੋਈ ਗੱਲ ਕਹਿਣੀ ਆ ਜਾਂ ਤੁਸੀਂ ਆਪਣੇ ਦੋਸਤਾਂ ਨਾਲ ਜੁੜੇ ਰਹਿਣਾ ਆ, ਉਹ ਚੰਗੀ ਗੱਲ ਹੈ, ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਤੁਹਾਡੇ ਦੋਸਤ ਕਿਸੇ ਦੀ, ਕਈ ਵਾਰ ਇੱਦਾਂ ਹੁੰਦਾ ਤੁਸੀਂ ਖਾਸ ਆ, ਤੁਸੀਂ ਕੋਈ ਕਵਿਤਾ ਪੜ੍ਹ ਲੈਂਦੇ ਆਪਣੇ ਦੋਸਤ ਦੀ ਸ਼ੇਅਰ ਕੀਤੀ ਹੋਈ, ਤੁਹਾਨੂੰ ਚੰਗਾ ਲੱਗਦਾ ਹੈ, ਜਾਂ ਕਿਸੇ ਦੋਸਤ ਨਾਲ ਹੋ ਜਾਂਦੀ ਸੋਸ਼ਲ ਮੀਡੀਆ ਦੇ ਉੱਤੇ ਚੰਗਾ ਲੱਗਦਾ ਹੈ, ਤੇ ਉਹ ਫਾਇਦਾ ਵੀ, ਪਰ ਇਹਦੇ ਕਾਊਂਟਰ ਵੀ ਇਹ ਚੀਜ਼ ਹੈ, ਕਈ ਵਾਰ ਤੁਸੀਂ ਹੋਰ ਮਤਲਬ ਹੈ ਪਰ ਤੁਸੀਂ ਉਹਨੂੰ ਸ਼ੇਅਰ ਦੇ ਆ ਉਸ ਚੀਜ਼ ਨੂੰ ਹੋਰ ਤਰੀਕੇ ਨਾਲ ਲਿਆ ਜਾਂਦਾ ਹੈ, ਜਾਂ ਉਹਦੇ ਤੇ ਕਮੈਂਟ ਆ ਗਿਆ, ਤੁਸੀਂ ਫਿਰ ਉਸ ਨੂੰ ਕਿੱਦਾਂ ਮਤਲਬ ਕਰਨਾ, ਫਿਰ ਤੁਸੀਂ ਮਤਲਬ ਕਿ ਹੌਲੀ ਹੌਲੀ ਆਪ ਹੀ ਸਿੱਖਦੇ ਆ ਤੁਸੀਂ ਉਸ ਚੀਜ਼ ਨੂੰ ਕਿੱਦਾਂ, ਕਿੰਨਾ ਕੁ ਤੁਸੀਂ ਰਿਸਪੋਂਸ ਕਰਨਾ ਹੈ, ਕਿੰਨਾ ਕੁ ਤੁਸੀਂ ਅਵੋਇਡ ਕਰਨਾ ਹੈ, ਤੇ ਕਿੰਨਾ ਕੁ ਤੁਸੀਂ ਨਾਲ ਉੱਤੇ ਮਤਲਬ ਜੁੜਨ, ਕਿੰਨਾ ਤੁਸੀਂ ਗੱਲ ਕਰਨੀ ਹੈ, ਇਹ ਤੁਸੀਂ ਖੁਦ ਨਾ, ਇਹਨੂੰ ਮੈਂ ਫਿਰ ਇਹ ਫੀਮੇਲ ਦੀ ਗੱਲ ਹੈ ਕਿ ਤੁਸੀਂ ਕਿੰਨਾ ਕਿਸੇ ਨਾਲ ਗੱਲ ਕਰਨੀ ਹੈ, ਕਿੰਨਾ ਤੁਸੀਂ ਨੇੜੇ ਰਹਿਣਾ ਹੈ, ਮਤਲਬ ਉਹ ਚੀਜ਼ ਹੋਈ, ਤੁਸੀਂ ਅੱਜ ਤੁਹਾਡੇ ਜਦੋਂ ਕੋਈ ਕਮੈਂਟ ਆਇਆ ਤੁਸੀਂ ਉਹ ਕਿੰਨਾ ਕੁ ਰਿਐਕਟ ਕਰਨਾ ਹੈ, ਤੁਹਾਨੂੰ ਕਿੰਨਾ ਕੁ ਅਫੈਕਟ ਕਰ ਰਹੀ ਹੈ ਉਹ ਚੀਜ਼। ਤੇ ਪਰ ਹਾਂ ਮੈਨੂੰ ਲੱਗਦਾ ਕਿ ਬਿਗਨਿੰਗ ਚ ਜ਼ਿਆਦਾ ਡਿਸਟਰਬ ਹੁੰਦਾ, ਪਹਿਲਾਂ
ਪਰ ਮੈਂ ਤੂੰ ਫਿਰ ਉਸ ਚੀਜ਼ ਅਵੋਇਡ ਕਰ ਦੇਖਣੇ ਆ ਸੀ ਇਹ ਸਮਝ ਲਿਆ ਕਿ ਇਹ ਰਿਜ਼ਮ ਮੈਂ ਤਾਂ ਤੇਰੇ ਕਿ ਇਹ ਤੋਂ ਮੈਂ ਮੈਨੂੰ ਨੇ ਕਿ ਤੁਹਾਡੀ ਬਾਈ ਦਾ ਕਰ ਗਿਆ ਕਿ ਉਹਨੂੰ ਤੋ ਜਾਓ ਉਹਨੂੰ ਤੇ ਮੈਂ ਇਹਨੂੰ ਨਹੀਂ ਦੀ ਕਾਉਂਟ ਰਹਿੰਦੀ ਵੀ ਮੈਂ ਕਿਹੜਾ ਕੋਸਾਨ ਲਿਖ ਰਿਹਾ ਮੈਂ ਫਿਰ ਉਹ ਚਾਹੀ ਸੀਗੀ ਉਹਨੂੰ ਲਿਖਤਾ ਟਿਕਾ ਮੈਂ ਕਿਹਾ ਉਹਦਾ ਉਸ ਇਨਸਾਨ ਦਾ ਐਕਸਪੀਰੀਅੰਸ ਹੀ ਨਾ ਹੋਵੇ ਉਹ ਜੋ ਐਕਸਪੀਰੀਅੰਸ ਆ ਜਿੱਦਾਂ ਜ਼ਿੰਦਗੀ ਮੇਰੇ ਤੱਕ ਆਈ ਆ ਉਹ ਜ਼ਿੰਦਗੀ ਉੱਦਾਂ ਦੇਖੀ ਨਹੀਂ ਆ ਤੇ ਮੈਂ ਕਿਹਾ ਉਹ ਆਪਣੇ ਹਿਸਾਬ ਨਾਲ ਦੱਸ ਰਿਹਾ ਮੈਂ ਗਲਤ ਕਿੱਦਾਂ ਕਹਿ ਦਾਂ ਮੈਂ ਉਹਦੇ ਨਾਲ ਕਾਊਂਟਰ ਕਰਾਂ ਉਸ ਗੱਲ ਨੂੰ ਤੇ ਮੈਂ ਉਸ ਚੀਜ਼ ਨੂੰ ਕਾਊਂਟਰ ਨਹੀਂ ਤਾਂ ਨਾ ਹੀ ਕੋਈ ਰਿਪਲਾਈ ਕੀਤਾ ਉਸ ਚੀਜ਼ ਦਾ ਤੇ ਮੈਨੂੰ ਉੱਦਾਂ ਲੱਗਦਾ ਕਿ ਜ਼ਿੰਦਗੀ ਦੀ ਲੜਾਈਆਂ ਲੜਿਆਂ ਚ ਪੈਣ ਲਈ ਨੈਗੀ ਤੇ ਜਿਹੜੇ ਮਿਲੇ ਸਾਨੂੰ ਉਹਨੂੰ ਜੀ ਲੈਣਾ ਚਾਹਿਆ ਜਿਹੜੇ ਨਿੱਕੀਆਂ ਨਿੱਕੀਆਂ ਪਲ ਹੈਗੇ ਆ ਕਵਿਤਾ ਉਹਦੇ ਚ ਨਿਕਲਦੀ ਜਦੋਂ ਅਸੀਂ ਉਸ ਚੀਜ਼ ਨੂੰ ਜੀ ਰਹੇ ਹੁੰਦੇ ਹਾਂ ਤੇ ਜ਼ਿਆਦਾ ਮੈਨੂੰ ਜਿਹੜੀ ਲੱਗਦੀ ਚੀਜ਼ ਉਹੀ ਆ ਕਿ ਜੇ ਮੈਨੂੰ ਤੁਸੀਂ ਪੁੱਛੋ ਕਿ ਜ਼ਿੰਦਗੀ ਤੇ ਕਵਿਤਾ ਦੇ ਵਿੱਚੋਂ ਮੇਰੀ ਪ੍ਰਾਇਓਰਟੀ ਜ਼ਿੰਦਗੀ ਹੈ ਤੇ ਸਿਮਿਲਰਲੀ ਜੇ ਪਿਆਰ ਦੇ ਕਵਿਤਾ ਵਿੱਚੋਂ ਵੀ ਮੈਨੂੰ ਪਿਆਰ ਹੀ ਜ਼ਿਆਦਾ ਆਪਣੇ ਵੱਲ ਖਿੱਚਦਾ ਹੈ ਮੈਨੂੰ ਲੱਗਦਾ ਕਿ ਇਹੀ ਚੀਜ਼ਾਂ ਤਾਂ ਫਿਰ ਕਵਿਤਾ ਹੁੰਦੀਆਂ ਨੇ ਜਾਂ ਕਵਿਤਾ ਲਈ ਇੰਸਪਾਇਰ ਕਰਦੀਆਂ ਮੇਰੇ ਸਵਾਲਾਂ ਦਾ ਸਿਲਸਿਲਾ ਇੱਥੇ ਖਤਮ ਹੁੰਦਾ ਹੈ ਕਵਿਤਾ ਦਾ ਸਿਲਸਿਲਾ ਤੁਸੀਂ ਖਤਮ ਕਰੋਗੇ ਆਪਣੀ ਅਖੀਰਲੀ ਕਵਿਤਾ ਦੇ ਨਾਲ ਇਹ ਕਵਿਤਾ ਮੈਂ ਇੱਕ ਬਹੁਤ ਹੀ ਪਿਆਰੇ ਸਟੂਡੈਂਟ ਲਿਖੀ ਸੀ ਮੈਨੂੰ ਲੱਗਦਾ ਕਿ ਜਿਹੜਾ ਸਟੂਡੈਂਟਸ ਦਾ ਸਾਡਾ ਰਿਸ਼ਤਾ ਹੁੰਦਾ ਹੈ ਉਹ ਵੀ ਉਹ ਇੱਕ ਭੈਣ ਭਰਾ ਵੀ ਹੁੰਦਾ ਉਹ ਇੱਕ ਟੀਚਰ ਸਟੂਡੈਂਟ ਵੀ ਹੁੰਦਾ ਤੇ ਕਈ ਵਾਰ ਉਹ ਮਾਂ ਤੇ ਬੱਚਾ ਰਿਸ਼ਤਾ ਵੀ ਹੋ ਜਾਂਦਾ ਤੁਸੀਂ ਉਸ ਚੀਜ਼ ਨੂੰ ਮਾਂ ਤੇ ਬੱਚਾ ਵੀ ਮਹਿਸੂਸ ਕਰਦੇ ਆ ਕਿ ਹਾਂ ਵੀ ਇਹ ਜੇ ਬੱਚੇ ਮੇਰੇ ਤੋਂ ਪੜ੍ਹ ਰਹੇ ਬਿਲਕੁਲ ਮੈਂ ਤੁਹਾਡੀ ਜਿਹੜੀ ਕੇਅਰ ਆ ਜਾਂ ਉਹਨਾਂ ਦੀ ਕੇਅਰ ਆ ਉਹ ਬਿਲਕੁਲ ਇਹਦੀ ਹੀ ਆ ਤੇ ਮੈਂ ਇੱਕ ਸਟੂਡੈਂਟ ਕਵਿਤਾ ਲਿਖੀ ਸੀ ਮੈਂ ਉਹ ਸ਼ੇਅਰ ਕਰ ਰਹੀ ਹਾਂ ਮਾਂ ਤੈਨੂੰ ਦੇਖਦਿਆਂ ਜ਼ਿੰਦਗੀ ਸੋਹਣੀ ਹੋਣ ਦੀ ਤੈਨੂੰ ਚਾਹੁੰਦਿਆਂ ਜ਼ਿੰਦਗੀ ਦੇ ਹੋਣ ਲੱਗਦੇ ਤੈਨੂੰ ਦੇਖਦਿਆਂ ਜ਼ਿੰਦਗੀ ਸੋਹਣੀ ਹੋਣ ਲੱਗੀ ਤੈਨੂੰ ਚਾਹੁੰਦਿਆਂ ਜ਼ਿੰਦਗੀ ਦੇ ਅਰਥ ਹੋਣ ਲੱਗਦੇ ਮੈਂ ਤੇਰੇ ਵਿੱਚੋਂ ਨਿੱਤ ਨਵੇਂ ਚਮਤਕਾਰ ਦੇਖਦਾ ਮੈਂ ਤੇਰੇ ਵਿੱਚੋਂ ਨਿੱਤ ਨਵੇਂ ਚਮਤਕਾਰ ਦੇਖਦੀ ਹਾਂ ਤੇਰਾ ਮਿਲਣਾ ਕਿੰਨਾ ਸਹਿਜ ਤੇ ਸੁਭਾਵਕ ਆ ਤੇਰਾ ਮਿਲਣਾ ਕਿੰਨਾ ਸਹਿਜ ਤੇ ਸੁਭਾਵਕ ਆ ਮੇਰੇ ਅੰਦਰ ਕੋਈ ਮਾਂ ਬੈਠੀ ਰਹਿੰਦੀ ਆ ਜੋ ਤੇਰੇ ਬਸ ਹੋਣ ਦੇ ਹੀ ਭਾਵੋ ਮੇਰੇ ਅੰਦਰ ਕੋਈ ਮਾਂ ਬੈਠੀ ਰਹੀ ਆ ਜੋ ਤੇਰੇ ਬਸ ਹੋਣ ਤੇ ਹੀ ਭਾਵੁਗਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਬਹੁਤ ਸੋਹਣੀਆਂ ਕਵਿਤਾਵਾਂ ਸੁਣਾਈਆਂ ਤੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ ਤੇ ਸਾਡੇ ਨਾਲ ਗੱਲਾਂ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੇ ਹਾਂ ਕਿ ਮਿਲਦੇ ਰਹਾਂਗੇ ਤੇ ਸਾਹਿਤਕ ਮਿਲਣੀਆਂ ਦੇ ਵਿੱਚ ਜਿੱਦਾਂ ਅਸੀਂ ਕਰਦੇ ਹਾਂ ਆਮ ਜ਼ਿੰਦਗੀ ਦੇ ਵਿੱਚ ਜੋ ਅੱਜ ਕੱਲ੍ਹ ਦੇ ਸਮੇਂ ਤੋਂ ਪਹਿਲਾਂ ਕਰਦੇ ਸੀ ਉੱਦਾਂ ਦੇ ਸਮੇਂ ਜਦੋਂ ਸ਼ੁਰੂ ਹੋਣਗੇ ਤਾਂ ਕਿ ਗੱਲਾਂ ਦੇ ਸਿਲਸਿਲੇ ਤੇ ਕਵਿਤਾ ਦੇ ਸਿਲਸਿਲੇ ਜਾਰੀ ਰਹਿਣ ਬਹੁਤ ਸ਼ੁਕਰੀਆ ਧੰਨਵਾਦ ਜੀ ਫਿਰ ਗੁਜ਼ਾਰਿਸ਼ ਕਰਦੀ ਆ ਤੁਹਾਨੂੰ ਹੀ ਨਹੀਂ ਮੈਂ ਪੰਜਾਬ ਸਾਹਿਤ ਹਰ ਅਕੈਡਮੀ ਜਾਂ ਹਰ ਆਰਗੇਨਾਈਜੇਸ਼ਨ ਜੋ ਲਿਟਰੇਚਰ ਦੇ ਲਈ ਕੰਮ ਕਰ ਰਹੀ ਆ ਸਾਹਿਤ ਲਈ ਕੰਮ ਕਰ ਰਹੀ ਆ ਮੈਂ ਰਿਕੁਐਸਟ ਕਰ ਰਹੀ ਹਾਂ ਕਿ ਜਿਹੜੇ ਕਵੀ ਆਲਰੇਡੀ ਐਸਟੈਬਲਿਸ਼ਡ ਹੈ ਉਹਨਾਂ ਦੇ ਪ੍ਰੋਗਰਾਮ ਹੁੰਦੇ ਹੀ ਨੇ ਬਹੁਤ ਹੁੰਦੇ ਪਰ ਜਿਹੜੇ ਨਵੇਂ ਕਵੀ ਉਹ ਚਾਹੇ ਕਿਸੇ ਵੀ ਖੇਤਰ ਮਤਲਬ ਕਿਸੇ ਵੀ ਰੀਜਨ 'ਚ ਰਹੇ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਆ ਸਪੈਸ਼ਲ ਕੋਈ ਪ੍ਰੋਗਰਾਮ ਆਰਗਨਾਈਜ਼ ਹੋਣੇ ਚਾਹੀਦੇ ਕਿ ਸਿਰਫ ਯੁਵਾਵਾਂ ਲਈ ਹੋਣ ਤਾਂ ਕਿ ਉਹ ਇਨਕਰੇਜਮੈਂਟ ਮਿਲੇ ਉਹਨਾਂ ਨੂੰ ਉਹਨਾਂ ਕਵੀਆਂ ਨੂੰ ਇਨਕਰੇਜਮੈਂਟ ਮਿਲੇ ਕਿ ਹਾਂ ਉਹਨਾਂ ਦੇ ਉਹ ਲਿਖਣ ਬੋਲਣ ਜਿਵੇਂ ਹੁਣ ਇਹ ਵੀ ਕਰਦੇ ਸੀ ਜੋ ਪਹਿਲਾਂ ਬਿਗਨਿੰਗ ਉਹਨਾਂ ਨੇ ਇੱਕ ਤਾਂ ਮੈਨੂੰ ਮਨਾ ਵੀ ਕੀਤਾ ਤਾਂ ਮਤਲਬ ਜਾਂ ਇਹਦੇ ਨਾਲ ਕੋਈ ਫਾਈਨੈਂਸ਼ੀਅਲ ਜਿਹੜੇ ਆ ਉਹ ਚੀਜ਼ਾਂ ਨਹੀਂ ਚਾਹੀਦੀਆਂ ਤਾਂ ਕਿ ਪੇਰੈਂਟਸ ਜਿਹੜੇ ਆ ਉਹ ਵੀ ਆਪਣੇ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ ਹੋਰ ਮਤਲਬ ਜਿਹੜਾ ਲਿਟਰੇਚਰ ਆ ਉਹ ਪੁਲਿਤ ਹੋਵੇ ਉਹ ਆਪਣੇ ਬੱਚਿਆਂ ਨੂੰ ਜੋੜਨ ਇਸ ਨਾਲ ਜਦੋਂ ਇਹਦੇ ਵਿੱਚ ਵੀ ਫਾਈਨੈਂਸ਼ੀਅਲ ਉਹਨੂੰ ਏਡ ਦਿੱਤੀ ਜਾਏ ਤੇ ਨਾਲ ਨਾਲ ਹੀ ਉਹਨਾਂ ਨੂੰ ਇਨਵੈਸਟ ਕੀਤਾ ਜਾਏ ਉਹ ਜ਼ਿਆਦਾ ਮਤਲਬ ਇਹ ਨਾ ਹੋਵੇ ਕਿ ਉਹਨਾਂ
ਕਿਸੇ ਦੀ ਮਿੰਨਤ ਕਰਨੀ ਹੋਵੇ ਕਿ ਹਾਂ ਮੈਨੂੰ ਤੁਸੀਂ ਵੀ ਮੈਸ਼ਨ ਚ ਜਾਣਾ ਆ, ਮਤਲਬ ਆਪਣੇ ਆਪ ਹੀ ਨਿਗਾਹ ਆ ਉਹ ਜਿਹੜੇ ਮੈਂਬਰਸ ਹੈਗੇ ਅਕੈਡਮੀ ਦੇ ਵੀ ਉਹਨਾਂ ਨੂੰ ਨਿਗਾਹ ਨਹੀਂ ਚਾਹੀਦੀ ਆਸ ਕਿ ਜਿਹੜੇ ਕਵੀ ਯੁਵਾ ਕਵੀ ਆ ਉਹਨਾਂ ਨੂੰ ਬਹੁਤ ਲੈਣਾ ਚਾਹੀਦਾ ਹੈ। ਜਿੱਦਾਂ ਗੁਰਪ੍ਰੀਤ ਗੀਤ ਫਿਰ ਉਹੀ ਜਾਣ ਨੂੰ ਬਹੁਤ ਜ਼ਿਆਦਾ ਹਲਾਇਆ, ਤੈਨੂੰ ਲੱਗੀ ਉਹ ਤਾਂ ਸਾਲਾਂ ਲਿਖ ਰਹੀ ਪਰ ਉਹਦੇ ਮਰਨ ਤੋਂ ਵੱਧ ਚੰਗਾ ਲੱਗਾ। ਤੇ ਇਸ ਲਈ ਮੇਰੀ ਹਰ ਇੱਕ ਸੰਗਤ ਨੂੰ ਇਹ ਗੁਜ਼ਾਰਿਸ਼ ਆ, ਬੇਨਤੀ ਆ ਕਿ ਇਹ ਜਿਹੜੇ ਪ੍ਰੋਗਰਾਮ ਯੁਵਾ ਕਵੀਆਂ ਦੇ ਚਾਹੇ ਇੰਟਰਵਿਊਜ਼ ਆ ਉਹਨਾਂ ਦੀ ਪੋਇਟਰੀ ਜਿਹੜਾ ਉਹ ਵੱਧ ਹੋਣੇ ਚਾਹੀਦੇ ਆ, ਤਾਂ ਕਿ ਉਹ ਜਿਹੜੀ ਜਿਹੜੀ ਕਥਾ ਆ ਉਹ ਜ਼ਰੀਆ ਬਣੇ, ਉਹਨਾਂ ਦਾ ਹੌਸਲਾ ਬਣੇ ਤੇ ਉਹ ਮਤਲਬ ਉਸ ਚੀਜ਼ ਦੇਖਣ, ਹੋਰ ਲੋਕ ਵੀ ਅਸੀਂ ਉਹਦੇ ਨਾਲ ਜੁੜਨਗੇ ਜਦੋਂ ਉਹ ਉਹਨਾਂ ਨੂੰ ਬੈਨੀਫਿਟ ਦੇ ਰਹੀ ਆ ਉਹਦੀ ਸਾਹਿਤਕ ਜ਼ਿੰਦਗੀ ਜਿਹੜੀ ਉਹਦੀ ਪਰਸਨਲ ਲਾਈਫ ਨੂੰ ਫਾਈਨੈਂਸ਼ੀਅਲ ਲਾਈਫ ਨੂੰ ਕੋਈ ਹੈਲਪ ਦੇ ਰਹੀ ਆ, ਤਾਂ ਕਿ ਗੁਰਪ੍ਰੀਤ ਗੀਤ ਬਾਰੇ ਉਹ ਦੁਬਾਰਾ ਨਾ ਹੋਵੇ ਕਿ ਮੈਨੂੰ ਯਾਦ ਆ ਉਹ ਇੰਨੇ ਸਾਲਾਂ ਲਿਖ ਰਹੀ ਸੀ ਤੇ ਇੰਨਾ ਸੋਹਣਾ ਲਿਖ ਰਹੀ ਸੀ, ਸ਼ੇਅਰ ਵੀ ਕਰਦੀ ਸੀ, ਬਹੁਤ ਫੰਕਸ਼ਨ ਉਹ ਜਾਣਾ ਵੀ ਚਾਹੁੰਦੀ ਸੀ, ਪਰ ਕਿਉਂਕਿ ਉਹੀ ਗਾ ਕਿ ਤੁਹਾਨੂੰ ਕੋਈ ਇੰਨਾ ਜਾਣ ਨਹੀਂ ਰਿਹਾ ਹੈਗਾ। ਤੇ ਉਹ ਚੀਜ਼ ਇਹ ਕਿ ਜੇ ਉਦੋਂ ਤੋਂ ਹੀ ਲਵ ਤੋਂ ਹੀ ਮਤਲਬ ਉਹ ਪ੍ਰੋਗਰਾਮ ਏਦਾਂ ਦੇ ਹੋਣ ਜਿਹ ਚ ਕਵੀ ਨੂੰ ਮੌਕਾ ਮਿਲੇ ਤਾਂ ਮੇਰੇ ਖਿਆਲ ਉਹ ਚੀਜ਼ ਉਹਦੇ ਲਈ ਬਹੁਤ ਚੰਗੀ ਤੇ ਉਹਨੂੰ ਬਹੁਤ ਇਨਕਰੇਜੇਗੀ ਤੇ ਲਿਟਰੇਚਰ ਵੀ ਜ਼ਰਾ ਉਚਾਈਆਂ ਨੂੰ ਛੂਏਗੀ। ਮੇਰੀ ਇਹ ਬੇਨਤੀ ਜ਼ਰੂਰ, ਮੈਂ ਤਾਂ ਹੀ ਮੈਨੂੰ ਸੀਗਾ ਕਿ ਤੁਹਾਨੂੰ ਵੀ ਇਹ ਚੀਜ਼ ਜ਼ਰੂਰ ਕਹਿਣੀ ਹੈ ਕਿ ਮਤਲਬ ਹੋਰ ਇੰਟਰਵਿਊਜ਼ ਜਿਹੜੀਆਂ ਉਹ ਯੰਗ ਰਾਈਟਰਸ ਦੀਆਂ ਲੈ ਕੇ ਆਓ। ਜੀ ਅਸੀਂ ਬਿਲਕੁਲ ਧਿਆਨ ਰੱਖਾਂਗੇ ਤੇ ਅਸੀਂ ਕੋਸ਼ਿਸ਼ ਕਰਦੇ ਰਵਾਂਗੇ, ਅਸੀਂ ਆਪਣੇ ਦਰਸ਼ਕਾਂ ਤੱਕ ਤੇ ਪੰਜਾਬੀਆਂ ਤੱਕ ਤੇ ਭਾਰਤ ਵਾਸੀਆਂ ਤੱਕ ਜਿੰਨੀਆਂ ਵੀ ਭਾਸ਼ਾਵਾਂ ਸਾਨੂੰ ਆਉਂਦੀਆਂ ਉਹਨਾਂ ਭਾਸ਼ਾਵਾਂ ਦੇ ਕਵੀਆਂ ਨੂੰ ਜ਼ਰੂਰ ਲੈ ਕੇ ਆਈਏ ਤੇ ਤਾਂ ਕਿ ਇਹ ਸਿਲਸਿਲੇ ਚੱਲਦੇ ਰਹਿਣ। ਕੱਲ੍ਹ ਅਸੀਂ ਕਰਨਜੀਤ ਦਰਦ ਜੀ ਆ ਰਹੇ ਨੇ ਸਾਡੇ ਨਾਲ ਕਿਸੇ ਟਾਈਮ ਦੇ ਉੱਤੇ, ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।